ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਉਤਾਰ ਚੜਾਅ ਆਏ ਨੇ ਤੇ ਸੁਣਿਆ ਕਿ ਤੁਸੀਂ ਵੀ ਬਣਾਉਣਾ ਚਾਹੁੰਦੇ ਕਿ ਤੁਹਾਡੀ ਜ਼ਿੰਦਗੀ ਤੇ ਵੀ ਬਾਇਓਪਿਕ ਬਣ ਜਾਏ। ਹਾਂ ਮੈਂ ਜ਼ਰੂਰ, ਜਿਹੜੇ ਕਿਰਦਾਰ ਤੁਹਾਨੂੰ ਡਰਾਉਂਦੇ ਹੋਣ ਨਾ ਉਹ ਤੋਂ ਆਪਣੇ ਆਪ ਹੀ ਮਿਹਨਤ ਕਰਾ ਲੈਂਦੇ ਆ। ਐਕਸ਼ਨ ਤਾਂ ਕਰਨਾ ਸੁਭਾਵਿਕ ਆ ਸਾਡੇ ਪੰਜਾਬੀਆਂ ਦੇ। ਮੈਨੂੰ ਲੱਗਦਾ ਮੇਰੇ ਪਿੱਛੇ ਬਾਇਓਪਿਕਸ ਆ ਰਹੀਆਂ ਨੇ, ਮੈਂ ਬਾਇਓਪਿਕਸ ਪਿੱਛੇ ਨਹੀਂ ਜਾ ਰਿਹਾ। ਤਾਂ ਜਿੱਥੇ ਜਿੱਥੇ ਚਾਹੀਦਾ ਸੀਗਾ ਕਿ ਇੱਥੇ ਕਿਰਦਾਰ ਗੰਦਾ ਲੱਗਣਾ ਚਾਹੀਦਾ ਉੱਥੇ ਮੈਂ ਗੰਦਾ ਲੱਗਿਆ, ਆਪ ਗੰਦਾ ਲੱਗਿਆ। ਮੈਂ ਸ਼ੀਸ਼ੇ ਅੱਗੇ ਜਾਂਦਾ ਸੀ, ਦੇਖਦਾ ਸੀ ਕਿ ਨਹੀਂ ਯਾਰ ਹਾਲੇ ਥੋੜ੍ਹਾ ਘੱਟ ਗੰਦਾ ਲੱਗ ਰਿਹਾ, ਹੋਰ ਲੱਗ। ਬਿਲਕੁਲ ਹੀ ਐਂ ਹੋ ਜਾਂਦਾ ਵੀ ਕੁਛ ਨਹੀਂ ਹੈ, ਬਸ ਉਹਦਾ ਹੱਥ ਇੱਕ 'ਤੇ ਰਹਿੰਦਾ, ਨੱਕ 'ਤੇ ਅੱਖਾਂ ਉਹਦੀਆਂ ਚੜੀਆਂ ਰਹਿੰਦੀਆਂ। ਮੈਨੂੰ ਕਹਿੰਦਾ ਹੁੰਦਾ ਸੀ ਕਿ ਭਰ ਕੇ ਸਵੇਰੇ ਡੱਬੀ ਚਾਹੀਦੀ ਜਿਹੜੀ ਤੁਸੀਂ ਸਿਗਰਟਾਂ ਪੀਂਦੇ ਹੋ, ਅਤੇ ਉਹ ਫਿਰ ਮੈਂ ਰੱਖ ਕੇ ਆਪਣੀਆਂ ਅੱਖਾਂ ਥੱਲੇ ਲਿਪਸ ਦੇ ਉੱਤੇ ਲਾਉਂਦਾ ਹੁੰਦਾ ਸੀ। ਜਪਜੀ ਜੀ ਦਾ ਬਹੁਤ ਪਾਵਰਫੁੱਲ ਕਿਰਦਾਰ ਹੈ, ਨਹੀਂ ਮੇਰੀਆਂ ਫਿਲਮਾਂ ਦੇ ਵਿੱਚ ਕੋਈ ਕੁੜੀ ਜਾਂ ਮੇਰੇ ਓਪੋਜਿਟ ਜਿਹੜੀ ਫੀਮੇਲ ਲੀਡ ਹੁੰਦੀ ਹੈ ਉਹਦਾ ਇੰਨਾ ਪਾਵਰਫੁੱਲ ਕਿਰਦਾਰ ਅੱਜ ਤੱਕ ਨਹੀਂ ਕਿਸੇ ਦਾ ਆਇਆ ਜੋ ਜਪਜੀ ਜੀ ਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀ ਵੀ, ਅਤੇ ਅੱਜ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਅਦਾਕਾਰ ਜਿਨ੍ਹਾਂ ਨੇ ਸਿਨੇਮਾ ਨੂੰ ਇੱਕ ਨਵਾਂ ਰੁੱਖ ਦਿੱਤਾ, ਨਵੀਂ ਦਿਸ਼ਾ ਦਿੱਤੀ, ਐਕਸ਼ਨ ਵੱਲ ਨੂੰ ਲੈ ਕੇ ਗਏ, ਮੇਰੀ ਮੁਰਾਦ ਬਾਈ ਦੇਵ ਖਰੋੜ ਬਾਈ ਜੀ, ਸਵਾਗਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਮੈਂ ਭੂਮਿਕਾ ਬੰਨੀ ਕਿ ਐਕਸ਼ਨ ਨਾਲ ਇੰਨਾ ਪਿਆਰ ਕਿਵੇਂ? ਐਕਸ਼ਨ ਬਾਈ ਜੀ ਸਾਨੂੰ ਸਾਰੇ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਸਾਡੀਆਂ ਰਗਾਂ 'ਚ ਸਾਡੇ ਬਲੱਡ 'ਚ ਐਕਸ਼ਨ ਹੈਗਾ, ਹੈ ਨਾ। ਜੇ ਆਜ਼ਾਦੀ ਦੀ ਲੜਾਈ ਵੀ ਸੀਗੀ ਤਾਂ ਸਾਡੇ ਬੰਦਿਆਂ ਨੇ ਅਲੱਗ ਤਰੀਕੇ ਨਾਲ ਲੜੀ, ਹੋਰਾਂ ਨੇ ਅਲੱਗ ਤਰੀਕੇ ਨਾਲ ਲੜੀ, ਹੈ ਨਾ। ਅਤੇ ਸਾਡੇ ਵਾਲੇ ਥੋੜ੍ਹੇ ਗਰਮ ਖਿਆਲੀ ਸੀਗੇ ਤਾਂ ਹੀ ਗੋਰੇ ਭੱਜੇ। ਤਾਂ ਮੈਨੂੰ ਲੱਗਦਾ ਕਿ ਸਾਡੇ ਯੋਧੇ ਜਿੰਨੇ ਵੀ ਪੰਜਾਬ ਦੇ ਨੇ ਤਾਂ ਸਾਡੀ ਤਾਂ ਮਿਸਾਲਾਂ ਨੇ ਐਕਸ਼ਨ ਦੇ ਵਿੱਚ, ਹੈ ਨਾ। ਚਾਹੇ ਹੋਰ ਜਿੰਨੀਆਂ ਮਰਜ਼ੀ ਗੱਲਾਂ, ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲਓ, ਸਭ ਤੋਂ ਵੱਧ ਵਾਰੀਅਰ ਤੁਹਾਨੂੰ ਪੰਜਾਬੀਆਂ 'ਚ ਮਿਲਣੀ, ਕੁਰਬਾਨੀਆਂ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ। ਤਾਂ ਇਸ ਕਰਕੇ ਐਕਸ਼ਨ ਤਾਂ ਕਰਨਾ ਸੁਭਾਵਿਕ ਆ ਸਾਡੇ ਪੰਜਾਬੀਆਂ ਦੇ। ਭਾਅ ਜੀ ਜਿਵੇਂ ਗਾਂਧੀ ਦੀ ਗੱਲ ਕਰੀਏ ਜਾਂ ਡਾਕੂ ਦਾ ਮੁੰਡਾ 1 ਦੀ ਗੱਲ ਕਰੀਏ, 2 ਦੀ ਗੱਲ ਕਰੀਏ, ਬਾਇਓਪਿਕ ਫਿਲਮਾਂ ਨੇ, ਕਿਸੇ ਨਾ ਕਿਸੇ ਦੇ ਜੀਵਨ 'ਤੇ ਆਧਾਰਿਤ ਫਿਲਮਾਂ ਨੇ, ਬਾਇਓਪਿਕ ਇੰਨੀਆਂ ਜ਼ਿਆਦਾ ਚੱਕਣ, ਮਤਲਬ ਉਹਨਾਂ ਦੇ ਪਿੱਛੇ ਜਾਣ ਦਾ ਜਾਂ ਉਹਨਾਂ ਨੂੰ ਦਰਸਾਉਣ ਦਾ ਕੀ ਆਪਣੇ ਮਨ ਦੇ ਵਿੱਚ ਤੁਹਾਡੀ ਕੀ ਇੱਛਾ? ਮੈਨੂੰ ਲੱਗਦਾ ਮੇਰੇ ਪਿੱਛੇ ਬਾਇਓਪਿਕਸ ਆ ਰਹੀਆਂ ਨੇ, ਮੈਂ ਬਾਇਓਪਿਕਸ ਪਿੱਛੇ ਨਹੀਂ ਜਾ ਰਿਹਾ। ਮੈਨੂੰ ਤਾਂ ਐਂ ਲੱਗਦਾ, ਹੈ ਨਾ, ਕਿਉਂਕਿ ਗਾਂਧੀ ਵਾਲੀ ਵੀ ਮੈਨੂੰ ਆਫਰ ਹੋਈ ਸੀ, ਗਾਂਧੀ 2 ਅਸੀਂ ਆਪ ਕੀਤੀ ਸੀਗੀ, ਫਿਰ ਉਹ ਜੁੜ ਗਈ। ਡਾਕੂਆਂ ਦਾ ਮੁੰਡਾ ਹਾਂ ਜ਼ਰੂਰ ਆਪ ਚੂਜ਼ ਕੀਤੀ ਸੀਗੀ, ਬਟ ਡਾਕੂਆਂ ਦਾ ਮੁੰਡਾ ਜਿਹੜੀ ਆਹ ਸੀ ਇਹ ਮੈਨੂੰ ਕਿਤਾਬ ਰਿਕਮੈਂਡ ਕੀਤੀ ਸੀਗੀ ਸਾਡੇ ਡ੍ਰੀਮ ਰਿਐਲਿਟੀ ਦੇ ਪ੍ਰੋਡਿਊਸਰ ਸਾਡੇ, ਇਹਨਾਂ ਨੇ ਕਿ ਪੜ੍ਹੋ ਕਿਤਾਬ, ਆਪਾਂ ਇਹ 'ਤੇ ਫਿਲਮ ਕਰਨੀ ਆ। ਤਾਂ ਬਾਇਓਪਿਕ ਕਰਨਾ ਵਧੀਆ ਗੱਲ ਹੈ, ਮੈਨੂੰ ਲੱਗਦਾ ਕਿ ਅਚਨਚੇਤ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਚੰਗੇ ਲਈ ਹੋ ਰਹੀਆਂ ਨੇ, ਔਰ ਲੋਕ ਇਸ ਚੀਜ਼ ਦੇ ਲਈ ਜਾਣਨ ਵੀ ਲੱਗ ਗਏ, ਹੈ ਨਾ, ਕਿ ਇੱਦਾਂ ਦਾ ਸਿਨੇਮਾ। ਔਰ ਮੈਨੂੰ ਖੁਦ ਨੂੰ ਵੀ ਚੰਗਾ ਲੱਗਣ ਲੱਗ ਗਿਆ ਕਿ ਜਿਹੜਾ ਸਿਨੇਮਾ ਰਿਐਲਿਟੀ ਦੇ ਨੇੜੇ ਹੈ ਜਾਂ ਹੈ ਨਾ ਕਿਸੇ ਦੀ ਜ਼ਿੰਦਗੀ ਤੋਂ ਇੰਸਪਾਇਰਡ ਹੈਗਾ ਉਹ ਚੰਗਾ ਲੱਗਦਾ। ਔਰ ਦੂਜੀ ਗੱਲ ਇਹ ਵੀ ਹੈ ਨਾ ਕਿ ਅਸਲੀ ਚੀਜ਼ਾਂ, ਰੀਅਲ ਚੀਜ਼ਾਂ ਦੇਖਣੀਆਂ ਸਾਨੂੰ ਚੰਗੀਆਂ ਲੱਗਦੀਆਂ ਨੇ, ਹੈ ਨਾ, ਬਜਾਏ ਕਿ ਅਸੀਂ ਫੇਕ ਚੀਜ਼ਾਂ ਕਰੀਏ। ਅਤੇ ਇਸੇ ਤਰ੍ਹਾਂ ਜਿਹੜਾ ਇੱਦਾਂ ਦਾ ਸਿਨੇਮਾ ਤੁਸੀਂ ਕਰਦੇ ਵੀ ਹੋ, ਚਾਹੇ ਗਾਂਧੀ ਦੀ ਗੱਲ ਕਰ ਲਓ, ਗਾਂਧੀ ਤੋਂ ਮਿੰਟੂ ਗੁਰਸੂਰੀਏ ਨੂੰ ਵੱਖ ਕਰਨ 'ਚ ਮੈਨੂੰ ਮਿਹਨਤ ਕਰਨੀ ਪਈ ਕਿ ਲੋਕਾਂ ਨੂੰ ਗਾਂਧੀ ਨਾ ਦਿਖੇ ਉਹਦੇ ਵਿੱਚ, ਤਾਂ ਐਜ਼ ਐਨ ਐਕਟਰ ਮੇਰੀ ਗਰੋਥ ਹੋਈ ਔਰ ਮੈਂ ਪੋਲਿਸ਼ ਹੋਇਆ ਵਧੀਆ ਤਰੀਕੇ ਨਾਲ, ਹੈ ਨਾ। ਮਿਹਨਤ ਬਹੁਤ ਕੀਤੀ, ਉਹ ਇਸ ਕਰਕੇ ਵੀ ਹੁੰਦੀ ਹੈ ਕਿਉਂਕਿ ਲੋਕ ਤੁਹਾਨੂੰ ਉਮੀਦਾਂ ਬਹੁਤ ਲਾ ਲੈਂਦੇ ਆ। ਔਰ ਦੂਜੀ ਗੱਲ ਇਸ ਕਰਕੇ ਵੀ ਹੁੰਦੀ ਹੈ ਕਿ ਤੁਹਾਡਾ ਕ੍ਰਿਟੀਸਿਜ਼ਮ ਕਰਨ ਵਾਲੇ ਵੀ ਤਿਆਰ ਖੜ੍ਹੇ ਹੁੰਦੇ ਨੇ, ਤਾਂ ਫਿਰ ਤੁਹਾਨੂੰ ਉਹਦੇ ਉਸ ਡਰ ਕਰਕੇ ਮਿਹਨਤ ਕਰਨੀ ਪੈਂਦੀ ਹੈ ਕਿ ਯਾਰ ਆਹ ਕਿਰਦਾਰ ਨੂੰ ਆਪਾਂ ਹੁਣ ਇਸ ਕਿਰਦਾਰ ਤੋਂ ਵੱਖ ਕਿਵੇਂ ਕਰੀਏ, ਇਹਦੇ ਲਈ ਕੁਛ ਨਵਾਂ ਕਰੀਏ ਅਤੇ ਮਿਹਨਤ ਕਰੀਏ ਯਾਰ ਕੁਛ ਨਾ ਕੁਛ, ਹੈ ਨਾ, ਡਾਇਲੋਗ ਡਿਲੀਵਰੀ ਦੇ ਉੱਤੇ ਜਾਂ ਆਪਣੀ ਲੁਕਸ ਦੇ ਉੱਤੇ ਕੰਮ ਕਰਨਾ। ਫਿਰ ਹੁਣ ਮੰਗੇ ਦੇ ਨਾਲ, ਸੋਰੀ ਮਿੰਟੂ ਬਾਈ ਦੇ ਨਾਲੋਂ, ਮਿੰਟੂ ਗੁਰੂ ਸੂਰੀਆ ਦੇ ਨਾਲੋਂ ਮੰਗਾ ਅੰਡਾਲ ਵੱਖ ਕਰਨਾ ਵੀ ਇੱਕ ਚੈਲੰਜ ਸੀਗਾ, ਨਹੀਂ ਤਾਂ ਲੋਕ ਕਹਿਣਗੇ ਉਹ ਸੇਮ ਜੀ ਚੀਜ਼ ਹੈ ਜੀ, ਉਹ ਤਾਂ ਉਹੀ ਮਿੰਟੂ ਵਾਲਾ ਹੀ, ਮਿੰਟੂ ਟਾਈਪ ਹੀ ਹੈ ਕੰਮ, ਤਾਂ ਉਹ ਵੀ ਚੈਲੰਜ ਸੀਗਾ। ਤਾਂ ਉਹਨੇ ਵੀ ਐਜ਼ ਐਨ ਐਕਟਰ ਵਧੀਆ ਮਿਹਨਤ ਕਰਵਾਈ ਮੇਰੇ ਤੋਂ ਉਸ ਡਰ ਨੇ, ਕਹਿ ਸਕਦੇ ਹੋ ਤੁਸੀਂ। ਤਾਂ ਜੇ ਮੈਨੂੰ ਕੋਈ ਹੋਰ ਆਟੋ ਬਾਇਓਗ੍ਰਾਫੀ ਮਿਲੂਗੀ ਕਿਹਦੀ ਬਾਇਓਪਿਕ, ਤਾਂ ਮੈਂ ਜ਼ਰੂਰ ਕਰੂੰਗਾ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਮੈਨੂੰ ਐਜ਼ ਐਨ ਐਕਟਰ ਪੋਲਿਸ਼ ਕਰਨ ਦੇ ਵਿੱਚ ਮੇਰੀ ਹੈਲਪ ਕਰੂਗਾ। ਜਿਹੜੇ ਕਿਰਦਾਰ ਤੁਹਾਨੂੰ ਡਰਾਉਂਦੇ ਹੋਣ ਨਾ ਉਹ ਤੋਂ ਆਪਣੇ ਆਪ ਹੀ ਮਿਹਨਤ ਕਰਾ ਲੈਂਦੇ ਆ, ਜਿਨ੍ਹਾਂ ਤੋਂ ਤੁਹਾਨੂੰ ਡਰ ਲੱਗਦਾ ਹੋਵੇ ਮੈਂ ਕਰ ਸਕੂੰਗਾ ਕਿ ਨਹੀਂ ਕਰ ਸਕੂੰਗਾ, ਤਾਂ ਫਿਰ ਤੁਸੀਂ ਉਹਨਾਂ ਨੂੰ ਕਰਨ ਦੇ ਲਈ ਜੀ ਜਾਨ ਲਾ ਦਿੰਦੇ ਹੋ। ਤਾਂ ਇੱਥੋਂ ਤੱਕ ਵੀ ਸੁਣਿਆ ਕਹਿੰਦਾ ਵੀ, ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਉਤਾਰ ਚੜਾਅ ਆਏ ਨੇ, ਅਤੇ ਸੁਣਿਆ ਕਿ ਤੁਸੀਂ ਵੀ ਬਣਾਉਣਾ ਚਾਹੁੰਦੇ ਕਿ ਤੁਹਾਡੀ ਜ਼ਿੰਦਗੀ 'ਤੇ ਵੀ ਬਾਇਓਪਿਕ ਬਣ ਜਾਏ। ਹਾਂ ਮੈਂ ਜ਼ਰੂਰ, ਕਦੇ ਮੌਕਾ ਮਿਲਿਆ, ਬਟ ਹੁਣ ਕਹਿਣ ਦਾ ਟੂਰ ਲਈ ਹੈ, ਕਦੇ ਮੌਕਾ ਮਿਲਿਆ ਜੇ ਮੈਨੂੰ ਲੱਗਿਆ ਕਿ ਕਰਨਾ ਚਾਹੀਦਾ ਮੈਂ ਜ਼ਰੂਰ ਕਰੂੰਗਾ, ਕਿਉਂ ਨਹੀਂ ਕਰਨੀ ਚਾਹੀਦੀ। ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਆਪਣੀ ਕਹਾਣੀ 'ਚ ਜਾਂ ਤੁਹਾਡੀ ਖੁਦ ਦੀ ਕਹਾਣੀ ਦੇ ਵਿੱਚ ਕੁਛ ਨਵਾਂਪਣ ਹੈਗਾ, ਜੇ ਕੋਈ ਬੰਦਾ ਮੈਨੂੰ ਆ ਕੇ ਦੱਸਿਆ ਯਾਰ ਮੇਰੇ ਨਾਲ ਆਹ ਕੁਛ ਵਾਪਰਿਆ, ਮੇਰੇ ਨਾਲ ਆਹ ਕੁਛ ਹੋਇਆ, ਮੈਂ ਇੱਥੋਂ ਉੱਠਿਆ ਇੱਥੇ ਗਿਆ ਅਤੇ ਇੱਥੋਂ ਜਾ ਕੇ ਮੈਂ ਵਾਪਸ ਆਇਆ, ਤਾਂ ਮੈਨੂੰ ਲੱਗੂਗਾ ਯਾਰ ਇਹ ਤਾਂ ਬੜਾ ਨਵੀਂ ਚੀਜ਼ ਹੈ ਯਾਰ, ਇਹ ਲੋਕਾਂ ਅੱਗੇ ਆਉਣੀ ਚਾਹੀਦੀ, ਤਾਂ ਮੈਂ ਕਿਉਂ ਨਹੀਂ ਬਣਾਊਂਗਾ ਉਸ ਚੀਜ਼ ਦੇ ਉੱਤੇ। ਅਤੇ ਮੈਨੂੰ ਵੀ ਲੱਗਦਾ ਹੋਊਗਾ ਕਿ ਮੇਰੀ ਲਾਈਫ ਦੇ ਵਿੱਚ ਕੁਛ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਾਂ ਕੁਛ ਇੱਦਾਂ ਦੀ ਸਟੋਰੀ ਹੈਗੀ ਮੇਰੀ ਜ਼ਿੰਦਗੀ
है ना, तो अज जानते लोग प्यार करते हैं तो वो पिछे वो लोग भी होंगे साड़ी फील्ड के जोड़े हार मन के मुड़ जाते हैं। हो सकता मैं किसी की कहानी देख के, हो सकता मैं भाग मिल्खा भाग देख के मैं हिम्मत मिली हो ना कि नहीं यार एक बंदा वो स्पोर्ट्समैन से उन्होंने उल्टियां तक भी आईया जो उन्हें मेहनत की मैडल लैन लिये है ना, तो वह बंदा इतने तक पहुँचा। हो सकता उस फिल्म ने मैनू तरवास दिता हो नहीं तू भी कर, तू तो अपनी फील्ड मेहनत ही करनी है यार, वो बंदा कितों कितों उठ के कितने तक गया। तो यह जरूरी होंदिया ने यह जी कहानियां है ना, मोटीवेट करना किसी को, इदा दीज़ा चाहिए ने। कई गाने सुन के साडे जोश आ जाता है, तुम जिम के जाने तो अक्सर इदा के गाने लगे होंगे ने जो थोड़ा मोटीवेट करते हैं, लगता थोड़ा यार करना चाहिए मैंने कुछ है ना, तो यह कहानियां करनिया चाहिए ने। जिम्मे मंगा सिंह अंडाल होर की कहानी हैगी है, तो उस कहानी में तुम जिया क्योंकि उस किरदार निभा रहे हैं, तो आम जिंदगी दे नहीं उन्ना कई बार देख पाते हैं कि नछेड़ी की हालत कहो जी है, पर तुम उस चीज़ को हंडाया हंडा के देखा तो कहो जी व्यवस्था कहो जी होंगी है? माड़ी होंगी है भाई जी, बहुत माड़ी होंगी है। चाहे तुम पर उत्ते सीन कर रहे हो, कैमरे के सामने तुम कोई सीन कर रहे हो, बट उस टाइम भी जो पर सामने भी कलेष होंगे जो घर वो कलेष होंगे हो किदां दे हुंदे होणगे। चलो परदे दे उत्ते दा तुसीं ओह सीन तुहानूं लाता कि वह दस लाइना का सीन है, तुसीं कीता खत्म घट कि अद्धे घंटे पौने घंटे च खत्म करता, पर जिहदी रियल लाइफ दे विच ये चीज़ां वापरदियां ने वह पौने घंटे च खत्म तो नहीं होजूगा। असीं तां प्ले किया, सानूं लग्गिया उस जदों मैं प्ले कर रहा सी कि हाँ यार ये चीज़ बड़ा इदां दा यार बड़ा टेंस जिहा काम हैगा है ना, बड़ा दिमाग ते बर्डन लै लिया उसनूं परफॉर्म करन लगे, बट जिहदे नाल रियल दे विच ये चीज़ां वापरदियां ने वो तो फिर वो पूरा टाइम ही चलदियां ने। वो ए नहीं है कि साडे वांगू कट हो गया तो उन्हें चीज़ उत्ती छड़ती, वो पेन वो जो जिन्ना इंसानों ने हंडाई है ये उन्होंने तो पुछण वाली है, उही दस सकदे इहदे बारे ज़्यादा वधिया। तुहानूं उहनूं रियलिस्टिक बनाउण वास्ते तुहानूं की करना? रियलिस्टिक बनाउण लई बई जी किताब तो पढ़ी, वो पढ़ी मंगे बई नूं भी मिलिया, तो फिर डायरैक्टर मेरे मनदीप बैनीपाल बई जी उन्हां नाल बहुत सलाह करदा सीगा सैट दे उत्ते कि अपन की करना चाहिए, फिर सारे करैक्टर एक दूजे तो वक् किया, कॉलेज वाला टोटली डिफरेंट लगेगा थोनू, तो जोड़ा किरदार वह एक जो जो ही नशे के गर्की हो जाता और फैमिली लाइफ भी चल रही है नालों नाल बच्चा भी वो वाइफ भी है, तो वो जोड़ा वो वाला किरदार टोटली डिफरेंट नज़र आऊगा परदे उत्ते, ट्रेलर च देखता ही है। तो वो मैं लग्या कि हूँ इनू कॉलेज नालों वक् करना, कॉलेज के भी नशे करता बट कॉलेज के उस टाइम वो पूरा डोमीनेट करता है, पूरा यंग हों है ना, बट फिर वो गृहस्थी जीवन च आ जाता उदों तक वो जॉब भी कर रहा होंदा, तो बट वो बहुत ज़्यादा बॉडी तो एक भी जगह ही जी नहीं होंगी जिते उन्हें इंजैक्शन ना लाया हो, फिर वह जो बंद की हालत की होगी, वो बॉडी लैंग्वेज की होगी, वो बंदा हूँ कॉलेज टाइप तक झूम के तुर नहीं सकता, तो फिर वो बिल्कुल ही बंदा टेढ़ा हो जाता, मतलब वो बिल्कुल ही ए हो जाता भी कुछ नहीं है, बस वह हाथ इतने रहा नक्त अखा उदिया चढ़िया रहा, बुल वे काले हो गए अखा थले डार्क सर्कल ने, तो मेकअप उदा का करता सी मैं खुद करता सिगरट की ऐश लैके एक डब्बी जोड़े उत्थे लाइटमैन सिगरटा पीते, मैं उन्होंने कहना हूँ कि भर के सवेरे डब्बी चाहिए जो सिगरटा पीने, तो वो फिर मैं रख के अपनी अखा थले लिप्स के उत्ते लाँदा हूँ कि वो वाली जी लुक है लोगों को आवे वो आई निकल के प्रॉपर नशाड़ी जो तुम फिल्म देखोगे। तो मैं कहते इदा सिनेमा नहीं किया कि यार मैं सोहना लगा यार, मैं कहना मैं करैक्टर लगा, जे करैक्टर गंदा तो मैं गंदा ही लगा है ना, जे मैं लग रहा जे मैं नशाड़ी ही नहीं लोगों को दिखा पाया उत्थे भी मैं शीशा चक के मेकअप करी जावा तो लोग किवें जुड़नगे मेरे नाल, तो जिते इतने चाहिए सीगा कि इतने किरदार गंदा लगना चाहिए उत्थे मैं गंदा लग्या, आप गंदा लग्या, मैं शीशे अगे जाता ही देखता सी कि नहीं यार हले थोड़ा घट गंदा लग रहा होर लग, तो फिर उदा का मेकअप करता सी लैंदा सीगा। लोगों का टेस्ट तो चेंज होया नो डाउट, क्योंकि जेड़ा पहला क्योंकि कलाकार जेड़े गायक सी जां होर कलाकार बिना थिएटर नाल जुड़े हुए कलाकार भी सिनेमे दे विच आई जांदे सीगे, पर जेड़ा हुण जेड़ा पसंद किया जा रहा सिनेमा वह थिएटर नाल जुड़े हुए आर्टिस्टां दा किरदार पसंद किए जा रहे हैं, कहानियां कंसैप्ट पसंद किए जा रहे हैं, किवें देखदे हो हुण मियार किदां दा जा रहा? वधिया गल है भाई जी, हुण मेरे नाल ही किन्ने मुंडे थिएटर वाले काम कर रहे हैं, मैं बलविंदर बुलट की गल करदा किन्ना शानदार अदाकार आ, मैं खुद फैन हाँ बंदे दा है ना, उहदी डायलॉग डिलीवरी दा सो किन्ने नैचुरल वे चो किदां किदां दे डायलॉग बोल जांदा बंदा है ना, बहुत वधिया। सो थिएटर दे कलाकार बई जी देखो थिएटर दे कलाकारां दी इक्को होप हुंदी है सिनेमा, जो सिनेमे च काम करनगे उहनां दा नाम बणूगा वड्डा नाम होगा, तो जिहड़ा पंजाब दा थिएटर है उहदे नाल भी दुनिया जुड़ूगी, तो हो सकदा कल नूं थिएटर भी टिकटां दे होण लग जाए है ना, जे मैं अपनी टीम थिएटर दी बना लां ते असीं टिकट रख दईए तो ओबवियसली लोग देवखरौड़ दा जिहड़ा थिएटर है उह देखण आउणगे, जे उहदे लई उहनां नूं 10-20,000 रुपए खर्चने भी पै गए तां खर्च देणगे, सो उहदे नाल जिहड़े थिएटर दे कलाकार ने उहनां लई भी इक उम्मीद जगूगी, सो सानू होर चंगे चंगे वधिया वधिया प्रतिभावान जिहड़े एक्टर ने वो मिलणगे। कई बंदे तो इस करके काम नहीं करते कि स्ट्रगल बहुत होगी, जे थिएटर करते हैं तो थिएटर चो मिलता कुछ नहीं, सो जे थिएटर ही रुजगार देने लग जाए तो फिर वो थिएटर के
ਉਹਨਾਂ ਨੂੰ ਉਮੀਦ ਹੋਊ ਕਿ ਚਲੋ ਸਾਨੂੰ ਰੁਜ਼ਗਾਰ ਤਾਂ ਮਿਲ ਰਿਹਾ ਨਾ ਘੱਟੋ ਘੱਟ, ਸਾਡਾ ਢਿੱਡ ਤਾਂ ਪਾਲ ਰਿਹਾ ਨਾ, ਅਤੇ ਵੀ ਸਿਨੇਮਾ ਵੀ ਕਿਸੇ ਨਾ ਕਿਸੇ ਟਾਈਮ ਸਾਨੂੰ ਮਿਲ ਜੂਗਾ, ਤਾਂ ਉਮੀਦ ਹੈ ਜਿਹੜੀ ਉਹ ਜਾਗਦੀ ਰਹੂਗੀ। ਸੋ ਸਾਨੂੰ ਨਵੇਂ ਕਲਾਕਾਰ ਜਦੋਂ ਮਿਲਣਗੇ, ਫਰੈਸ਼ ਚਿਹਰੇ ਜਦੋਂ ਮਿਲਦੇ ਨੇ ਤਾਂ ਫਿਲਮ ਵੀ ਫਰੈਸ਼ ਲੱਗਣੀ ਸ਼ੁਰੂ ਹੋ ਜਾਂਦੀ ਹੈ। ਜੇ ਉਹੀ ਕਲਾਕਾਰ ਤੁਸੀਂ ਲਿਆ ਕੇ ਵਾਰ ਵਾਰ ਲੋਕਾਂ ਨੂੰ ਦਿਖਾਈ ਜਾਓਗੇ, ਤੁਹਾਨੂੰ ਇਹੀ ਲੱਗੀ ਜਾਊਗਾ ਕਿ ਯਾਰ ਉਸੇ ਉਹੀ ਫਿਲਮ ਚੱਲੀ ਜਾਂਦੀ ਹੈ, ਵੀ ਉਹੀ 1, 2, 3 ਪਾਰਟ ਉਹੀ ਚੱਲ ਰਿਹਾ ਸਾਰਾ ਕੁਛ। ਕਿਉਂ ਪੋਜ਼ਿਟਿਵ ਜਿਹੜਾ ਪੱਖ ਜਿਹੜਾ ਦਿਖਾਇਆ ਗਿਆ ਅੰਮ੍ਰਿਤ ਹੋਰਾਂ ਦਾ, ਮੰਗਟਾਲ ਜੀ ਦੀ ਵਾਈਫ ਹੋਰਾਂ ਦਾ, ਤੁਹਾਡੇ ਨਾਲ ਜਪ ਜੀ ਖਹਿਰਾ, ਜਿਹੜਾ ਪੋਜ਼ਿਟਿਵ ਪੱਖ ਦਿਖਾਇਆ ਗਿਆ ਕਿ ਉਹ ਮੇਨ ਹੀਰੋ ਤਾਂ ਕਹਿ ਸਕਦੇ ਹਾਂ ਕਿ ਉਹ ਨੇ, ਕਿਉਂਕਿ ਉਹਨਾਂ ਨੇ ਕਾਫ਼ੀ ਲੈ ਕੇ ਆਉਂਦਾ, ਵਾਪਸ ਲੈ ਕੇ ਆਉਂਦਾ, ਹੈ ਨਾ, ਕਿਉਂਕਿ ਕਹਾਣੀ ਉਹਨਾਂ 'ਤੇ ਆਧਾਰਿਤ ਅਸਲ, ਕਿਉਂਕਿ ਮੰਗਾ ਜਿਹੜੇ ਟਾਈਮ ਦੇ ਵਿੱਚ ਜਿਹੜੀ ਅਵਸਥਾ ਦੇ ਵਿੱਚ, ਉਹਨੂੰ ਤਾਂ ਪਤਾ ਨਹੀਂ ਸੀ ਕੀ ਚੱਲ। ਹਾਂ ਨਹੀਂ, ਪਰ ਉਹ ਜ਼ਰੂਰ ਹੈ, ਉਹਨਾਂ ਦਾ ਕਲੇਸ਼ ਹੁੰਦਾ, ਸਾਰਾ ਕੁਛ ਹੁੰਦਾ, ਅਤੇ ਚੀਜ਼ਾਂ ਚੱਲਦੀਆਂ ਨੇ। ਜਪਜੀ ਜੀ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਉਹ ਕਿਰਦਾਰ ਨੂੰ ਅਦਾ ਕੀਤਾ। ਮੈਨੂੰ ਲੱਗਦਾ ਜੇ ਉੱਥੇ ਕਾਸਟਿੰਗ ਕੋਈ ਨੋਨ ਐਕਟਰਸ ਦੀ ਹੋ ਜਾਂਦੀ ਤਾਂ ਮੇਰੇ ਕਿਰਦਾਰ ਦੇ ਉੱਤੇ ਵੀ ਉਹਦਾ ਜਿਹੜਾ ਹੈਗਾ ਪ੍ਰਭਾਵ ਪੈਣਾ ਸੀਗਾ, ਹੈ ਨਾ। ਤਾਂ ਬਲਕਿ ਜਦੋਂ ਕੋਈ ਚੰਗਾ ਐਕਟਰ ਜਾਂ ਐਕਟਰਸ ਤੁਹਾਡੇ ਓਪੋਜ਼ਿਟ ਖੜ੍ਹਾ ਹੁੰਦਾ ਤਾਂ ਓਬਵੀਅਸਲੀ ਤੁਹਾਡੀ ਪਰਫੋਰਮੈਂਸ ਦੇ ਵਿੱਚ ਵੀ ਬਹੁਤ ਨਿਖਾਰ ਆਉਂਦਾ, ਇਨਹੈਂਸ ਹੁੰਦੀ ਹੈ ਤੁਹਾਡੀ ਪਰਫੋਰਮੈਂਸ, ਹੈ ਨਾ। ਫਿਲਮ 'ਚ ਅਸੀਂ ਨਹੀਂ ਐਕਸਪੈਕਟ ਕਰਦੇ, ਫਿਲਮ 'ਚ ਸਾਨੂੰ ਦੇਵ ਖਰੋੜ ਹੀ ਚਾਹੀਦਾ, ਪਰ ਮੈਂ ਓਵਰਆਲ ਕਹਾਣੀ ਦੀ ਗੱਲ ਕਰਦਾ, ਸ਼ਰਾਰਤੀ ਤੱਤ ਜੇ ਕਹਾਣੀ ਹੈ, ਜਿਹੜੀ ਕਹਾਣੀ ਮੰਗਾ ਨਟਾਲ ਹੋਰਾਂ ਦੀ ਕਹਾਣੀ ਹੈਗੀ, ਉਹਦੇ ਵਿੱਚ ਜਿਹੜਾ ਮੇਨ ਹੀਰੋ ਆ ਉਹ ਅੰਮ੍ਰਿਤ ਹੋਰੇ ਨੇ। ਅੰਮ੍ਰਿਤ ਪਾਰਟ 'ਚ ਮੈਨੂੰ ਲੱਗਦਾ ਮੰਗਾ ਪ੍ਰੋਟੈਗਨਿਸਟ ਹੈ ਤੁਹਾਡੀ ਫਿਲਮ ਦਾ, ਉਹ ਜਿਸ ਪਾਰਟ 'ਚ ਆਉਂਦੀ ਹੈ, ਉਹਨੂੰ ਜਿਸ ਪਾਰਟ 'ਚ ਉਹ ਕੱਢਦੀ ਹੈ, ਉਨਾ ਕੁ ਪਾਰਟ ਜ਼ਰੂਰ ਹੈਗਾ। ਬਾਕੀ ਸਟੋਰੀ ਅਸੀਂ ਜਿੰਨਾ ਵੀ ਉਹਦਾ ਪਾਤਰ ਹੈਗਾ ਉਹ ਮੰਗੇ ਦੇ ਆਲੇ ਦੁਆਲੇ ਹੀ ਰੱਖਿਆ, ਕਿਉਂਕਿ ਅਸੀਂ ਲੋਕਾਂ ਨੂੰ ਮੰਗੇ ਦਾ ਹਾਲਾਤ ਦਿਖਾਉਣੇ ਚਾਹੁੰਦੇ ਸੀਗੇ। ਉਹਦਾ ਘਰ ਇੱਕ ਟਾਈਮ, ਕਿਉਂਕਿ ਦੋ ਸਟੋਰੀਆਂ ਪੈਰਲਰ ਚੱਲ ਰਹੀਆਂ ਨੇ, ਇੱਕ ਤਾਂ ਕਾਲਜ ਲਾਈਫ ਵਾਲੀ ਚੱਲ ਰਹੀ ਹੈ, ਉਹਦੀ ਕਾਲਜ ਚੱਲ ਰਿਹਾ, ਅਤੇ ਇੱਕੋ ਚੱਲ ਰਿਹਾ। ਹਾਂ, ਜਪਜੀ ਜੀ ਦਾ ਮੈਂ ਨਹੀਂ ਕਹਿੰਦਾ ਕਿ ਬਹੁਤ ਪਾਵਰਫੁੱਲ ਕਿਰਦਾਰ ਹੈ, ਨਹੀਂ ਮੇਰੀਆਂ ਫਿਲਮਾਂ ਦੇ ਵਿੱਚ ਕੋਈ ਕੁੜੀ ਜਾਂ ਮੇਰੇ ਓਪੋਜ਼ਿਟ ਜਿਹੜੀ ਫੀਮੇਲ ਲੀਡ ਹੁੰਦੀ ਹੈ ਉਹਦਾ ਇੰਨਾ ਪਾਵਰਫੁੱਲ ਕਿਰਦਾਰ ਅੱਜ ਤੱਕ ਨਹੀਂ ਕਿਸੇ ਦਾ ਆਇਆ ਜੋ ਜਪਜੀ ਜੀ ਦਾ ਆਇਆ। ਸੋ ਉਹਨਾਂ ਨੇ ਉਹਨੂੰ ਨਿਭਾਇਆ ਵੀ ਬਾਖੂਬੀ ਹੈ, ਮੈਂ ਪਹਿਲਾਂ ਵੀ 2-3 ਇੰਟਰਵਿਊ 'ਚ ਇਹ ਗੱਲ ਕਹੀ ਹੈ, ਉਹ ਕਮਾਲ ਦਾ ਕਿਰਦਾਰ ਕੀਤਾ ਹੈ। ਔਰ ਹਾਂ, ਇਹ ਕਹਿ ਸਕਦੇ ਹੋ ਕਿ ਉਹਨੂੰ ਟਾਈਮ ਟਾਈਮ ਦੇ ਉੱਤੇ ਆ ਕੇ ਝੰਝੋੜਦੀ ਹੈ, ਉਹਨੂੰ ਟਾਈਮ ਟਾਈਮ ਦੇ ਉੱਤੇ ਆ ਕੇ ਕਹਿੰਦੀ ਹੈ ਕਿ ਤੂੰ ਕਿੱਦਾਂ, ਤੂੰ ਦੇਖ ਕਿੰਨਾ ਵਧੀਆ ਪਲੇਅਰ ਹੁੰਦਾ ਸੀਗਾ, ਚਲਾ ਮੇਰੇ ਨਾਲ ਵਾਲੀਬਾਲ ਖੇਡ, ਸਾਹਮਣੇ ਖੜਾ ਕਰ ਲੈਂਦੀ ਹੈ ਵਾਲੀਬਾਲ ਖੇਡ, ਉਹ ਤੋਂ ਇੱਕ ਬਾਲ ਨਹੀਂ ਚੱਕੀ ਜਾਂਦੀ, ਉਹਦੇ ਮੂੰਹ 'ਤੇ ਸਮੈਸ਼ਾਂ ਪੈਂਦੀਆਂ ਨੇ। ਸੋ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਹਿਲਾ ਕੇ ਰੱਖ ਦਿੰਦੀਆਂ ਨੇ, ਹੈ ਨਾ। ਸੋ ਬਿਲਕੁਲ ਉਹ ਕਹਿ ਸਕਦੇ ਹਾਂ ਆਪਾਂ ਇਸ ਚੀਜ਼ ਨੂੰ। ਅਤੇ ਜਾਂਦੇ ਜਾਂਦੇ ਅਪੀਲ ਕੀ ਕਰਨਾ ਚਾਹੋਗੇ ਜੀ ਦਰਸ਼ਕਾਂ? ਮੈਂ ਇਹੀ ਕਹੂੰਗਾ ਜੀ, ਅਸੀਂ ਇੱਕ ਚੰਗੀ ਫਿਲਮ ਲੈ ਕੇ ਆ ਰਹੇ ਹਾਂ, ਕੋਈ ਇੱਦਾਂ ਦੀ ਹੈਵੀ ਫਿਲਮ ਨਹੀਂ ਹੈਗੀ। ਵੀ ਜੇ ਕਿਸੇ ਦੀ ਆਟੋਬਾਇਓਗ੍ਰਾਫੀ ਆ, ਕਈ ਵਾਰ ਲੋਕ ਨਾ ਧਾਰਨਾ ਬਣਾ ਲੈਂਦੇ, ਇੱਦਾਂ ਦੀ ਥਿੰਕਿੰਗ ਹੋ ਜਾਂਦੀ ਹੈ ਕਿ ਯਾਰ ਇਹ ਕਿਤਾਬ 'ਤੇ ਹੋਊਗੀ, ਬੜੀ ਹੈਵੀ ਜੀ ਫਿਲਮ ਹੋਊਗੀ, ਸਾਹਿਤਕ ਜੀ ਬੁੱਕ ਹੋਊਗੀ, ਇੱਦਾਂ ਦਾ ਕੁਛ ਨਹੀਂ ਹੈ। ਫੁੱਲ ਇੰਟਰਟੇਨਿੰਗ ਫਿਲਮ ਹੈ ਜੀ, ਪੂਰੀ ਕੋਮੇਡੀ ਹੈ, ਪੂਰਾ ਰੋਮੈਂਸ ਹੈ, ਪੂਰਾ ਖੜਕਾ ਦੜਕਾ, ਔਰ ਇੱਕ ਬਹੁਤ ਚੰਗਾ ਅਤੇ ਵਧੀਆ ਮੈਸੇਜ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ। ਸੋ ਤੁਸੀਂ ਸਾਰੇ ਲਾਈਕ ਕਰੋਗੇ, 27 ਮਈ ਹੈ ਜੀ, ਰਹਿ ਕੇ ਥੋੜ੍ਹੇ ਜਿਹੇ ਦਿਨ ਆਇਓ ਜ਼ਰੂਰ ਦੇਖਣ। ਇੱਕ ਲਾਸਟ ਕੁਸ਼ਚਨ ਹੈਗਾ, ਫਿਕਸ਼ਨ ਕਿੰਨੇ ਪਰਸੈਂਟ ਆ ਸ਼ਰਾਰਤੀ ਤੱਤ? ਹੈਗੀ ਫਿਕਸ਼ਨ ਹੈਗੀ, ਫਿਕਸ਼ਨ ਤੋਂ ਬਿਨਾਂ ਸਿਨੇਮਾ ਅਧੂਰਾ। ਮੈਂ ਕਹਿ ਸਕਦਾ 60% ਰਿਐਲਿਟੀ ਹੈ, 35-40% ਫਿਕਸ਼ਨ ਆ, ਕਿਉਂਕਿ ਤੁਸੀਂ ਉਸ ਆਡੀਅੰਸ ਦਾ ਵੀ ਖਿਆਲ ਰੱਖਣਾ ਹੁੰਦਾ ਨਾ ਜਿਹੜੇ ਇੰਟਰਟੇਨਮੈਂਟ ਲਈ ਆਉਂਦੇ ਆ, ਹੈ ਨਾ। ਬਟ ਅਸੀਂ ਜੇ ਜੋ ਫਿਲਮ ਦੀ ਇੱਕ ਸੋਲ ਹੈ ਉਹਨੂੰ ਨਹੀਂ ਮਰਨ ਦਿੱਤਾ, ਰਿਐਲਿਟੀ ਤੋਂ ਦੂਰ ਨਹੀਂ ਗਏ, ਅਸੀਂ ਰੀਅਲ ਚੀਜ਼ਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ, ਫਿਕਸ਼ਨ ਉੱਥੇ ਤੱਕ ਰੱਖੀ ਆ, ਕਾਮੇਡੀ ਥੋੜ੍ਹਾ ਬਹੁਤ ਕਿ ਲੋਕਾਂ ਦਾ ਇੰਟਰਟੇਨਮੈਂਟ ਹੋਵੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਡਾਕੂ ਦਾ ਮੁੰਡਾ 2 ਰਿਲੀਜ਼ ਹੋ ਰਹੀ ਹੈ ਜਲਦ, ਅਤੇ ਤੁਸੀਂ ਦੇਖਣ ਜਾਣਾ ਸਿਨੇਮਾ ਘਰਾਂ ਦੇ ਵਿੱਚ, ਮੈਸੇਜ ਫੁੱਲ ਫਿਲਮ ਹੈ, ਇਹੋ ਜਿਹੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ, ਕਿਉਂਕਿ ਜਦੋਂ ਇੰਟਰਟੇਨਮੈਂਟ ਦੇ ਨਾਲ ਨਾਲ ਮੈਸੇਜ ਮਿਲਦੇ ਹੈਗੇ ਆ, ਅਤੇ ਇਹੋ ਜਿਹੇ ਸਿਨੇਮੇ ਨੂੰ ਸਾਡਾ ਵੀ ਫਰਜ਼ ਬਣਦਾ ਕਿ ਭਰਪੂਰ ਹੰਗ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ, ਅਤੇ ਮੈਂ ਸ਼ਾਇਨ ਕੋਟਕਪੂਰਾ। ਡਾਕੂਆਂ ਦੇ ਮੁੰਡੇ 2 ਦੀ ਪ੍ਰੈਸ ਕਾਨਫਰੰਸ 'ਤੇ ਪਹੁੰਚੇ ਹੋਏ ਹਾਂ, ਅਤੇ ਇਸ ਮੂਵੀ ਦੀ ਲੀਡ ਐਕਟਰੈਸ, ਬਹੁਤ ਹੀ ਸੋਹਣੀ ਜਿਹੀ ਅਦਾਕਾਰਾ ਸਾਡੀ ਪੰਜਾਬੀ ਫਿਲਮ ਜਗਤ ਦੀ, ਜਪਜੀ ਖਹਿਰਾ ਸਾਡੇ ਨਾਲ ਨੇ, ਮੈਮ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਮ, ਡਾਕੂਆਂ ਦਾ ਮੁੰਡਾ 2 ਦੀ ਜਦੋਂ ਗੱਲ ਆਉਂਦੀ ਹੈਗੀ ਹੈ, ਇਹੋ ਜਿਹੇ ਮੈਸੇਜ ਫੁੱਲ ਕੰਸੈਪਟ, ਇਹੋ ਜਿਹੇ ਮੈਸੇਜ ਫੁੱਲ ਸਬਜੈਕਟ ਜਦੋਂ ਆਉਂਦੇ ਹੈਗੇ ਪੰਜਾਬੀ ਇੰਡਸਟਰੀ ਦੇ ਵਿੱਚ, ਤਾਂ ਤੁਸੀਂ ਉਸ ਸਬਜੈਕਟ ਦਾ ਇੱਕ ਹਿੱਸਾ ਹੋ, ਕਿਵੇਂ ਮਹਿਸੂਸ ਕਰ? ਬਹੁਤ ਬਲੈਸਡ ਫੀਲ ਕਰਦੀ ਹਾਂ, ਖੁਸ਼ਨਸੀਬ ਸਮਝਦੀ ਹਾਂ ਆਪਣੇ ਆਪ ਨੂੰ ਕਿ ਇੰਨੀ ਸੋਹਣੀ ਫਿਲਮ ਜਿਹੜੀ ਇੱਕ ਸੁਨੇਹਾ ਦੇ ਰਹੀ ਆ ਸਮਾਜ ਦੇ ਵਿੱਚ, ਬਹੁਤ ਬੁਰਾਈਆਂ ਹੁੰਦੀਆਂ ਨੇ, ਬਟ ਇੱਕ ਆਪਣੇ ਸਮਾਜ ਦੇ ਵਿੱਚ ਜੋ ਚੱਲ ਰਿਹਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ, ਉਹਨਾਂ ਨੂੰ ਇੱਕ ਸੁਨੇਹਾ ਦੇਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ। ਸੋ ਉਸ ਮੈਸੇਜ ਦਾ ਮੈਂ ਹਿੱਸਾ ਬਣੀ ਹਾਂ, ਮੈਂ ਖੁਸ਼ਨਸੀਬ ਸਮਝਦੀ ਹਾਂ। ਤੁਸੀਂ ਬਹੁਤ ਹੀ ਨਜ਼ਦੀਕੀ ਨਾਲ ਵਾਚਿਆ, ਤੁਸੀਂ ਦੇਖਿਆ, ਕਿਉਂਕਿ ਉਹ ਕਰੈਕਟਰ ਜਿਵੇਂ ਦੇਵ ਖਰੋੜ ਹੋਣੀ ਉਸ ਕਰੈਕਟਰ ਨੂੰ ਪਲੇ ਕਰ ਰਹੇ ਸੀਗੇ, ਤੁਸੀਂ ਵਾਈਫ ਦਾ ਕਿਰਦਾਰ ਨਿਭਾ ਰਹੇ ਸੀਗੇ, ਅਤੇ ਤੁਸੀਂ ਉਸ ਨਜ਼ਦੀਕੀ ਨੂੰ ਵਾਚਿਆ ਜਿਹੜੇ ਨਸ਼ਾ ਕਰਦੇ ਨੇ ਲੋਕ, ਜਾਂ ਜਿਹੋ ਜਿਹੀ ਉਹਨਾਂ ਦੀ ਅਵਸਥਾ ਹੁੰਦੀ ਹੈ, ਤੁਸੀਂ ਉਹਨੂੰ ਉਸਨੂੰ ਦੇਖਿਆ, ਤਾਂ ਉਹ ਕਿੱਥੇ
ਦੇਵ ਕਰ ਰਹੇ ਸੀ ਜੋ ਬਿਕੋਜ਼ ਇਜ਼ ਅ ਵੈਰੀ ਗੁੱਡ ਐਕਟਰ ਹੈ ਨਾ, ਉਹਨਾਂ ਨੇ ਬਹੁਤ ਹੋਮਵਰਕ ਕੀਤਾ ਔਰ ਬਹੁਤ ਸਾਰੀਆਂ ਚੀਜ਼ਾਂ, ਮੰਗਾ ਅੰਟਾਲ ਜੀ ਦੀ ਸਟੋਰੀ ਆ ਉਹਨਾਂ ਦੀ, ਰੀਅਲ ਲਾਈਫ ਦੀ ਸਟੋਰੀ ਆ, ਸ਼ਰਾਰਤੀ ਤੱਤ ਕਿਤਾਬ ਆਈ ਉਹਦੇ 'ਤੇ ਬੇਸਡ, ਉਹਨਾਂ ਨੇ ਆਪ ਹੀ ਲਿਖੀ ਆ ਅਤੇ ਕਿੱਦਾਂ ਉਹਨਾਂ ਨੇ ਨਸ਼ੇ ਛੱਡੇ. ਸੋ ਦੇਵ ਨੇ ਜਦੋਂ ਉਹ ਚੀਜ਼ ਹੂ ਬਹੂ ਉੱਦਾਂ ਹੀ ਪਲੇ ਕੀਤੀ ਤਾਂ ਇੱਕ ਵਾਰੀ ਤਾਂ ਲੱਗਾ ਮਾਈ ਗੋਡ ਵੀ ਆਹ ਲਾਈਫ ਹੁੰਦੀ ਆ ਇਨਸਾਨ ਦੀ. ਔਰ ਬਹੁਤ ਇਹੋ ਜਿਹੇ ਪਾਰਟਸ ਵੀ ਸੀਗੇ ਜਿੱਥੇ ਇਹ ਬਹਿਸ ਵੀ ਹੁੰਦੀ ਸੀਗੀ ਤੂੰ ਨਸ਼ੇ ਛੱਡ ਦੇ, ਯੂ ਨੋ ਆਫਟਰ ਆਲ ਉਹ ਜਿਹੜੀ ਅੰਮ੍ਰਿਤ ਦਾ ਰੋਲ ਮੈਂ ਪਲੇ ਕਰ ਰਹੀ ਹਾਂ ਉਹਨਾਂ ਦੀ ਵਾਈਫ, ਕਿ ਮੈਂ ਉਹਨਾਂ ਵਾਸਤੇ ਹੀ ਮੈਂ ਕਿ ਜਿਹੜੀ ਰੀਅਲ ਲਾਈਫ ਵਾਲੀ ਅੰਮ੍ਰਿਤ ਆ ਉਹ ਆਪਣੇ ਮੰਗੇ ਨੂੰ ਉਹਦੀ ਹੀ ਲਾਈਫ ਉਹਨੂੰ ਜਿਉਣਾ ਸਿਖਾ ਰਹੀ ਸੀ. ਬਟ ਉਹ ਬੰਦਾ ਸੀ ਕਿ ਆਪਣੀ ਲਾਈਫ ਤੋਂ ਭੱਜ ਰਿਹਾ ਸੀ, ਜਿਹੜੇ ਇੰਨਾ ਅਨਮੂਲਾ ਜੀਵਨ ਰੱਬ ਨੇ ਦਿੱਤਾ ਆ ਉਹਨੂੰ ਠੋਕਰ ਮਾਰ ਰਿਹਾ ਸੀ, ਅਤੇ ਉਹ ਵਾਰ ਵਾਰ ਉਹਨੂੰ ਜਗਾਉਂਦੀ ਸੀ ਕਿ ਤੂੰ ਉੱਠ, ਤੂੰ ਨਸ਼ੇ ਛੱਡ ਦੇ, ਹੈ ਨਾ, ਤੇਰੇ 'ਤੇ ਤਾਂ ਇਫੈਕਟ ਕਰ ਰਹੇ, ਪੂਰੇ ਪਰਿਵਾਰ 'ਤੇ ਇਫੈਕਟ ਕਰ ਰਹੇ ਨੇ. ਸੋ ਉਹ ਜਿੱਦਾਂ ਚੀਜ਼ਾਂ ਮੈਂ ਕਦੀ ਦੇਖੀਆਂ ਨਹੀਂ ਸੀ, ਔਰ ਜਦੋਂ ਦੇਵ ਉਹ ਐਕਟਿੰਗ ਕਰ ਰਹੇ ਸੀ ਨਾ, ਆਈ ਵਾਜ਼ ਲਾਈਕ ਓਹ ਮਾਈ ਗੋਡ, ਇੰਨੀ ਗੰਦੀ ਲਾਈਫ ਹੁੰਦੀ ਹੈ, ਇੱਕ ਨਸ਼ੇੜੀ ਦੀ ਤਾਂ ਹੈ ਹੀ ਹੈ ਜੋ ਪਰਿਵਾਰ ਦੇ ਉੱਪਰ ਬੀਤ ਰਹੀ ਆ, ਬਹੁਤ ਟਫ ਸੀ. ਆਪਾਂ ਵੈਸੇ ਆਮ ਜ਼ਿੰਦਗੀ ਦੇ ਵਿੱਚ ਆਪਾਂ ਓਨੀ ਨਜ਼ਦੀਕੀ ਨਾਲ ਨਹੀਂ ਉਹਨਾਂ ਚੀਜ਼ਾਂ ਨੂੰ ਦੇਖ ਸਕਦੇ ਹੈਗੇ, ਜਦੋਂ ਕਰੈਕਟਰ ਜਦੋਂ ਆਪਣੇ ਕੋਲ ਕੋਈ ਆਉਂਦੀ ਹੈ, ਕੋਈ ਚੀਜ਼ ਪਲੇ ਕਰਨੇ ਆਉਂਦੀ ਹੈਗੀ ਆ ਤਾਂ ਦੇਖਦੇ ਹੈਗੇ, ਅਤੇ ਸਟੱਡੀ ਕਰਦੇ ਅਤੇ ਹੋਮਵਰਕ ਕਰਦੇ ਅਤੇ ਡੈਪਥ 'ਚ ਜਾਂਦੇ ਹਾਂ, ਅਤੇ ਫਿਰ ਪਤਾ ਲੱਗਦਾ ਕਿ ਓ ਮਾਈ ਗੋਡ. ਮੈਂ ਹਮੇਸ਼ਾ ਡਰੱਗ ਐਡਿਕਸ਼ਨ ਲਈ, ਜਿਹੜੇ ਡਰੱਗਸ ਦੇ ਪੀੜਤ ਲੋਕ ਨੇ, ਨਸ਼ੇੜੀ ਨੇ, ਮੈਂ ਹਮੇਸ਼ਾ ਉਹਨਾਂ ਲਈ ਕੁਛ ਕਰਨਾ ਚਾਹੁੰਦੀ ਸੀਗੀ ਕਿ ਮੇਰਾ ਕੋਈ ਇਹੋ ਜਿਹਾ ਯੋਗਦਾਨ ਰਹੇ ਕਿ ਮੈਂ ਅਵੇਅਰਨੈਸ ਫੈਲਾਵਾਂ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਆਪਾਂ ਨੂੰ, ਆਪਣੀਆਂ ਚੋਇਸਿਸ ਆਪਣੇ ਆਪ 'ਤੇ ਕੰਮ ਕਰਨਾ ਚਾਹੀਦਾ, ਆਪਣੀਆਂ ਚੋਇਸਿਸ 'ਤੇ ਕੰਮ ਕਰਨਾ ਚਾਹੀਦਾ. ਕਿਉਂਕਿ ਮੰਗਾ ਅੰਟਾਲ ਜੀ ਉਹ ਕਹਿੰਦੇ ਆ ਕਿ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ, ਮੈਂ ਕਿਹਾ ਤੁਹਾਨੂੰ ਨਸ਼ਿਆਂ 'ਤੇ ਲਾਇਆ ਕਿੰਨੇ, ਮੈਨੂੰ ਬੰਦਾ ਦੱਸੋ ਪਹਿਲਾਂ, ਤਾਂ ਉਹ ਕਹਿੰਦੇ ਇੱਦਾਂ ਕੋਈ ਨਹੀਂ ਆ ਤੁਹਾਨੂੰ ਨਸ਼ਿਆਂ 'ਤੇ ਲਾਉਂਦਾ, ਤੁਸੀਂ ਤੁਹਾਡੀ ਚੋਇਸ ਹੁੰਦੀ ਆ, ਤੁਸੀਂ ਆਪ ਲੱਗਦੇ ਹੋ. ਸੋ ਇਸ ਕਰਕੇ ਮੈਂ ਚਾਹੁੰਦੀ ਸੀ, ਬਟ ਲੱਕੀਲੀ ਮੈਨੂੰ ਇਹ ਫਿਲਮ ਮਿਲੀ ਜਿਹੜਾ ਸੁਨੇਹਾ ਦੇ ਰਹੀ ਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ. ਸਮਾਜ ਦਾ ਜਿਵੇਂ ਮਿੰਟੂ ਹੋਰਾਂ ਨਾਲ ਵੀ ਗੱਲਬਾਤ ਕਰ ਰਹੇ ਸੀਗੇ ਤਾਂ ਕਹਿੰਦੇ ਹੁੰਦੇ ਕਿ ਜਿਹੜਾ ਸਮਾਜ ਦਾ ਜਿਹੜਾ ਤਾਣਾ ਬਾਣਾ ਹੈਗਾ, ਚਲੋ ਉਹ ਤਾਂ ਹੈਗਾ ਹੀ ਹੈਗਾ, ਪਰ ਬੰਦੇ ਦੀ ਇੱਕ ਆਪਦੀ ਇੱਕ ਨਿੱਜੀ ਹੁੰਦੀ ਹੈ, ਕੋਈ ਬੰਦਾ ਆਪ ਨਹੀਂ ਕਿਸੇ ਬੰਦੇ ਨੂੰ ਲਾਉਂਦਾ ਹੁੰਦਾ ਨਸ਼ੇ 'ਤੇ, ਪਰ ਨਿੱਜੀ ਉਹ ਆਸੇ ਪਾਸੇ ਦਾ ਦੁਆਲਾ ਦੇਖ ਕੇ ਜਾਂ ਚੱਕਾ ਚੌਂਦ ਦੇਖ ਕੇ ਉਸ ਚੀਜ਼ਾਂ 'ਚ ਫਸ ਜਾਂਦਾ ਹੈਗਾ, ਫਿਰ ਉਸ ਤੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈਗਾ. ਪਰ ਉਸ ਵੇਲੇ ਜਦੋਂ ਉਹਨੂੰ ਸਮਝਾਉਂਦੇ ਹੁੰਦੇ ਆ, ਤੁਹਾਨੂੰ ਕੀ ਲੱਗਦਾ ਕਿ ਉਦੋਂ ਜਦੋਂ ਸਮਝਾਉਂਦੇ ਹੁੰਦੇ ਉਦੋਂ ਉਹਦੇ ਪੱਲੇ ਪੈਂਦੀ ਹੁੰਦੀ ਹੈ ਗੱਲ, ਜਿਹੜਾ ਨਸ਼ਾ ਕਰ ਰਿਹਾ ਹੁੰਦਾ ਜਦੋਂ ਉਹਨੂੰ ਸਮਝਾਉਂਦੇ? ਨਹੀਂ ਪੈਂਦੀ. ਕਿਉਂਕਿ ਅੰਮ੍ਰਿਤ ਹੋਣਾ ਨਾਲ ਜਦੋਂ ਮੇਰੀ ਗੱਲ ਹੋਈ ਸੀ ਉਹਨਾਂ ਦੇ ਵਾਈਫ, ਅਤੇ ਉਹਨਾਂ ਨੂੰ ਮੈਂ ਪੁੱਛਿਆ ਸੀਗਾ, ਕਹਿੰਦੇ ਕਿ ਇਹਨਾਂ ਨੂੰ ਵਾਰ ਵਾਰ ਕਹਿਣਾ ਪੈਂਦਾ ਹੁੰਦਾ ਸੀ, ਵਾਰ ਵਾਰ ਘਰ 'ਚ ਲੜਾਈਆਂ ਹੋਣੀਆਂ, ਔਰ ਥੋੜ੍ਹੀ ਦੇਰ ਲਈ ਕਹਿੰਦੇ ਸਮਝ ਆਉਂਦੇ ਆ, ਬਟ ਬਾਅਦ 'ਚੋਂ ਫਿਰ, ਕਿਉਂਕਿ ਐਡਿਕਸ਼ਨ ਆ ਨਾ, ਅਡਿਕਟ ਹੋਇਆ, ਹੈਬਿਟ ਬਣ ਗਈ ਆ, ਝੂਠ ਬੋਲਣ ਦੀ ਹੈਬਿਟ ਬਣ ਗਈ ਆ ਇਹਦੇ 'ਚ. ਦੇਵ ਮੈਨੂੰ ਝੂਠ ਬੋਲਦੇ ਨੇ, ਹੈ ਨਾ, ਇੱਕ ਸੀਨ ਆਉਂਦਾ ਕਿ ਬੱਚੇ ਨੂੰ ਛੱਡ ਕੇ ਕਿਤੇ ਭੁੱਲ ਜਾਂਦੇ ਨੇ, ਹੈ ਨਾ, ਅਤੇ ਫਿਰ ਝੂਠ ਬੋਲਦੇ ਕਿ ਯੂ ਨੋ ਹੱਥ 'ਤੇ ਸੱਟ ਲੱਗੀ ਹੁੰਦੀ ਆ, ਉਹ ਆਈ ਥਿੰਕ ਨਸ਼ਿਆਂ ਦੇ ਕਰਕੇ ਕੁਛ ਉਹਨਾਂ ਨੂੰ ਹੁੰਦੀ ਹੈ ਟ੍ਰਬਲ, ਅਤੇ ਉਹ ਬਹਾਨਾ ਬਣਾ ਦਿੰਦੇ ਕਿ ਨਹੀਂ ਭਰਿੰਡ ਲੜਿਆ ਯੇ ਵੋ ਬਲਾ ਬਲਾ ਬਲਾ, ਹੈ ਨਾ. ਸੋ ਆਈ ਥਿੰਕ ਉਹ ਥੋੜ੍ਹੀ ਹੈਬਿਟ ਬਣ ਜਾਂਦੀ ਆ, ਔਰ ਆਪਣੇ ਆਪ 'ਤੇ ਕੰਮ ਕਰਨਾ ਨਾ ਛੱਡੇ ਬੰਦਾ, ਆਈ ਥਿੰਕ ਦੈਟਸ ਵੈਰੀ ਇੰਪੋਰਟੈਂਟ. ਨਸ਼ਿਆਂ 'ਤੇ ਕੋਈ ਕਹਿੰਦੇ ਜਿੱਦਾਂ ਲਾਉਂਦਾ ਨਹੀਂ ਆ, ਆਪ ਹੀ ਇਨਸਾਨ ਲੱਗਦਾ. ਆਪਾਂ ਨੋਰਮਲ ਲਾਈਫ ਦੇ ਵਿੱਚ ਵੀ ਤਾਂ ਇੰਨੀਆਂ ਚੋਇਸਿਸ ਬਣਾਉਂਦੇ ਹਾਂ, ਕਿੰਨੀਆਂ ਆਪਣੇ ਸਾਹਮਣੇ ਇਹੋ ਜਿਹੀਆਂ ਸਿਚੁਏਸ਼ਨਸ ਆਉਂਦੀਆਂ ਕਿ ਗਲਤ ਔਰ ਸਹੀ ਚੂਜ਼ ਕਰਨਾ ਹੁੰਦਾ ਡੇਲੀ ਲਾਈਫ 'ਚ ਵੀ, ਆਪਾਂ ਤੁਹਾਡੇ 'ਚ ਵੀ ਹੋਣਗੇ, ਮੇਰੇ 'ਚ ਵੀ ਹੋਣਗੇ, ਹੈ ਨਾ. ਅਤੇ ਆਪਾਂ ਚੋਇਸ ਬਣਾਉਂਦੇ ਹਾਂ ਨਾ ਕਿ ਨਹੀਂ, ਰਾਈਟ ਚੋਇਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਇੱਦਾਂ ਹੀ ਆ. ਪਰ ਉਹ ਬੰਦਾ ਨਾ ਜਿਹੜਾ ਨਸ਼ੇੜੀ ਹੁੰਦਾ, ਹਿੰਮਤ ਲੂਜ਼ ਕਰ ਜਾਂਦਾ ਆ, ਉਹ ਇਹ ਮੋਟੀਵੇਸ਼ਨ ਲੂਜ਼ ਕਰ ਜਾਂਦਾ, ਇਹ ਮੋਟੀਵੇਸ਼ਨ ਉਹਨੂੰ ਉਹਦਾ ਪਰਿਵਾਰ ਹੀ ਦਿੰਦਾ. ਇਸ ਕੇਸ ਦੇ ਵਿੱਚ ਅੰਮ੍ਰਿਤ ਦਿੰਦੀ ਰਹੀ ਆ ਕਿ ਨਹੀਂ ਤੂੰ ਵਾਪਸ ਟਰੈਕ 'ਤੇ ਆ ਨਾ. ਔਰ ਗੁਰਬਾਣੀ ਨੇ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਸੀ, ਗੱਲ ਹੋਈ ਸੀ, ਉਹ ਕਹਿੰਦੇ ਗੁਰਬਾਣੀ ਨੇ ਮੇਰੀ ਬਹੁਤ, ਮੈਨੂੰ ਪੇਸ਼ੈਂਸ ਦਿੱਤੀ ਹੈ, ਸਬਰ ਦਿੱਤਾ ਆ, ਔਰ ਇਹ ਇਸ ਚੀਜ਼ ਨਾਲ ਲੜਨਾ, ਨਹੀਂ ਤਾਂ ਬੰਦਾ ਕਹਿੰਦਾ ਕਿ ਸੁਧਰ ਨਹੀਂ ਰਿਹਾ ਤਾਂ ਚਲੋ ਛੱਡ ਕੇ ਲਾਈਫ ਨਾਲ ਮੂਵ ਔਨ ਕਰਦੇ, ਬੱਚਾ ਵੀ ਪਾਲਣਾ, ਹੈ ਨਾ. ਸੋ ਉਹ ਕਹਿੰਦੇ ਨਹੀਂ, ਮੈਨੂੰ ਇਹ ਸੀਗਾ ਕਿ ਮੈਂ ਇਸ ਬੰਦੇ ਨੂੰ ਠੀਕ ਹੋਇਆ ਦੇਖਦੀ ਹਾਂ, ਅਤੇ ਗੁਰਬਾਣੀ ਵੱਲੋਂ ਮੈਨੂੰ ਬਹੁਤ ਪਾਵਰ ਮਿਲੀ ਆ. ਜੇ ਕਹਿ ਦਈਏ ਕਿ ਮੰਗਾ ਸਿੰਘ ਅੰਟਾਲ ਹੋਰਾਂ ਦੀ ਤਾਂ ਇਹ ਕਹਾਣੀ ਹੈਗੀ ਹੈਗੀ ਆ, ਪਰ ਜਿਹੜੀ ਉਹਨਾਂ ਦੀ ਵਾਈਫ ਅੰਮ੍ਰਿਤ, ਉਹਨਾਂ ਦੀ ਵੀ ਇੱਕ ਬਹੁਤ ਵੱਡੀ ਕਹਾਣੀ, ਕਿਉਂਕਿ ਉਹਨਾਂ ਨੇ ਬਹੁਤ ਸਪੋਰਟ ਕੀਤੀ, ਨਹੀਂ ਤਾਂ ਉਹ ਛੱਡ ਕੇ ਉਹ ਵੀ ਜਾ ਸਕਦੇ. ਯੈਸ, ਮੈਂ ਜਦੋਂ ਉਹਨਾਂ ਨੂੰ ਸੇਮ ਕੁਐਸਚਨ ਕਿਹਾ ਤੇ ਉਹ ਕਹਿੰਦੇ ਕਹਾਣੀ ਹੀ ਸਾਰੀ ਇਹਨਾਂ ਦੇ, ਹੀਰੋ ਇਹੀ ਨੇ ਫਿਲਮ ਦੇ, ਫਿਲਮ ਦੇ ਛੱਡੋ, ਉਹਨਾਂ ਦੀ ਪੂਰੀ ਲਾਈਫ 'ਤੇ ਕਹਿੰਦੇ ਮੇਰੀ ਹੀਰੋ ਹੈਗੇ ਨੇ. ਚਲੋ ਕੁਛ ਸਿਨੇਮੈਟਿਕ ਤੌਰ 'ਤੇ ਬਹੁਤ ਸਾਰੀਆਂ ਚੀਜ਼ਾਂ ਲਿਬਰਟੀ ਲੈਣੀ ਪੈਂਦੀ ਹੈ, ਸਾਨੂੰ ਕੁਛ ਹੋਰ ਦਿਖਾਉਣਾ ਪੈਂਦਾ, ਬਟ ਉਹ ਕਹਿੰਦੇ ਕਿ ਅਗਰ ਇਹ ਨਾ ਕਰਦੇ ਤਾਂ ਪੋਸੀਬਲ ਨਹੀਂ ਸੀ ਅੱਜ ਮੈਂ ਇੱਥੇ ਬੈਠਾ ਹੁੰਦਾ. ਸੋ ਕ੍ਰੈਡਿਟ ਕਹਿੰਦੇ ਮੈਂ ਆਪਣੀ ਵਾਈਫ ਨੂੰ ਦਿੰਦਾ. ਤੁਸੀਂ ਇਸ ਫਿਲਮ ਦੇ ਵਿੱਚ ਇੱਕ ਸਪੋਰਟਸ ਪਰਸਨ ਦਾ ਕਿਰਦਾਰ ਵੀ ਨਿਭਾਇਆ ਹੋਇਆ ਹੈਗਾ, ਵਾਲੀਬਾਲ ਪਲੇਅਰ, ਅਤੇ ਕੀ ਮਿਹਨਤਾਂ ਕੀ ਕਰਨੀਆਂ ਪਈਆਂ ਸਾਨੂੰ? ਵੇਟ ਲੂਜ਼ ਕਰਨਾ ਪਿਆ ਸੀ, 16 ਕਿਲੋ ਵੇਟ ਲੂਜ਼ ਕੀਤਾ, ਕਿਉਂਕਿ ਉਹ ਕਨਵਿੰਸਿੰਗ ਲੱਗਣਾ ਚਾਹੀਦਾ ਸੀ
ਸੋ ਕਾਫੀ ਵੇਟ ਲੂਜ਼ ਕੀਤਾ, ਫਿਜ਼ੀਕਲ ਕਾਫੀ ਕੰਮ ਕੀਤਾ, ਫਿਟਨੈਸ ਟਾਈਮ ਥੋੜਾ ਸੀ ਤੇ ਹੋਰ ਬਾਕੀ ਇਹਨਾਂ ਚੀਜ਼ਾਂ ਤੇ ਵਰਕ ਕੀਤਾ, ਹੋਮਵਰਕ। ਹਾਂ, ਅੰਮ੍ਰਿਤ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹ ਕੀ ਫੀਲ ਕਰ ਰਹੇ ਸੀ, ਨੋਟਸ ਬਣਾਏ, ਹੋਮਵਰਕ ਕੀਤਾ, ਜਿੱਥੇ ਜਿੱਥੇ ਲੋੜ ਪੈਂਦੀ ਸੀਗੀ ਮੈਂ ਕੰਟੈਕਟ ਕਰਦੀ ਸੀ ਉਹਨਾਂ ਨੂੰ। ਜਬ ਜੀ ਇੱਕ ਗੱਲ ਜ਼ਰੂਰ ਦੱਸਿਓ, ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਜਦੋਂ ਮੋਟੀਵੇਸ਼ਨ ਨਹੀਂ ਹੁੰਦਾ ਜਾਂ ਕੋਈ ਕਹਿੰਦੇ ਹੁੰਦੇ ਆ ਕੋਈ ਟਿੱਚਾ ਨਹੀਂ ਹੁੰਦਾ ਹੈਗਾ, ਵੇਟ ਸਭ ਦੇ ਵੱਧਦੇ ਹੈਗੇ ਆ, ਸਾਰੇ ਜ਼ਿਆਦਾ ਵੱਧਦੇ, ਪਰ ਜਦੋਂ ਐਕਟਰਸ ਜਾਂ ਐਕਟਰ ਦੀ ਵਾਰੀ ਆਉਂਦੀ ਹੈਗੀ ਤਾਂ ਉਹ ਕਹਿੰਦੇ ਵੀ ਫਿਲਮ ਆਈ ਅਸੀਂ ਘਟਾ ਲਿਆ ਸੀ, ਇੰਨੇ ਕਿਲੋ ਘਟਾ ਲਿਆ ਸੀ, ਇੰਨੇ ਕਿਲੋ ਘਟਾ ਲਿਆ, ਉਹ ਕਿਵੇਂ ਪੋਸੀਬਲ ਕਿਵੇਂ ਹੁੰਦਾ ਹੈ? ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਆਪਣਾ ਦੱਸ ਦਿੱਤੀ ਕਿ ਦਿਮਾਗ 'ਤੇ ਪ੍ਰੈਸ਼ਰ ਤਾਂ ਛੱਡੋ, ਮੈਂ ਚੈਲੰਜ ਖੁਦ ਐਕਸੈਪਟ ਕੀਤਾ ਸੀ, ਸਰ ਨੇ ਕਿਹਾ ਸੀ ਇੰਨਾ ਵੇਟ ਲੂਜ਼ ਕਰਨਾ ਪੈਣਾ, ਸੋ ਬਿਨਾਂ ਸੋਚੇ ਸਮਝੇ ਆਈ ਵਾਜ਼ ਲਾਈਕ ਮੈਂ ਕਰ ਲੂੰਗੀ। ਹੁਣ ਜਦੋਂ ਕਹਿ ਤਾ ਮੈਂ ਕਰ ਲੂੰਗੀ ਤਾਂ ਜ਼ੁਬਾਨ ਦਿੱਤੀ ਤਾਂ ਕਰਨਾ ਤਾਂ ਪਏਗਾ, ਬਟ ਮੈਂ ਕਰਨਾ ਵੀ ਚਾਹੁੰਦੀ ਸੀ। ਸੋ ਕਿਉਂਕਿ ਬੈਨੀਫਿਟ ਉੰਨਾ ਹੀ ਵਧੀਆ ਫਿਲਮ ਲਈ, ਉੰਨਾ ਹੀ ਅੱਛਾ ਦਿਸੇਗਾ, ਕਨਵਿੰਸਿੰਗ ਦਿਸੇਗਾ ਸਕਰੀਨ 'ਤੇ, ਅੱਛਾ ਤਾਂ ਚਲੋ ਛੱਡੋ, ਵੀ ਲੱਗਣਾ ਚਾਹੀਦਾ ਕਿ ਵਾਲੀਬਾਲ ਖੇਡਦੀ ਆ ਕੁੜੀ, ਹੈ ਨਾ। ਅਤੇ ਸੌਖਾ ਕੰਮ ਨਹੀਂ ਆ, ਇਟਸ ਟਫ ਵੇਟ ਲੂਜ਼ ਕਰਨਾ। ਔਰ ਐਕਟਰਸ ਤਾਂ ਕਾਫੀ ਵਾਰੀ, ਜਿੱਦਾਂ ਮੇਰੇ ਕੇਸ ਮੈਂ ਕਾਫੀ ਵਾਰੀ ਵਧਾ ਲੈਂਦੀ ਹਾਂ, ਕਈ ਵਾਰੀ ਮੈਂ ਘਟਾਇਆ ਵੀ ਆ, 30-35 ਕਿਲੋ ਵੀ ਘਟਾਇਆ ਹੋਇਆ 2 ਵਾਰੀ ਲਾਈਫ ਦੇ ਵਿੱਚ। ਇੱਕ ਵਾਰੀ ਆਈ ਥਿੰਕ ਸਿੰਘ ਵਰਸਿਸ ਕੌਰ ਤੋਂ ਪਹਿਲਾਂ, ਔਰ ਇੱਕ ਵਾਰੀ ਪਤਾ ਨਹੀਂ ਕਿਹੜੀ ਫਿਲਮ ਸੀ, ਕੁੜਮਾਈਆਂ ਤੋਂ ਪਹਿਲਾਂ ਸ਼ਾਇਦ, ਔਰ ਹੁਣ ਫਿਰ ਮੈਂ 16 ਕਿਲੋਜ਼, ਲੱਕੀਲੀ ਘੱਟ ਸੀਗਾ ਪਹਿਲਾਂ ਨਾਲੋਂ ਤਾਂ, 30-35 ਨਾਲੋਂ ਤਾਂ, ਬਟ ਪਰ ਤੁਸੀਂ ਜਿਹੜੇ ਵੀ ਕਿਰਦਾਰ 'ਚ ਆਡੀਅੰਸ ਦੇ ਸਾਹਮਣੇ ਆਉਂਦੇ ਹੋ, ਸਾਰੀ ਆਡੀਅੰਸ ਤੁਹਾਨੂੰ ਪਿਆਰ ਦਿੰਦੀ ਹੈਗੀ ਆ, ਪਿਆਰੇ ਕਿਰਦਾਰ ਹੁੰਦੇ ਹੈਗੇ ਤੁਹਾਡੇ, ਅਤੇ ਜਾਂਦੇ ਜਾਂਦੇ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ, ਕਿਵੇਂ ਮੈਸੇਜ ਦੇਣਾ ਚਾਹੋਗੇ, ਕੀ ਅਪੀਲ ਕਰਨਾ ਚਾਹੋਗੇ ਕਿ ਕਿਵੇਂ ਫਿਲਮ ਦੇਖਣਾ ਹੁਣ ਡਾਕੂ ਦਾ ਮੁੰਡਾ 2? ਇਹੀ ਮੈਂ ਕਹਿਣਾ ਚਾਹਾਂਗੀ ਕਿ 27 ਮਈ ਨੂੰ ਫਿਲਮ ਸਾਡੀ ਲੱਗ ਰਹੀ ਹੈ ਡਾਕੂ ਦਾ ਮੁੰਡਾ 2, ਅਤੇ ਤੁਸੀਂ ਪਲੀਜ਼ ਜਾ ਕੇ ਜ਼ਰੂਰ ਦੇਖਿਓ, ਆਪਣਾ ਫਰਜ਼ ਬਣਦਾ ਆ ਇਹ ਫਿਲਮ ਨੂੰ ਦੇਖਣਾ, ਕਿਉਂਕਿ ਬਹੁਤ ਸੋਹਣਾ ਸੁਣਿਆ। ਔਰ ਮੈਂ ਚਾਹੁੰਦੀ ਹਾਂ ਕਿ ਇਹ ਫਿਲਮ ਬਹੁਤ ਹੱਦ ਤੱਕ ਬੱਚੇ ਵੀ ਦੇਖ ਸਕਦੇ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਤੋਂ ਇਹ ਪਤਾ ਚੱਲੇਗਾ ਕਿ ਇਹ ਕੰਮ ਅਸੀਂ ਜ਼ਿੰਦਗੀ 'ਚ ਨਹੀਂ ਕਰਨੇ। ਇੱਕ ਆਪਾਂ ਬੱਚੇ ਨੂੰ ਕਹਿੰਦੇ ਹਾਂ ਕਿ ਤੂੰ ਇੱਦਾਂ ਨਹੀਂ ਕਰਨਾ, ਨਹੀਂ ਸੌਂਦਾ, ਪਰ ਕਈ ਵਾਰੀ ਜਿਹੜਾ ਸਿਨੇਮਾ ਆ, ਆਪਾਂ ਕਹਿੰਦੇ ਕਿ ਬਹੁਤ ਪਾਵਰਫੁੱਲ ਆ, ਇੰਪੈਕਟ ਛੱਡ ਜਾਂਦਾ ਆ, ਹੈ ਨਾ, ਆਪਣੇ ਉਹਦੇ 'ਤੇ ਛਾਪ ਛੱਡਦਾ ਆ, ਤਾਂ ਇਹ ਤੋਂ ਉਹਨਾਂ ਨੂੰ ਇਹ ਸੁਨੇਹਾ ਮਿਲੇਗਾ ਕਿ ਆਹ ਗਲਤ ਕੰਮ, ਆਹ ਨਸ਼ਿਆਂ ਵਾਲੇ ਕੰਮ, ਇਹਦੇ ਨਾਲ ਆਹ ਕੰਸੀਕੁਐਂਸਿਸ, ਆਹ ਅੰਜਾਮ ਹੁੰਦਾ ਆ, ਅਤੇ ਇਹ ਕੰਮ ਅਸੀਂ ਨਹੀਂ ਕਰਨੇ। ਇੱਕ ਬਹੁਤ ਸੋਹਣਾ ਲੈਸਨ ਆ ਜਿਹੜਾ ਕਿ ਸਾਨੂੰ ਐਜੂਕੇਸ਼ਨ ਦੇ ਥਰੂ ਦੇਣਾ ਚਾਹੀਦਾ ਆ, ਅਵੇਅਰਨੈਸ ਫੈਲਾਉਣੀ ਚਾਹੀਦੀ ਆ ਕਿ ਆਹ ਕੰਮ ਨਹੀਂ ਕਰਨੇ ਚਾਹੀਦੇ, ਪਰ ਉਲਟਾ ਆਪਾਂ ਉਹਨੂੰ ਪ੍ਰਮੋਟ ਕਰ ਰਹੇ ਹਾਂ। ਇਹ ਫਿਲਮ ਪ੍ਰਮੋਟ ਨਹੀਂ ਕਰ ਰਹੀ, ਇਹ ਫਿਲਮ ਇਹ ਕਹਿ ਰਹੀ ਆ ਕਿ ਤੁਹਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ, ਔਰ ਜੇ ਕਰਦੇ ਹੋ ਤਾਂ ਤੁਹਾਡਾ ਕੀ ਹਾਲ ਹੁੰਦਾ ਉਹ ਤੁਸੀਂ 27 ਮਈ ਨੂੰ ਜਾ ਕੇ ਵੇਖ ਸਕਦੇ ਹੋ। ਧੰਨਵਾਦ ਜੀ, ਥੈਂਕ ਯੂ। ਤੁਸੀਂ ਦੇਖਦੇ ਰਹੋ ਚਸਕਾ ਟੀਵੀ। ਮੈਂ ਕੁਛ ਵੀ ਨਹੀਂ ਕਰਨਾ ਚਾਹੁੰਦਾ, ਪੈਸੇ ਦੇ ਪਿੱਛੇ ਵੀ ਮੈਨੂੰ ਬੜਾ ਭੱਜ ਦੌੜ ਨਹੀਂ ਰਹਿੰਦੀ, ਮੈਨੂੰ ਇਹ ਵੀ ਨਹੀਂ ਰਹਿੰਦਾ ਕਿ ਮੈਨੂੰ ਆਹ ਗੱਡੀ ਚਾਹੀਦੀ ਹੈ, ਮੈਂ ਆਹ ਹਵੇਲੀ ਚਾਹੀਦੀ ਹੈ। ਮੈਂ ਕਿਤੇ ਬੈਠਾ, ਮੰਨ ਲਓ ਮੈਂ 10-20 ਜਣੇ ਬੈਠੇ ਹੈ, ਜੇ ਮੈਂ ਅਗਰ ਉਹਨਾਂ ਨੂੰ ਨਹੀਂ ਜਾਣਦਾ ਜਾਂ ਇੱਕ ਅੱਧੇ ਬੰਦੇ ਨੂੰ ਜਾਣਦਾ, ਜੇ ਇੱਕ ਨੂੰ ਜਾਣਦਾ ਉਹਦੇ ਨਾਲ ਥੋੜ੍ਹੀ ਬਹੁਤੀ ਗੱਲ ਕਰ ਲੂੰਗਾ। ਮੈਂ 5 ਘੰਟੇ ਬੈਠੇ ਤਾਂ 5 ਘੰਟੇ ਮੈਂ ਚੁੱਪ ਬਹਿ ਸਕਦਾ, ਮੈਨੂੰ ਕਿਸੇ ਮਿੱਤਰ ਨਾਲ ਵੀ ਖੁੱਲ੍ਹਣ 'ਤੇ ਮੈਨੂੰ ਘੱਟੋ ਘੱਟ 2-3 ਸਾਲ ਲੱਗ ਜਾਂਦੇ ਆ। ਜਿਹੜਾ ਕੋਈ ਸ਼ਖਸ ਮੇਰੀ ਜ਼ਿੰਦਗੀ 'ਚ ਇੱਕ ਵਾਰੀ ਆ ਗਿਆ, ਉਹ ਫਿਰ ਪੂਰੀ ਜ਼ਿੰਦਗੀ ਲਈ ਮੇਰੀ ਜ਼ਿੰਦਗੀ 'ਚ ਆਓ। ਤੁਸੀਂ ਰਿਸ਼ਤਾ ਇੰਨੀ ਠਰਮੇ ਦੇ ਨਾਲ ਬਿਲਡ ਕਰੋ ਕਿ ਤੁਹਾਨੂੰ ਉਹਦਾ ਪਤਾ ਹੋਵੇ, ਉਹਨੂੰ ਤੁਹਾਡਾ ਪਤਾ ਹੋਵੇ, ਉਹੀ ਇਨਸਾਨ ਤੁਹਾਡੇ ਨਾਲ ਕੱਟੂਗਾ ਜਿਹਦੇ ਵਰਗੇ ਤੁਸੀਂ ਹੋ ਜਾਂ ਉਹ ਤੁਹਾਡੇ ਵਰਗਾ ਹੈ। ਕਿਸੇ ਨੂੰ ਛੱਡਦਾ ਜਾਂ ਕੋਈ ਮੈਨੂੰ ਛੱਡਦਾ ਤਾਂ ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਨਾ ਯਾਰੀ ਦੋਸਤੀ 'ਚ ਕੰਪੀਟੀਸ਼ਨ ਹੁੰਦਾ ਕੋਈ, ਨਾ ਯਾਰੀ ਦੋਸਤੀ 'ਚ ਕੋਈ ਜੈਲਸੀ ਹੁੰਦੀ ਹੈ, ਯਾਰ ਦੋਸਤ ਤਾਂ ਸਗੋਂ ਪਿੱਛੋਂ ਪੁਸ਼ ਕਰਨ ਵਾਲੇ ਹੁੰਦੇ। ਹਾਂ ਯਾਰਾਂ ਦੇ ਸਿਰਾਂ 'ਤੇ ਫਿਰਦੇ ਆ, ਨੱਚਦੇ ਹੋ ਵੈਰੀ ਰਹਿਣ ਮੱਚਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਅਤੇ ਮੈਂ ਸ਼ਾਇਨ ਕੋਟਪੁਰਾ। ਡਾਕੂਆਂ ਦਾ ਮੁੰਡਾ 2 ਪ੍ਰੈਸ ਕਾਨਫਰੰਸ 'ਤੇ ਆਏ ਹੋਏ ਹਾਂ ਅਤੇ ਇਸ ਮੂਵੀ ਦੇ ਬਹੁਤ ਹੀ ਅਹਿਮ ਕਿਰਦਾਰ ਬਾਈ ਨਿਸ਼ਾਨ ਭੁੱਲਰ ਸਾਡੇ ਨਾਲ ਨੇ। ਬਾਈ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬਾਈ ਜੀ, ਪਹਿਲਾਂ ਤਾਂ ਇਸ ਮੂਵੀ ਦਾ, ਇਸ ਮੈਸੇਜਫੁੱਲ ਮੂਵੀ ਦਾ ਹਿੱਸਾ ਬਣ ਕੇ ਕਿੱਦਾਂ ਦਾ ਫੀਲ ਲੱਗ? ਬਹੁਤ ਵਧੀਆ ਲੱਗ ਰਿਹਾ ਕਿਉਂਕਿ ਸਾਰੀ ਟੀਮ ਇੰਨੀ ਅੱਛੀ ਟੀਮ ਹੈ, ਪ੍ਰੋਡਿਊਸਰ ਤੋਂ ਲੈ ਕੇ, ਡਾਇਰੈਕਟਰ ਤੋਂ ਲੈ ਕੇ, ਐਕਟਰਸ ਤੋਂ ਲੈ ਕੇ, ਅਤੇ ਸਾਰੇ ਬਹੁਤ ਅੱਛੇ ਇਨਸਾਨ ਨੇ, ਸਾਰੇ ਬਹੁਤ ਸਪੋਰਟਿਵ ਸੀ, ਬਹੁਤ ਬਹੁਤ ਵਧੀਆ ਲੱਗਦਾ, ਔਰ ਹਰ ਇੱਕ ਬੰਦਾ ਚੰਗੇ ਲੋਕਾਂ ਨਾਲ ਕੰਮ ਕਰਨਾ ਚਾਹੂਗਾ। ਜਿਵੇਂ ਕਹਾਣੀ ਹੈ ਮੰਗਾ ਸਿੰਘ ਅੰਟਾਲ ਹੋਰਾਂ ਦੀ ਇਸ ਮੂਵੀ ਦੇ ਵਿੱਚ, ਤਾਂ ਪੰਜਾਬ ਦਾ ਕਿਤੇ ਨਾ ਕਿਤੇ ਬਹੁਤ ਹੱਦ ਤੱਕ, ਜਦੋਂ ਕਹਿ ਦਿੰਦੇ ਹੈਗੇ ਆ ਵੀ ਨਸ਼ਾ ਜ਼ਿਆਦਾ ਪ੍ਰਮੋਟ ਹੋ ਰਿਹਾ ਜਾਂ ਨਸ਼ਾ ਕਾਫੀ ਹੋ ਗਿਆ, ਜਿਹੜਾ ਯੰਗ ਜਨਰੇਸ਼ਨ ਜਿਹੜੀ ਜ਼ਿਆਦਾ ਕਰ ਰਹੀ ਹੈਗੀ ਹੈ, ਤਾਂ ਉਹਨਾਂ ਨੂੰ ਕੀ ਸਿੱਖਿਆ ਮਿਲੂਗੀ ਇਸ ਮੂਵੀ? ਦੇਖੋ ਕੀ ਹੁੰਦਾ ਕਿ ਜਦੋਂ ਕੋਈ ਵੀ ਸ਼ਖਸ ਜਦੋਂ ਐਕਸਟ੍ਰੀਮ ਲੈਵਲ 'ਤੇ ਜਾ ਕੇ ਮੁੜਦਾ ਹੈ ਨਾ, ਐਕਸਟ੍ਰੀਮ ਲੈਵਲ ਤੋਂ ਜਦੋਂ ਜਾ ਕੇ ਉਹ ਮਤਲਬ ਜ਼ਿੰਦਗੀ ਦੀ ਮੁੱਖ ਧਾਰਾ 'ਚ ਆਉਂਦਾ ਜਦੋਂ, ਤਾਂ
ਉਹ ਜਿਹੜੀ ਉਹਦੀ ਇੱਕ ਜਰਨੀ ਹੈ, ਉਹਦੀ ਜਿਹੜੀ ਇੱਕ ਉਹਦੀ ਜਿਹੜੀ ਯਾਤਰਾ ਹੈ, ਉਹਦਾ ਜਿਹੜਾ ਸਫ਼ਰ ਹੈ ਉਸ ਦੌਰਾਨ ਉਹ ਕਿਹੜੇ ਹਾਲਾਤਾਂ 'ਚੋਂ ਨਿਕਲਿਆ, ਕਿਹੜੀ ਮਤਲਬ ਜਿਵੇਂ ਮੰਗਾ ਬਾਈ ਜਿਵੇਂ ਕਿਵੇਂ ਉਹਨਾਂ ਨੇ ਕਿਵੇਂ ਕਿਹੋ ਜਿਹਾ ਸਰਕਲ ਬਣਿਆ ਜਿੱਥੇ ਜਾ ਕੇ ਉਹ ਨਸ਼ਿਆਂ 'ਚ ਪਏ, ਫਿਰ ਉਹ ਨਸ਼ੇ ਕਰਕੇ ਉਹਨਾਂ ਨੂੰ ਸਵਾਦ ਆਉਣ ਲੱਗ ਗਿਆ, ਗੁੰਡਾਗਰਦੀ 'ਚ ਪੈ ਗਏ, ਕਾਲਜ ਦੇ ਵਿੱਚ ਉਹਨਾਂ ਨੇ ਕੀ ਕੀ ਚੀਜ਼ਾਂ ਕੀਤੀਆਂ, ਉਹਨਾਂ ਨੂੰ ਉਸ ਚੀਜ਼ 'ਚ ਸਵਾਦ ਆਉਣ ਲੱਗ ਗਿਆ, ਫਿਰ ਇੱਕਦਮ ਜਾ ਕੇ ਉਹਨਾਂ ਨੇ ਦੇਖਿਆ ਵੀ ਇਹ ਚੀਜ਼ਾਂ ਮੇਰੀ ਜ਼ਿੰਦਗੀ ਨੂੰ, ਮੇਰੇ ਬੱਚਿਆਂ ਨੂੰ, ਮੇਰੀ ਵਾਈਫ ਨੂੰ, ਪੇਰੈਂਟਸ ਨੂੰ, ਯਾਰਾਂ ਦੋਸਤਾਂ ਨੂੰ, ਸੁਸਾਇਟੀ ਨੂੰ ਕਿਵੇਂ ਇਫੈਕਟ ਕਰ ਰਹੀ ਹੈ, ਤਾਂ ਉਹ ਇੱਕਦਮ ਕੋਈ ਚੰਗਿਆਰੀ ਉਹਨਾਂ ਦੇ ਅੰਦਰ ਆਈ ਅਤੇ ਉਹਨਾਂ ਨੇ ਉਸ ਚੀਜ਼ ਨੂੰ ਰਿਟਰਨ ਉਸ ਤੋਂ ਮੋੜ ਲਿਆ, ਇੱਕ ਮੋੜ ਲੈ ਕੇ ਵੀ ਨਹੀਂ ਵੀ ਮੈਂ ਇਸ ਚੀਜ਼ 'ਚ ਨਹੀਂ ਰਹਿਣਾ, ਮੈਨੂੰ ਵੀ ਮੈਂ ਵੀ ਮੇਰੇ ਕਰਕੇ ਹੋਰ ਜ਼ਿੰਦਗੀਆਂ ਬਰਬਾਦ ਨਹੀਂ ਕਰਨੀਆਂ। ਅਤੇ ਜਦੋਂ ਕੋਈ ਵੀ ਸਾਡਾ ਕੋਈ ਛੋਟਾ ਭਰਾ, ਕੋਈ ਵੱਡਾ ਭਰਾ ਜਿਹੜਾ ਇਸ ਦਲਦਲ ਦੇ ਵਿੱਚ ਫਸਿਆ ਹੋਇਆ, ਜਦੋਂ ਉਹ ਉਸ ਚੀਜ਼ ਨੂੰ ਦੇਖੂਗਾ, ਉਸ ਚੀਜ਼ ਨੂੰ ਸਮਝੂਗਾ, ਤਾਂ ਨੈਚੁਰਲੀ ਉਹਨੂੰ ਕਿਤੇ ਨਾ ਕਿਤੇ, ਕਿਉਂਕਿ ਜਦੋਂ ਉਹ ਪੂਰੀ ਜਰਨੀ ਉਹ ਦੇਖੂਗਾ ਤਾਂ ਉਹ ਆਪਣੇ ਆਪ ਨੂੰ ਰਿਲੇਟ ਕਰੂਗਾ। ਜਦੋਂ ਫਿਰ ਉਹ ਮੈਨੂੰ ਲੱਗਦਾ ਵੀ ਜੇ 100 ਚੋਂ 10 ਬੰਦੇ ਵੀ ਉਸ ਚੀਜ਼ ਨੂੰ ਉਹ ਕਰ ਗਏ, ਪਕੜ ਗਏ, ਤਾਂ ਗੱਲ ਬਣ ਗਈ। ਜੋ ਆਪਾਂ ਆਪਣਾ ਐਫਰਟ ਹੈ, ਜੋ ਜਿਸ ਚੀਜ਼ ਲਈ ਆਪਾਂ ਚੀਜ਼ ਕਰਦੇ ਹਾਂ, ਆਪਣਾ ਸਫਲ ਹੈ ਉਹਦੇ ਵਿੱਚ, ਸਕਸੈਸ ਹੋ ਜਾਂਦੇ ਹਾਂ। ਇਸ ਮੂਵੀ ਦੇ ਵਿੱਚ ਜਿਵੇਂ ਵੈਸੇ ਤੁਹਾਡੀਆਂ ਜਿੰਨੇ ਵੀ ਗਾਣੇ ਵੀ ਸੁਣਦੇ ਹਾਂ ਜਾਂ ਜਦੋਂ ਮੂਵੀਜ਼ ਦੇ ਵਿੱਚ ਵੀ ਦੇਖਦੇ ਹਾਂ, ਜ਼ਿਆਦਾਤਰ ਰੋਲਸ ਨਿਸ਼ਾਨ ਹੋਰਾਂ ਦੇ ਇੰਟੈਂਸ ਜਿਹੇ ਰੋਲ ਜ਼ਿਆਦਾ ਨਿਸ਼ਾਨ ਪੁਲਰ ਸਿਲੈਕਟ ਕਰਦੇ ਨੇ, ਇਹਦਾ ਕੀ ਕਾਰਨ? ਐਕਚੁਅਲੀ ਇੰਟੈਂਸ ਦੀ ਗੱਲ ਨਹੀਂ, ਬੇਸਿਕਲੀ ਮੈਂ ਜਿਵੇਂ ਕੁਛ ਵੀ ਨਹੀਂ ਕਰਨਾ ਚਾਹੁੰਦਾ, ਮਤਲਬ ਮੈਨੂੰ ਵੀ ਆਹ ਵੀ ਕਰ ਲਓ, ਆਹ ਵੀ ਕਰ ਲਓ, ਉਹ ਮੇਰਾ ਮੈਥੋਂ ਨਹੀਂ ਹੁੰਦਾ। ਹੁਣ ਕੋਈ ਉਹਨੂੰ ਕੋਈ ਚੰਗਾ ਮੰਨੇ, ਕੋਈ ਉਹਨੂੰ ਮਾੜਾ ਮੰਨੇ, ਤਾਂ ਬੜਾ ਕੋਈ ਮੈਂ ਪੈਸੇ ਦੇ ਪਿੱਛੇ ਵੀ ਮੈਨੂੰ ਬੜਾ ਭੱਜ ਦੌੜ ਨਹੀਂ ਰਹਿੰਦੀ, ਵੀ ਮੈਨੂੰ ਇਹ ਵੀ ਨਹੀਂ ਰਹਿੰਦਾ ਕਿ ਮੈਨੂੰ ਆਹ ਗੱਡੀ ਚਾਹੀਦੀ ਹੈ, ਮੈਂ ਆਹ ਹਵੇਲੀ ਚਾਹੀਦੀ ਹੈ। ਮੈਂ ਖੁਸ਼ ਹਾਂ, ਮਤਲਬ ਮੈਨੂੰ ਸਭ ਤੋਂ, ਮੇਰੀ ਜ਼ਿੰਦਗੀ 'ਚ ਸਭ ਤੋਂ ਜ਼ਰੂਰੀ ਮੇਰਾ ਸਕੂਨ ਹੈ। ਮੈਂ ਆਪਣਾ ਸਕੂਨ ਨਹੀਂ ਕਦੇ ਵੀ ਗਵਾਉਂਦਾ, ਔਰ ਮੈਂ ਉਹੀ ਕੰਮ ਕਰਨਾ ਚਾਹੁੰਦਾ ਜਿਹਦੇ ਨਾਲ ਮੈਨੂੰ ਸਵਾਦ ਆਵੇ ਕਰਕੇ, ਔਰ ਉਹੀ ਕਰੈਕਟਰ ਕਰਨਾ ਚਾਹੁੰਦਾ ਜਿਹੜਾ ਮੈਨੂੰ ਕਰਕੇ ਮੈਨੂੰ ਵਧੀਆ ਲੱਗੇ। ਮਤਲਬ ਮੈਂ ਫਿਲਮ ਕਰਨ ਲਈ ਮੈਂ ਕਰੈਕਟਰ ਨਹੀਂ ਕਰਦਾ ਗਾ। ਜਦੋਂ ਮੈਨੂੰ ਲੱਗਦਾ ਕਿ ਵੀ ਹਾਂ ਯਾਰ ਭਾਵੇਂ ਇੱਕ ਸੀਨ ਹੀ ਹੋਵੇ, ਮੈਨੂੰ ਲੱਗਦਾ ਵੀ ਹਾਂ ਆਹ ਕਰਦੇ ਹਾਂ, ਠੀਕ ਹੈ, ਸਵਾਦ ਆਊਗਾ। ਤਾਂ ਇੰਟੈਂਸ ਥੋੜ੍ਹਾ ਜਿਹਾ, ਮਤਲਬ ਮੈਂ ਜਿਵੇਂ ਸਿਨੇਮਾ ਨਾ, ਮੈਂ ਉਹੋ ਜਿਹਾ ਸਿਨੇਮੇ ਨੂੰ ਫੋਲੋ ਹੀ ਉਹੋ ਜਿਹਾ ਸਿਨੇਮੇ ਨੂੰ ਕਰਦਾ ਮੈਂ। ਔਰ ਕੀ ਹੁੰਦਾ ਕਿ ਇੱਕ ਥੋੜ੍ਹਾ ਜਿਹਾ ਮੈਂ ਇੰਟਰੋਵਰਟ ਹਾਂ, ਮਤਲਬ ਮੈਨੂੰ ਗੱਲ ਨਹੀਂ ਆਉਂਦੀ। ਮੈਂ ਕਿਤੇ ਬੈਠਾ, ਮੰਨ ਲਓ ਮੈਂ 10 ਜਣੇ 20 ਜਣੇ ਬੈਠੇ ਹੈ, ਜੇ ਮੈਂ ਅਗਰ ਉਹਨਾਂ ਨੂੰ ਨਹੀਂ ਜਾਣਦਾ ਜਾਂ ਇੱਕ ਅੱਧੇ ਬੰਦੇ ਨੂੰ ਜਾਣਦਾ, ਜੇ ਇੱਕ ਨੂੰ ਜਾਣਦਾ ਉਹਦੇ ਨਾਲ ਥੋੜ੍ਹੀ ਬਹੁਤੀ ਗੱਲ ਕਰ ਲੂੰਗਾ। ਮੈਂ 5 ਘੰਟੇ ਬੈਠੇ ਤਾਂ 5 ਘੰਟੇ ਮੈਂ ਚੁੱਪ ਬਹਿ ਸਕਦਾ, ਮਤਲਬ ਮੇਰਾ ਇੱਦਾਂ ਦਾ ਸਿਸਟਮ ਹੈ, ਮੈਨੂੰ ਗੱਲ ਹੀ ਨਹੀਂ, ਮੈਂ ਤਾਂ ਬੋਲਿਆ ਨਹੀਂ ਜਾਂਦਾ, ਕਿਉਂਕਿ ਮੈਨੂੰ ਅੰਦਰ ਹੋਰ ਕੁਛ ਚੱਲਦਾ ਰਹਿੰਦਾ। ਹਾਂ ਮੈਨੂੰ ਠੀਕ ਹੈ, ਕਿਉਂਕਿ ਨਾ ਮੈਂ ਬਾਹਲੀ ਕਿਸੇ ਬਹਿਸਬਾਜ਼ੀ 'ਚ ਪੈਂਦਾ, ਨਾ ਮੈਂ ਕਿਸੇ ਆਰਗੂਮੈਂਟ 'ਚ ਪੈਂਦਾ। ਮੈਂ ਇਹ ਵੀ ਇੱਕ ਵਧੀਆ ਚੀਜ਼ ਹੁੰਦੀ ਹੈ, ਕਿਉਂਕਿ ਕਾਮ ਰਹਿਣਾ ਇੱਕ, ਕਹਿੰਦੇ ਹੁੰਦੇ ਕਿ ਜਿਹੜਾ ਮੀ ਟਾਈਮ ਆਪਦਾ ਇੱਕ ਮੀ ਟਾਈਮ ਜੀ ਹੁੰਦਾ ਹੈਗਾ, ਉਹ ਬੰਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਬਹੁਤ ਸਾਰੀਆਂ ਜਿਹੜੇ ਡਿਪਰੈਸ਼ਨ ਜਾਂ ਬਹੁਤ ਸਾਰੇ ਜਿਹੜੇ ਥੋਟ ਹੁੰਦੇ ਹੈਗੇ, ਜਿਹੜੇ ਗਲਤ ਵੀ ਆਉਂਦੇ ਰਹਿੰਦੇ ਹੈਗੇ, ਤਾਂ ਉਹ ਆਪਣੇ ਮੀ ਟਾਈਮ ਦੇ ਵਿੱਚ ਉਹਨਾਂ ਨੂੰ ਸੁਧਾਰ ਜਾਂ ਬਦਲਾਅ ਉਹਨਾਂ 'ਚ ਕਰ ਸਕਦੇ ਹੁੰਦੇ ਹਾਂ ਆਪਾਂ। ਤੁਸੀਂ ਕੀ ਮੰਨਦੇ ਹੋ, ਠੀਕ ਗੱਲ ਹੁੰਦੀ ਹੈ? ਨਹੀਂ, ਹਰ ਇੱਕ ਬੰਦੇ ਦਾ ਆਪਣਾ ਆਪਣਾ ਸਿਸਟਮ ਹੁੰਦਾ ਜ਼ਿੰਦਗੀ ਨੂੰ ਜਿਉਣ ਦਾ, ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਚੀਜ਼ਾਂ ਸਮਝਦਾ, ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਕੈਰੀ ਕਰਦਾ। ਮੈਨੂੰ ਵੈਸੇ ਹੀ ਵਧੀਆ ਲੱਗਦਾ, ਮੈਂ ਜੇ ਗੱਲਾਂ ਕਰਦਾ ਤਾਂ ਮੈਂ ਸਿਰਫ ਜਿਹੜੇ ਜਿੱਥੇ, ਮਤਲਬ ਮੈਂ ਮੇਰੇ ਆਪਣੇ ਹੈ ਜਿਨ੍ਹਾਂ ਨਾਲ ਮੇਰਾ ਆਲਰੇਡੀ ਪਿਆਰ ਹੈ, ਮੈਨੂੰ ਕਿਸੇ ਬੰਦੇ ਨੂੰ, ਮਤਲਬ ਕੋਈ ਕਿਸੇ ਨਾਲ ਕੋਈ ਮੇਰਾ ਮਿੱਤਰ ਬਣਿਆ, ਤਾਂ ਉਹਦੇ ਨਾਲ ਖੁੱਲ੍ਹਣ, ਮੈਨੂੰ ਕਿਸੇ ਮਿੱਤਰ ਨਾਲ ਵੀ ਖੁੱਲ੍ਹਣ 'ਤੇ ਮੈਨੂੰ ਘੱਟੋ ਘੱਟ 2-3 ਸਾਲ ਲੱਗ ਜਾਂਦੇ ਆ। ਮੇਰਾ ਇਹ ਪ੍ਰੋਸੈਸ ਹੈ, ਮਤਲਬ ਮਿੱਤਰ ਉੱਦਾਂ ਚੱਲਦਾ ਰਹਿੰਦਾ, ਬਟ ਮੈਂ, ਕਿਉਂਕਿ ਮੇਰਾ ਇੱਕ ਅਸੂਲ ਹੈ ਕਿ ਜਿਹੜਾ ਰਿਸ਼ਤਾ ਇੱਕ ਵਾਰੀ ਮੇਰਾ ਬਣ ਗਿਆ, ਔਰ ਜਿਹੜਾ ਕੋਈ ਸ਼ਖਸ ਮੇਰੀ ਜ਼ਿੰਦਗੀ 'ਚ ਇੱਕ ਵਾਰੀ ਆ ਗਿਆ, ਉਹ ਪਰ ਪੂਰੀ ਜ਼ਿੰਦਗੀ ਲਈ ਮੇਰੀ ਜ਼ਿੰਦਗੀ 'ਚ ਆਓ, ਮਤਲਬ ਵਕਤੀ ਮੇਰੀ ਜ਼ਿੰਦਗੀ 'ਚ ਵਕਤੀ ਤੌਰ 'ਤੇ ਕੋਈ ਬੰਦਾ ਨਹੀਂ ਆਉਂਦਾ ਗਾ, ਜਿਹੜਾ ਇੱਕ ਵਾਰੀ ਆਇਆ ਉਹ ਪੂਰੀ ਜ਼ਿੰਦਗੀ ਨਾਲ ਰਹੂਗਾ। ਅਤੇ ਇਹਦੇ ਲਈ ਫਿਰ ਮੈਂ ਟਾਈਮ ਲੈਂਦਾ, ਕਿਉਂਕਿ ਮੈਂ ਪਹਿਲਾਂ ਹੋਸ਼ ਪੁਣੇ ਜਾ ਕੇ ਵੀ ਨਹੀਂ ਆਪਣਾ ਭਰਾ ਇੱਕ ਦਿਮਾਗ ਤੁਸੀਂ ਕਹੋ ਨਹੀਂ ਯਾਰ ਬੰਦਾ ਵਧੀਆ ਨਹੀਂ, ਉਹਦਾ ਬੇਕਾਰ ਆਦਮੀ ਹੈ, ਤਾਂ ਉਹ ਚੀਜ਼ਾਂ 'ਚ ਮੈਂ ਨਹੀਂ। ਪਰ ਮੈਨੂੰ ਹੁੰਦਾ ਕਿ ਪਹਿਲਾਂ ਹੀ ਤੁਸੀਂ ਰਿਸ਼ਤਾ ਇੰਨੀ ਠਰਮੇ ਦੇ ਨਾਲ ਬਿਲਡ ਕਰੋ ਕਿ ਤੁਹਾਨੂੰ ਉਹਦਾ ਪਤਾ ਹੋਵੇ, ਉਹਨੂੰ ਤੁਹਾਡਾ ਪਤਾ ਹੋਵੇ, ਉਹੀ ਇਨਸਾਨ ਤੁਹਾਡੇ ਨਾਲ ਕੱਟੂਗਾ ਜਿਹਦੇ ਵਰਗੇ ਤੁਸੀਂ ਹੋ ਜਾਂ ਉਹ ਤੁਹਾਡੇ ਵਰਗਾ, ਤਾਂ ਤੁਸੀਂ ਇਕੱਠੇ ਰਹਿ ਪਾਓਗੇ, ਨਹੀਂ ਤਾਂ 2-4-6 ਮਹੀਨਿਆਂ ਬਾਅਦ ਤਾਂ ਉਹ ਛੱਡ ਦੂਗਾ ਜਾਂ ਤੁਸੀਂ ਛੱਡ ਦਿਓਗੇ। ਕਿਉਂਕਿ 1-1.5 ਸਾਲ ਕਈ ਵਾਰੀ ਬੰਦੇ ਨੂੰ ਲੱਗ ਜਾਂਦਾ ਹੈਗਾ ਐਂਟਰ ਹੁੰਦੇ ਹੋਏ, ਜਾਂ ਜਦੋਂ ਕਹਿੰਦੇ ਆ ਪੱਕਾ ਯਾਰ ਬਣਨ ਲੱਗੇ, ਹੈ ਨਾ, ਤਾਂ ਉਹ ਫਿਰ ਉਹ ਫਿਲਟਰ ਹੀ ਇੰਨਾ ਹੋ ਜਾਂਦਾ ਹੈਗਾ, ਅਤੇ ਉਹ ਫਿਰ ਮਤਲਬ ਜਿਹੜੀਆਂ ਖਾਮੀਆਂ ਹੁੰਦੀਆਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਹ ਚੀਜ਼ਾਂ ਨੇ, ਆਹ ਚੀਜ਼ਾਂ ਜਿਹਨਾਂ ਤੋਂ ਆਪਾਂ ਬਚ ਕੇ ਰਹਿਣਾ ਜਾਂ ਜਿਹਨਾਂ ਚੀਜ਼ਾਂ ਤੋਂ ਆਪਾਂ ਨਾਲ ਚੱਲਣਾ।
हाँ जरूरी भी है मतलब हो सकता है कि आप सामने वाले बंदे लिए हार्मफुल होइए, वह भी सानू समझ लूगा, असं भी उन्होंने समझ लाँगे, क्योंकि मित्रता एक ऐसी चीज़ है। मैनू बड़ी तक जो रिश्ते टुटते हैं जो जिमें मतलब किसी छड़ना पैंदा है, जां मैं किसी छड़दा जां कोई मैनू छड़दा है, तो मैनू बहुत तकलीफ दिंदी है वो चीज़, और मैनू बहुत टाइम लगता उस निकल लई, मैनू बार बार लंबा समा तक वो मेरे अंदर चलती रहती है। तो फिर मैं बहुत कॉन्शियसली चलना, क्योंकि मतलब मैं उस तकलीफ चु बार बार गुजरना नहीं चाहता गा, तो मैं हूँ कि मेरा कोई मित्र है, मेरा कोई यार दोस्त है, तो वह जे मेरे न मतलब मैं जो उस लैवल का प्यार पाना है कि मैंने आने जाने की तकलीफ होगी, तो वो फिर मैं टाइम चाहिए होंगे, और मैं टाइम लेना भी है, लंबा टाइम लेना चाहता है, लंबा टाइम होंगे। फिर उस तो बाद जो जो कोई यार मार जा तो खतरी होंगी हैगी है, तो वह फिर उन्नी उस गिनती दे विच ही हो रही है कि वह फिर घटती भी हैगी है, बचा रहा कुछ नहीं नहीं फिर, क्योंकि तुसी समझ ही इन्ना लैंदे हो एक दूजे नूं, तुहानूं फर्क नहीं पैंदा कोई चीज़ां फिर मतलब कोई, क्योंकि देखो यारी दोस्ती दुख सुख च साथ दे, साथ जिन्ना यार दोस्त दिंदे उन्ना कोई नहीं दिंदा गा, तां फिर कोई फर्क ही नहीं रह जाता, जो थोड़ा प्यार पै गया ना फिर पैसे धेले का फर्क है, ना कोई होर किसी चीज़ का फर्क है, जिते उन्हू लोड़ है उदो वो आप खड़े हैं, जिते आप लोड़ा उदो वो खड़े है, फिर फर्क ही नहीं कोई, फिर उत्ते का कोई ना यारी दोस्ती कंपीटिशन होंदा कोई, ना यारी दोस्ती कोई जैलसी होंदी है, यार दोस्त तो सगों पिछ पुश करने वाले होंगे भी तू चल सही अगे भी तो अभी तेरे नाल है, तू करना दस की करना, हाँ च हाँ मिलानी होंगी है उन्होंने, तो सही गलत नाल भी फर्क पैंदा गा, अच्छा ठीक है तू कहता ठीक है डन है गदारी करोगे गड़बड़ करोगे वो चीज ऑलरेडी बिना किसी उस तो मिल रही है थोनू, क्योंकि जो किसी के अले पले है चाहे कोई पैसा धेला जां कोई होर चीज है किसी के भी पले है वो सारा इत्थे पिया है जिन्हू लोड़ है कर लो, तो वो उत्थे फिर उत्थे की करोगे कुछ भी नहीं। डाकुआं दा मुंडा 2 दे जे किरदार की गल करिए किस तरीके का किरदार है, की कुछ करते दिखाई देने निशान पुलर मेरा ठीक वधिया किरदार है और देख के वधिया लगूगा, और मैं चाहना कि मैं गल ना करा क्योंकि जो मैं गल करूँगा तो थोड़ा जहाँ उसकी रिवीलिंग हो जूगी तो स्वाद नहीं आना गा बेसिकली, तो पर अच्छा लगेगा क्योंकि फिल्म ही इन्नी उमदा फिल्म बनी है, सारे आर्टिस्ट ने इन्ना सोहना काम किया तो वो करके मैथों भी मैं भी कुछ ठीक किया, पर दर्शकों को फिल्म तो पसंद आऊगी आऊगी, जिहड़ा अपना किरदार है वह भी उन्हें पसंद आऊगा और खुशी मिलेगी और वधिया, और इन्ने टाइम तो बाद अगर मैं छोटा जहा कुछ किया तो तसली मिलेगी भी हाँ भी ठीक है कुछ जाते जाते फिर यारी लिए एक गीत हो जाए छोटा जहा हो यारा नाल मुछ खड़दी है यार दी कल्लिया जे आना तो जवानी गालनी कारां जिस फिकरां दी आवाज चक के घूमदे दनाली पट्टां उत्ते रख के सड़कां ते फिरदे सवाद कुटदे ओ टाइम नहीं ओ चकदे यारां दे सिरां दे उत्ते हां यारां दे सिरां ते फिरदे आ नचदे ओ वैरी रहण मचदे। क्या बात भाजी, बहुत बहुत चंगा लगा जी तुहाडे नाल गलबात करके, तो मूवी आ रही है डाकू का मुंडा 2 तो जरूर वेखण जाना है, मैसेजफुल मूवी हैगी है, तो निशान भुल्लर बाई होरां दा बहुत ही सोहना जिहा रोल हैगा, तो फैन निशान भुल्लर बाई होरां दे भी जरूर पहुँचन सिनेमाघरां दे विच, थिएटर कर दो फुल तो देखते रहो चस्का टीवी। सत श्रीकाल जी, तुसीं देख रहे हो चस्का टीवी, तो मैं शाइन कोटकपुरा। दर्शकों तुसीं किताब शरारती तत् जरूर पढ़ी होवेगी, क्योंकि इस किताब के 9 ऑडिशन हो चुके हैं, 10वां ऑडिशन बहुत जल्द आ रहा हैगा, तो किताब हैगी है मंगा सिंह अंटाल होरां दी, तो उस किताब के उत्ते आधारित एक फिल्म बन जा रही है जिसका नाम है डाकुआं दा मुंडा 2, तो मंगा अंटाल जी होरे साडे नाल ने, तो बाई जी का स्वागत कर लैंदे पहलां। बाई जी स्वागत। बाई जी पहलां तां जदों शरारती तत् दी गल आउंदी हैगी है, इस किताब का जिहड़ा इह हैगा टाइटल हैगा, ये शरारती तत् कित्थों आया सीगा? ये बाई जी उदों जदों कॉलेज पढ़दे सी ना, उदों पढ़ते नहीं सी आपां कह सकदे आ नाल हटदे सी जदों, है ना, वो समय की गल है, उदों असीं सस्पेंड सी कॉलेज चों भी होस्टल चों भी, तो पुलिस केस होया सी कोई, उदों ये सी कि इन्हां दे असल माँ बाप नूं बुला के उन्हां दे सामने इन्हां तों लिखवा के, फिर क्योंकि पेपर आ गए सी, तो अगे असीं नकली माँ बाप बना के लै जांदे सी, है ना, उदों बस ये सी कि हुण मतलब असली होने चाहिए ने, ना पता लग गए से भांडे सारे, है ना, कई बार पुट गए से, तो वो बीबी मेरी कदे तो मेरे उन्हें तो कदे मेरे प्राइमरी स्कूल च नहीं गई, है ना, उन्होंने बुला लिया, वह भी मैं नहीं सी लैके आता, मेरा दोस्त है गुरप्रीत टवाणा, फिल्म च भी वह रोल है जिहड़ा प्रीत बाठ ने किया, है ना, वो साढ़े चो सारे चो वह सी जिहड़ा ठीक, हाँ वह लै आया,
ਬੀਬੀ ਨੂੰ ਹੈ ਨਾ, ਉੱਥੇ ਸਾਰੇ ਪ੍ਰੋਫੈਸਰ ਬੈਠੇ ਅਤੇ ਉਹ ਉਹਨੂੰ ਵਾਰ ਵਾਰ ਕਹਿਣ ਵੀ ਇਹ ਤੇਰਾ ਬੇਬੀ ਤੇਰਾ ਮੁੰਡਾ ਜਿਹੜਾ ਹੈ ਨਾ ਵੀ ਇਹ ਉਹ ਕਰਦਾ ਹੈ ਨਾ ਵੀ ਇਹ ਜਿਹੜਾ ਤੇਰਾ ਬੇਟਾ ਤੇਰਾ ਮੁੰਡਾ ਇਹ ਫਰੌਤੀ ਮੰਗਦਾ ਇਹ ਗੁੰਡਾਗਰਦੀ ਕਰਦਾ ਇਹ ਐਂਟਲ ਸੋਸ਼ਲ ਐਲੀਮੈਂਟ ਹੈ ਕਿਉਂਕਿ ਸਾਡੇ ਉੱਥੇ ਬੋਰਡ 'ਤੇ ਲਿਖਿਆ ਹੁੰਦਾ ਸੀ ਐਂਟੀ ਸੋਸ਼ਲ ਐਲੀਮੈਂਟਸ ਹੈ ਨਾ ਉਹਨਾਂ ਦੇ ਨਾਮ ਹੁੰਦੇ ਸੀ ਉਹ ਮਤਲਬ ਉਵੇਂ ਦੀ ਗੱਲ ਸੀ ਹੈ ਨਾ ਉਹ ਬੀਬੀ ਨੂੰ ਨਹੀਂ ਸੀ ਪਤਾ ਲੱਗਦਾ ਕੀ ਕਹੀ ਜਾਂਦੇ ਨੇ ਇਹ ਵਾਰ ਵਾਰ ਹੈ ਨਾ ਅਤੇ ਉਹ ਫਿਰ ਜਿਹੜੇ ਸਾਡੇ ਰੂਪਾ ਸੈਣੀ ਮੈਡਮ ਸੀ ਉਹਦੇ ਹਾਕੀ ਵਾਲੇ ਹਾਂ ਉਹ ਅਰਜੁਨ ਅਵਾਰਡੀ ਨੇ ਵੱਡੇ ਪਲੇਅਰ ਨੇ ਹੈ ਨਾ ਉਹ ਸੈਂਸਟਿਵ ਨੇ ਉਹਨਾਂ ਨੇ ਦੇਖਿਆ ਬੀਬੀ ਮਤਲਬ ਘਬਰਾ ਰਹੀ ਹੈ ਨਾ ਵੀ ਇਹਨੂੰ ਕੀ ਕਹੀ ਜਾਂਦੇ ਨੇ ਉਹਨੇ ਦੱਸਿਆ ਵੀ ਮਾਤਾ ਇਹਦਾ ਮਤਲਬ ਹੈ ਵੀ ਇਹ ਸ਼ਰਾਰਤੀ ਹੈ ਸ਼ਰਾਰਤੀ ਤੱਤ ਮਤਲਬ ਉਹ ਫਿਰ ਮੈਨੂੰ ਉੱਥੇ ਉਹ ਸ਼ਰਾਰਤੀ ਤੱਤ ਕਹਿ ਕੇ ਬੁਲਾਉਂਦੇ ਸੀ ਜਿਹੜੇ ਰੂਪਾ ਸੈਣੀ ਮੈਡਮ ਸੀ ਜਦੋਂ ਮਿਲਦੇ ਸੀ ਨਾ ਜਦੋਂ ਮੈਂ ਕਿਤਾਬ ਲਿਖ ਰਿਹਾ ਸੀ ਮੇਰੇ ਉਹ ਜ਼ਹਿਨ 'ਚ ਸੀ ਕਿ ਐਂਟੀ ਸੋਸ਼ਲ ਐਲੀਮੈਂਟ ਇਹਦਾ ਨਾਮ ਅੰਗਰੇਜ਼ੀ ਹੋ ਜੂਗਾ ਹੈ ਨਾ ਅਤੇ ਅਸਮਾਜਿਕ ਤੱਤੋਂ ਸੰਸਕ੍ਰਿਤੀ ਜਿਹਾ ਨਾਮ ਆ ਜੂਗਾ ਹੈ ਨਾ ਮਤਲਬ ਪੰਜਾਬੀ ਸ਼ਰਾਰਤੀ ਤੱਤ ਜਦਕਿ ਉਹ ਵੀ ਉਰਦੂ ਦਾ ਸ਼ਬਦ ਹੈ ਨਾ ਪਰ ਉਹ ਮਤਲਬ ਢੁੱਕਵਾਂ ਲੱਗਿਆ ਹੈ ਨਾ ਬਸ ਉਹ ਉੱਥੋਂ ਉਹ ਨਾਮ ਰੱਖਿਆ ਅਤੇ ਜਦੋਂ ਸ਼ਰਾਰਤੀ ਤੱਤ ਲਿਖ ਰਹੇ ਸੀਗੇ ਤਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਸੀਗਾ ਜਾਂ ਕਿਸੇ ਕੋਨੇ ਦੇ ਵਿੱਚ ਵੀ ਹਾਂ ਯਾਰ ਇਹਦੀ ਫਿਲਮ ਬਣੂਗੀ ਨਹੀਂ ਅਸਲ 'ਚ ਮੋਟਿਵ ਨਹੀਂ ਸੀ ਮੈਨੂੰ ਲੱਗਦਾ ਬਾਈ ਜੀ ਜੇ ਤੁਸੀਂ ਮੋਟਿਵ ਨੂੰ ਲੈ ਕੇ ਕਿਤਾ ਫਿਲਮ ਹੀ ਲਿਖਣੀ ਹੈ ਤਾਂ ਫਿਰ ਫਿਲਮ ਹੀ ਲਿਖਾਂਗੇ ਹੈ ਨਾ ਫਿਰ ਮੈਂ ਫਿਲਮ ਹੀ ਲਿਖੂੰਗਾ ਅਤੇ ਜਦੋਂ ਕਿਤਾਬ ਸੀ ਉਹ ਕਿਤਾਬ ਦਾ ਕੰਟੈਂਟ ਕੀ ਸੀ ਮੈਂ ਦੱਸਣਾ ਕੀ ਚਾਹੁੰਦਾ ਸੀ ਉਹ ਉਸੇ 'ਤੇ ਸੀ ਹੈ ਨਾ ਉਹ ਜੋ 'ਚ ਜੇ ਉਹ 'ਚ ਮਤਲਬ ਛੋਟੇ ਹੁੰਦੇ ਦੀ ਕੋਈ ਮੂਰਖਤਾ ਭਰੀ ਸ਼ਰਾਰਤੀ ਆ ਜਿਹ 'ਚੋਂ ਮੌਤ ਆ ਸਕਦੀ ਸੀ ਹੈ ਨਾ ਉਹ ਹੈ ਤਾਂ ਉਹਦਾ ਮਤਲਬ ਇਹ ਇਸ ਚੀਜ਼ ਨਾਲ ਹੈ ਕਿ ਮਤਲਬ ਇਹੋ ਜਿਹੇ ਬੰਦੇ ਵੀ ਹੁੰਦੇ ਨੇ ਜਿਹੜੇ ਡਰਦੇ ਨਹੀਂ ਹੁੰਦੇ ਉਹੀ ਤਾਂ ਹੀ ਉਹ ਕਦੇ ਕਹਿੰਦੇ ਨੇ ਕਿ ਮੈਨੂੰ ਨਸ਼ਾ ਨਹੀਂ ਲੱਗੂਗਾ ਉਹ ਜਿਹੜਾ ਵਿਚਾਰ ਹੈ ਉਹ ਥੋੜ੍ਹ ਤੋਂ ਪਨਪਦਾ ਰਹਿੰਦਾ ਕਿ ਮੈਨੂੰ ਨਹੀਂ ਲੱਗੂਗਾ ਮੈਂ ਰਿਸਕ ਫੈਕਟਰ ਹੈ ਜਿਹੜਾ ਹੈ ਨਾ ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਸੰਬੰਧਿਤ ਨੇ ਜਿਹੜੀ ਉਹ ਜੀਵਨੀ ਹੈ ਜਿਹੜੀ ਸ਼ਰਾਰਤੀ ਦੱਤ ਹੈ ਉਹਦਾ ਇਹ ਨਹੀਂ ਸੀ ਕਿ ਫਿਲਮ ਦਾ ਹਾਂ ਇੱਕ ਗੱਲ ਜ਼ਰੂਰ ਹੈ ਜਦੋਂ ਇਹ ਟਾਈਪ ਹੋ ਰਹੀ ਸੀ ਉਹ ਕੁੜੀ ਨਰਿੰਦਰ ਹੈ ਉਹ ਜਦੋਂ ਉਹ ਟਾਈਪ ਕਰੀ ਸੀ ਪਹਿਲਾਂ ਤਾਂ ਉਹਨੇ ਟਾਈਪ ਕਰਤਾ ਦੂਜੀ ਵਾਰ ਫਿਰ ਕਰੈਕਸ਼ਨ ਤੀਜੀ ਵਾਰ ਜਦੋਂ ਚੌਥੀ ਵਾਰ ਉਹਨੂੰ ਪੜ੍ਹਨ ਯੋਗ ਹੋ ਗਈ ਉਹ ਘਰ ਲੈ ਗਈ ਖਰੜਾ ਉਹ ਜਿਹੜੀ ਜਿੱਥੇ ਮਤਲਬ ਆਪਦੇ ਜਿੱਥੇ ਪਹਿਲਾਂ ਜੋਬ ਕਰਦੀ ਸੀ ਉੱਥੋਂ ਘਰ ਲੈ ਜਾਂਦੀ ਸੀ ਉਹਦੇ ਮਦਰ ਨੇ ਪੜ੍ਹੀ ਸੀ ਟੇਬਲ 'ਤੇ ਉਹਦੇ ਬੈਂਚ ਟੇਬਲ 'ਤੇ ਪਿਆ ਹੈ ਨਾ ਉਹ ਕਹਿੰਦੀ ਮੈਂ ਇਹਨੂੰ ਸਾਰੀ ਰਾਤ ਪੜ੍ਹੀ ਗਈ ਤੂੰ ਇਹਨੂੰ ਸਵੇਰੇ ਲੈ ਗਈ ਮੇਰੀ ਅੱਧੀ ਰਹਿੰਦੀ ਅਜੇ ਅੱਧਾ ਚੀਜ਼ ਤੂੰ ਲੈ ਕੇ ਆਈ ਉਹ ਤਾਂ ਆਏ ਆ ਜਿਵੇਂ ਇੱਕ ਫਿਲਮ ਚੱਲਦੀ ਹੁੰਦੀ ਹੈ ਫਿਰ ਉਹਨੇ ਮੈਨੂੰ ਫੋਨ ਕਰਿਆ ਕਹਿੰਦੀ ਵੀਰੇ ਵੀ ਮੰਮੀ ਨੇ ਕਦੇ ਨਹੀਂ ਪੜ੍ਹਿਆ ਹੈ ਨਾ ਘਰੇ ਚੱਕ ਕੇ ਕੋਈ ਪੇਜ ਤੇਰੀ ਉਹ ਕਿਤਾਬ ਚੱਕ ਕੇ ਜਿਹੜੀ ਤੁਹਾਡੀ ਆਪਣੀ ਹੈ ਵੀ ਇਹ ਤਾਂ ਕਹਿੰਦੀ ਪੱਕੀ ਫਿਲਮ ਬਣੂੰਗੀ ਮੈਂ ਕਿਹਾ ਵੀ ਨਹੀਂ ਇਹ ਫਿਲਮ ਵਾਲਾ ਮੈਟਰ ਨਹੀਂ ਵੀ ਇਹ ਤਾਂ ਹੋਰ ਚੀਜ਼ ਹੈ ਨਰਿੰਦਰ ਮੈਂ ਹੋਰ ਕੁਛ ਲਿਖ ਰਿਹਾ ਹੈ ਨਾ ਪਰ ਉਹ ਸਬੱਬ ਜਿਵੇਂ ਉਹ ਬਣ ਗਿਆ ਹੈ ਨਾ ਅਤੇ ਫਿਰ ਉਹ ਮਿੰਟੂ ਬਾਈ ਨੇ ਪੜ੍ਹ ਲਈ ਕਿਤਾਬ ਅਤੇ ਉਹ ਉਹਨਾਂ ਨੇ ਉਹ ਸਟੋਰੀ ਡਿਸਕਸ ਕਰੀ ਆਪਦੇ ਜਿਹੜੇ ਡਾਇਰੈਕਟਰ ਨੇ ਪਹਿਲਾਂ ਵਾਲੀ ਫਿਲਮ ਦੇ ਹੈ ਨਾ ਡਾਕੂ ਦਾ ਮੁੰਡਾ ਬੰਨ ਦੇ ਫਿਰ ਉਹਨਾਂ ਦੀ ਮੈਨੂੰ ਕਾਲ ਆਈ ਮਿੰਟੂ ਬਾਈ ਦੀ ਮੈਸੇਜ ਆਇਆ ਹੋਇਆ ਸੀ ਇੱਕ ਮੈਸੇਂਜਰ 'ਤੇ ਜਦੋਂ ਇਹ ਪੜ੍ਹਦੇ ਸੀ ਕਿ ਬਾਈ ਇਹਦੇ 'ਤੇ ਮੂਵੀ ਬਣੂਗੀ ਬੜੀ ਪਿਆਰੀ ਤੇਰੀ ਸ਼ੈਲੀ ਹੈ ਹੈ ਨਾ ਅਤੇ ਵੀ ਇਹ ਕਿਸੇ ਆਮ ਬੰਦੇ ਨੂੰ ਨਾ ਦੇਈ ਵੋਇਸ ਮੈਸੇਜ ਸੀ ਅਤੇ ਵੀ ਇਹ ਤਾਂ ਜ਼ਰੂਰ ਕੋਈ ਚੰਗਾ ਬੰਦਾ ਬਣਾਊ ਵੀ ਮੇਰੀ ਗੱਲਬਾਤ ਚੱਲਦੀ ਹੈ ਵੀ ਹੋ ਸਕਦਾ ਉਹੀ ਬਣਾ ਲੈਣ ਯਾਨੀ ਉਹ ਮੈਸੇਜ ਸੀ ਬਸ ਮੈਂ ਉਹ ਕਿਉਂਕਿ ਉਦੋਂ ਕਿਤਾਬ ਛਪ ਗਈ ਖਤਮ ਹੋ ਗਈ ਮੈਨੂੰ ਦਿਨ ਰਾਤ ਕਮਲਾ ਹੋਇਆ ਵੈਸੀ ਮੈਂ ਹੈ ਨਾ ਕਿਉਂਕਿ ਮੈਂ ਆਪ ਹੀ ਇਹਦਾ ਡਿਸਟ੍ਰੀਬਿਊਟਰ ਸੀ ਅਸਲ 'ਚ ਛਾਪਣ ਜਿਹੜਾ ਪਬਲਿਸ਼ਰ ਹੋਰ ਸੀ ਡਿਸਟ੍ਰੀਬਿਊਟ ਮੈਂ ਆਪ ਹੀ ਕਰ ਰਿਹਾ ਸੀ ਅਤੇ ਇਸ ਕਰਕੇ ਉਦੋਂ ਇਹ ਸੀ ਪਰ ਫਿਰ ਜਦੋਂ ਕਾਲ ਆਈ ਵੀ ਤੇਰੇ ਨਾਲ ਡੀਲ ਉਹ ਮਤਲਬ ਗੱਲ ਕਰਨੀ ਉਹਨਾਂ ਨੇ ਜਿਹੜੇ ਚਾਲ ਸਾਹਿਬ ਨੇ ਫਿਲਮ ਦੇ ਹੈ ਨਾ ਰਜੇਸ਼ ਬਾਈ ਜੀ ਤਾਂ ਫਿਰ ਉਹ ਫਿਲਮ ਦੀ ਗੱਲ ਹੋ ਗਈ ਜਦੋਂ ਇਹ ਮੂਵੀਜ਼ ਦੀ ਗੱਲ ਆਉਂਦੀ ਹੈਗੀ ਜਦੋਂ ਇਸ ਮੂਵੀ ਦਾ ਵੀ ਟ੍ਰੇਲਰ ਰਿਲੀਜ਼ ਹੋਇਆ ਤਾਂ ਕੁਛ ਬੰਦਿਆਂ ਦੀਆਂ ਟਿੱਪਣੀਆਂ ਸੀਗੀਆਂ ਕਿ ਬਈ ਨਸ਼ਾ ਪ੍ਰਮੋਟ ਕਰਦੇ ਹੋ ਜਾਂ ਫਲਾਨਾ ਪ੍ਰਮੋਟ ਕਰਦੇ ਹੋਏਗੇ ਹੋ ਪਰ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਵੀ ਕਿਹੜੀਆਂ ਕਿਹੜੀਆਂ ਸਿੱਖਿਆਵਾਂ ਨੇ ਜਿਹੜੀਆਂ ਇਹ ਮੂਵੀ ਦੇ ਕੇ ਜਾਊਗੀ ਕਿਉਂਕਿ ਦਿਖਾਉਣਾ ਤਾਂ ਸਾਨੂੰ ਕੁਛ ਜੇ ਕੁਛ ਦਿਖਾਵਾਂਗੇ ਤਾਂ ਹੀ ਉਹਦਾ ਇੱਕ ਮੈਸੇਜ ਤਿਆਰ ਕਰ ਸਕਾਂਗੇ ਅਸੀਂ ਤਾਂ ਇਹ ਕਿਹੜੀਆਂ ਕਿਹੜੇ ਕਿਹੜੇ ਮੈਸੇਜ ਦੇ ਕੇ ਜਾਊਗੀ ਨਹੀਂ ਬਈ ਮੈਸੇਜ ਤਾਂ ਦੇਖੋ ਮੈਂ ਕਿਤਾਬ ਲਿਖਣ 'ਚ ਤਾਂ ਪੂਰਾ ਜ਼ਿੰਮੇਵਾਰ ਹਾਂ ਮੈਂ ਉਹ 14 ਵਾਰ ਐਡਿਟ ਕਰਕੇ ਲਿਖੀ ਆ ਹੈ ਨਾ ਮੈਂ ਜ਼ਿੰਮੇਵਾਰ ਹਾਂ ਫਿਲਮ 'ਚ ਹੋ ਸਕਦਾ ਐਕਸ਼ਨ ਸਾਡੇ ਵੇਲੇ ਦਾ ਜਿਹੜਾ ਸਾਡਾ ਲੜਾਈ ਝਗੜੇ ਦੀ ਉਹਨਾਂ ਤੋਂ ਫਿਲਮ ਹੀ ਬਣਾਇਆ ਹੋਵੇ ਹੋ ਸਕਦਾ ਕਿਸੇ ਬੰਦੇ ਨੂੰ ਜਿਹੜਾ ਪਿੱਛੇ ਰਹਿ ਗਿਆ ਉਹਨੂੰ ਦੁਬਾਰੇ ਵਾਪਸ ਲਿਆ ਜਾ ਸਕਦਾ ਥੋੜ੍ਹਾ ਜਿਹਾ ਟਵਿਸਟ ਪੈਦਾ ਕਰਨ ਲਈ ਉਹ ਫਿਲਮ ਦੇਖ ਕੇ ਪਤਾ ਲੱਗੂਗਾ ਹੈ ਨਾ ਜਿਹੜੀ ਗੱਲ ਹੈ ਨਸ਼ਾ ਪ੍ਰਮੋਟ ਕਰਨ ਵਾਲੀ ਜੇ ਕੋਈ ਮੈਨੂੰ ਪੁੱਛਦਾ ਤਾਂ ਤੁਸੀਂ ਮੇਰਾ ਸੋਸ਼ਲ ਅਕਾਊਂਟ ਚੈੱਕ ਕਰ ਲਓ ਤੁਸੀਂ ਵੈਸੇ ਵੀ ਪਿੰਡਾਂ 'ਚ ਦੇਖ ਲਿਓ ਜਿੱਥੇ ਫਿਲਮ ਵਾਲਿਆਂ ਨੇ ਨਹੀਂ ਹੋਰਡਿੰਗ ਲਾਏ ਫਿਲਮ ਵਾਲਿਆਂ ਨੇ ਤਾਂ ਜੇ ਹੋਰਡਿੰਗ ਲਾਉਣੇ ਸ਼ੁਰੂ ਕਰਨੇ ਨੇ ਜਿਹੜੇ ਰੋਡ 'ਤੇ ਹੈ ਨਾ ਅਤੇ ਉਹ ਪਿੰਡਾਂ 'ਚੋਂ ਮੇਰਾ ਫੋਨ ਹੈਂਗ ਹੋਇਆ ਰਹਿੰਦਾ ਰੋਜ਼ ਅਤੇ ਉਹ ਮੈਸੇਜ ਨਾਲ ਹੁੰਦੇ ਨੇ ਵੀ ਪੁੱਤ ਮੈਂ ਫਲਾਣੀ ਜਗ੍ਹਾ 'ਤੇ ਬੋਲਦੀ ਹਾਂ ਵੀਰੇ ਮੈਂ ਫਲਾਣੀ ਜਗ੍ਹਾ 'ਤੇ ਬੋਲਦੀ ਹਾਂ ਮੈਂ
फलाने नूं कह के पिंड पोस्टर लवाए ने, साडे अड्डे च पोस्टर लवाया, लोग वीडियो भी मुंडे वीडियो पाते हैं, कुड़ी वीडियो नहीं पा सकती है ना, वो मैसेज कर देंदी है भी वीरे मेरा भाई तेरी किताब पढ़ के ठीक होने की कोशिश कर रहा है, ज मेरा घर वाला ठीक हो गया ज होने की कोशिश कर रहा, ज मैनू आस है कि हूँ तेरे न जुड़ के असी ठीक हो जाएंगे ना, क्योंकि मेरे को भी कोई चुटकी तो है नहीं बई जी मैं दे दूँ, मेरी किसी ने मदद करी सी है ना उमें मैनू लगता मैं मदद करता है ना, तो वो जे फिर मतलब पहली फिल्म होगी बई जी ये मेरे मित्र ने तो प्रमोट करनी है, जेडे मेरे मित्र ने मेरे रिश्तेदार भी करे है ना, पर वो क्यों करे जे बंद मैं कदम मिले ही नहीं, वो पोस्टर क्यों लाने कदे देखा तुम भी किसी फिल्म का पोस्टर, चलो यार आप 10,000 के पोस्टर ला दिए क्यों ला दिए है ना, जे नशे में प्रमोट वाली गल होंगी तो फिर वो पोस्टर क्यों लाने, मतलब वह रिजल्ट किताब का भी जो इन्ना प्यारा रिजल्ट आया हुआ तो फिल्म का हो सकता, क्योंकि फिल्म की रेंज बहुत है ना, हो सकता वधिया आए, पर मैं फिल्म लई मैं जिम्मेवार नहीं मतलब हैगा ये क्लीयर है, क्योंकि फिल्म मैं नहीं बनाई है ना, मैं उसकी स्क्रिप्ट भी नहीं लिखी, मेरी किताब से स्क्रिप्ट लिखी उन्होंने थोड़ी बहुत चेंज कर सकते हैं, हो सकता 30% चेंज हो ना ये भी हो सकता 40% चेंज हो भी हो सकता, हाँ कदे मैं ये ते अपनी किताब ते जा अपनी अगली किताब ते स्क्रिप्ट लिखूंगा उदा मैं जिम्मेवार होऊंगा कि मैं की किन्ना क दिखाउणा है ते किन्ना क रियल होगा, पर इन्हां ते भरोसा करिया जा सकदा है, क्योंकि ये जिहड़ा प्रोडक्शन हाउस है इन्होंने पहला फिल्म बनाई है उदा मैसेज बड़ा वधिया सी है ना, जिहड़ा वह मतलब उदा एंडिंग जां मैसेज वह बहुत वधिया सी, ते उह कोई भी बंदा अपने प्रोडक्ट नूं खराब नहीं करू जिन्हां ने इन्ना पैसा लाउणा है ना खराब करके, इस करके है, पर वह मतलब दिमाग च कदे नहीं सी आया कि इहदे ते फिल्म बनू, वह जो नरेंद्र जिहड़ी लड़की है ना उहदी माँ ने कहा सी उदों बाद जरूर लगता हुंदा सी भी हो सकता है, फिर जो पढ़ी गई लोगों ने जो किताब पढ़ते सी उदों कहिंदे सी भाई पूरी फिल्में चलती है ना, तू कोई भी चीज़ वादू नहीं लिखी भी पर पूरी फिल्म चलती है, तो फिल्म बननी चाहिए है, वह लोगों के कंप्लीमेंट्स जोड़े आते हैं, पर मेरा कि फिल्म बनने कोई संबंध से, मैं तो बहुत घट फिल्म देखदा बई, मतलब जे मैं देखदा मैनू उस नुकसान ने लभ जाते हैं तो मेरा मन जो खराब हो जाता है ना, बहुत घट फिल्म देख थोनू सुनने भी आया होगा कि किन्ने क परसेंट फिक्शन है किन्ने क परसेंट शरारती तत्व है इस फिल्म के, जड़ा ड्रग तो जड़ा वो वाला मैरिड लाइफ वाला वो मेरी लाइफ का ही है, ठीक है जड़ा एक्शन है वो फिल्मी होगा, क्योंकि साढ़े वेले एक्शन होर तरह का होंगे सी, रियल एक्शन हूँ भी होर तरह का ही है ना, फिल्मी एक्शन थोड़ा जहा फिल्मी है ना, वो मतलब तुम 40% कह सकते हो, क्योंकि गाने नहीं गाँवते होंगे सी, असी फिल्म च गाने भी गाए जाएंगे है ना, हाँ 30-40% हो सकता हो, जे मैं लगता जो 60% भी किताब हुई तो मैं सफिशेंट है, क्योंकि वह सोल नहीं मरनी चाहिए स्टोरी की है ना, सोल ना मरे वो सही हो, बाकी पता ही सी एग्रीमेंट च भी असी उन्होंने थोड़ा जहा मोल्ड करा वो करे लेना अगले ने, हुण मंगे होर तो पुछा कि हुण शरारती तत्व तो बाद फिर होर की किस चीज़ दी तैयारियां होर कि बुक दी तैयारियां जां होर कि लेखन दी तैयारियां चल रही हैं, असल च भीरे मैं एक तो यदा अगला भाग किताब का है ना जिहड़ा नशा छड्डण तो बाद बड़ा इंपोर्टेंट है, वह सब तो इंपोर्टेंट असल च उही है, उत्थे वर्के नहीं हुंदा छड्डण तक ही लोगों लगता कि छड्डदा ठीक है, छड्डण तो बाद है हर रोज़ कनैक्शन लगते रहते हैं, शुरू के जिहड़े टाइम है उस तो रोज़ फ्लैशबैक चलता है, कोई भी चीज़ आ गई वो रिलेटिड पहला आ किमें है, फिर तो ही बंदे ज़्यादा करके तुम देखे नशा छड़ देंगे ने छड़ के फिर वह लग जाते हैं, वो कारण ने कि उन्होंने उत्थे गाइडेंस नहीं हैगी उत्थे गाइडेंस जो उत्थे सपोर्ट नहीं हैगी, जो कनैक्शन लगता जो गुस्सा आता जो खुशी होंगी है मतलब वो ना खुशी सहार सकता एडिक्ट बंदा ना वो तो गमी सहार हों तो कुछ नहीं सहारा जाता वह सहारा ही असल नशा बनया हों, क्योंकि हर पल उन्हें नशा करे हों पहला तो फिर जे अगले पल होंगे ने वो जुड़ी जाते हैं, वो किताब है मतलब जिहड़ा अगला भाग है वह लिख रहे हैं, बाकी जिहड़ियां फिल्मां नूं लैके हुंदा बहुत बंदे पुछदे ने भाई तू फिल्म लिख लग जाएगा है ना, मतलब मैं जे मैं कहा है ना कि मैं फिल्म जिहड़ियां मेरे लिखिया पईआं ने कच्चियां पक्कियां जी है ना जे वो पहलां तां उहदे लई विजन भी चाहीदा है ना, वह ऐं तां है नहीं कि जिवें किसी ने फोन करिया बंदे दा मैसेज आया फोन आया है ना कि भाई इंग्लैंड च फिल्म की शूटिंग करनी है कोई कमेडी कोई लव स्टोरी लिख लै, मैं क्या यार मेरे तो नहीं ऐ लिखी जाती मैं इंग्लैंड मैं कदम गया नहीं है ना, मैं उत्थे दे सीन नूं इन्ना कल्पनिक कर करके धक्का कर करके मार मार पंच मैं नहीं कर सकता उमें है ना, मेरा ना तो क्योंकि मेरा सरद है मेरी जॉब है मेरे को जमीन है मैं क्यों धक्का कर करके आपका परेशानी लेके आवा ना, मेरे को कम करन नूं बहुत है बई, इस टाइम सवेरे शाम बच्चों प्रैक्टिस करा रहा मैं है ना 70-80 बच्चे प्रैक्टिस करते होंगे ने है ना, तो स्कूल है फिर मेरी बेटी वड्डी हो रही है वो टाइम है मेरी वाइफ लिए टाइम है ना, फिर मेरा लिखने लिए जो किताब लिख रहा है ना,
ਅਤੇ ਮੇਰੇ ਫਿਰ ਮੈਨੂੰ ਜਿਉਣ ਲਈ ਟਾਈਮ ਹੈ, ਮੇਰੇ ਕੋਲ ਸ਼ੁਕਰੀਆ ਦਾ ਹੀ ਬਹੁਤ ਹੈ ਬਈ ਉੱਥੋਂ ਨਿਕਲ ਕੇ ਜਿਉਂਦੇ ਹਾਂ, ਹੈ ਨਾ। ਉਹਨੂੰ ਵੀ ਆਨੰਦ ਸਾਰੀ ਦਿਹਾੜੀ ਕੀ ਪੈਸਾ ਤਾਂ ਐਡਾ ਮੈਟਰ ਨਾ ਮੇਰੇ ਲਈ ਪਹਿਲਾਂ ਸੀ, ਨਾਜਾ ਉੱਨਾ ਕੁ ਹੈਗਾ ਜਿੰਨਾ ਕੁ ਮੈਂ ਖਰਚ ਸਕਦਾ, ਅਤੇ ਉੱਨਾ ਕੁ ਜੁਗਾੜ ਵੀ ਪਹਿਲਾਂ ਜਦੋਂ ਨਸ਼ੇ ਵੇਲੇ ਕਰ ਲੈਂਦਾ ਸੀ, ਹੁਣ ਤਾਂ ਠੀਕ ਹੈ, ਹੁਣ ਤਾਂ ਉਹੀ ਹੋ ਜਾਂਦਾ। ਜਿਵੇਂ ਕਿ ਤੁਸੀਂ ਦੱਸਿਆ ਵੀ ਕਿ ਜਿਹੜਾ ਛੱਡਣ ਦੇ ਪਿੱਛੇ ਜਿਹੜਾ ਮੇਨ ਹੱਥ ਹੈਗਾ ਤੁਹਾਡੀ ਵਾਈਫ ਅੰਮ੍ਰਿਤ, ਉਹਨਾਂ ਨੇ ਬਹੁਤ ਯੋਗਦਾਨ ਪਾਇਆ ਇਸ ਚੀਜ਼ ਦੇ ਵਿੱਚ, ਬਹੁਤ ਉਹਨਾਂ ਨੇ ਸੰਘਰਸ਼ ਵੀ ਲੜਿਆ ਕਹਿ ਸਕਦੇ ਹਾਂ। ਅਤੇ ਇਹ ਤਾਂ ਚਲੋ ਮੇਲ ਪ੍ਰਧਾਨ ਫਿਲਮ ਹੈਗੀ ਹੈ ਤਾਂ ਕਰਕੇ ਆਪਾਂ ਉਹਨੂੰ ਹੀਰੋ ਦਿਖਾਤਾ, ਪਰ ਜੇ ਫੀਮੇਲ ਪ੍ਰਧਾਨ ਫਿਲਮ ਹੋਵੇ ਤਾਂ ਅੰਮ੍ਰਿਤ ਹੋਰਾਂ 'ਤੇ ਵੀ ਫਿਰ ਮੂਵੀ ਓਡੀ ਵੱਡੀ ਬਣ ਸਕਦੀ ਹੈ, ਕਿਉਂਕਿ ਉਹਨਾਂ ਨੇ ਵੀ ਨਾਲ ਲੜਿਆ। ਇਹ ਫਿਲਮ ਅਸਲ 'ਚ ਹੈ ਹੀ ਅੰਮ੍ਰਿਤ 'ਤੇ, ਉਹ ਤਾਂ ਦੇਵ ਤਾਂ ਹੁਣ ਹੀਰੋ ਬਹੁਤ ਵੱਡਾ ਹੈ ਨਾ, ਅਤੇ ਉਹ ਆਟੋਬਾਇਓਗ੍ਰਾਫੀ ਮੈਂ ਲਿਖੀ ਹੈ ਅਤੇ ਉਹ ਮੇਰੇ ਨਾਮ ਤੋਂ ਉਹ ਚੱਲਣਾ ਹੈ ਨਾ, ਅਤੇ ਦੇਵ ਐਕਟਰ ਬਹੁਤ ਵੱਡਾ ਹੈ ਨਾ। ਊਂ ਜਣੀ ਜੇ ਮੇਰੀ ਜ਼ਿੰਦਗੀ ਨੂੰ ਦੇਖਣਾ ਹੋਵੇ ਤਾਂ ਹੀਰੋ ਅੰਮ੍ਰਿਤ ਹੈ, ਜਾਂ ਮੇਰੀ ਬੀਬੀ ਹੈ, ਜਾਂ ਫਿਰ ਉਹ ਸੁਸਾਇਟੀ ਹੈ ਜਿਹੜੀ ਮੇਰੇ ਆਲੇ ਦੁਆਲੇ ਜਿਨ੍ਹਾਂ ਨੇ ਬਚਾ ਕੇ ਰੱਖਿਆ ਹੈ ਨਾ। ਮੈਂ ਤਾਂ ਉਹ ਮਤਲਬ ਠੁੱਡੇ ਠੇਡੇ ਖਾਣ ਵਾਲਾ ਬੰਦਾ ਵਿੱਚ ਹੈ ਨਾ, ਉਸ ਜ਼ਿੰਦਗੀ 'ਚ, ਉਸ ਉਹ ਬਾਇਓਗ੍ਰਾਫੀ 'ਚ। ਇਸੇ ਬਾਇਓਗ੍ਰਾਫੀ ਨੂੰ ਜੇ ਦੁਬਾਰਾ ਫੀਮੇਲ ਬੇਸਡ ਬਣਾਇਆ ਜਾਵੇ ਤਾਂ ਫਿਰ ਤੁਹਾਡੇ ਜ਼ਹਿਨ ਦੇ ਵਿੱਚ ਕੀ ਨਾਮ ਆਉਂਦਾ, ਵੀ ਕੀ ਨਾਮ ਰੱਖਿਆ ਜਾਵੇ? ਮੈਨੂੰ ਲੱਗਦਾ ਯਾਰ ਪਿਆਰ, ਵਿਸ਼ਵਾਸ ਹੈ ਨਾ, ਕਿਉਂਕਿ ਉਹਦਾ ਜਿਹੜਾ ਵਿਸ਼ਵਾਸ ਹੈ ਕਿ ਇਹ ਬੰਦਾ ਠੀਕ ਹੋਊਗਾ, ਅਤੇ ਮੇਰਾ ਉਹਦਾ ਮੰਨਣਾ ਹੈ ਕਿ ਇਹ ਠੀਕ ਹੋਊਗਾ ਹੀ ਹੋਊਗਾ ਹੈ ਨਾ। ਅਤੇ ਉਹ ਉਹ ਪਾਠ ਬਹੁਤ ਕਰਦੀ, ਗੁਰਬਾਣੀ ਬਹੁਤ ਪੜ੍ਹਦੀ ਹੈ ਨਾ, ਗੁਰਦੁਆਰਾ ਸਾਹਿਬ ਜਾਂਦੀ ਹੈ। ਉਹ ਜਿਹੜਾ ਵਿਸ਼ਵਾਸ ਹੈ ਮੈਨੂੰ ਲੱਗਦੀ ਹੈ, ਜੇ ਉਹਦਾ ਮਜ਼ਬੂਤ ਹੈ ਨਾ, ਫਿਰ ਉਹਦਾ ਨਾ ਵਿਸ਼ਵਾਸ ਹੀ ਹੋਣਾ ਚਾਹੀਦਾ, ਕਿਉਂਕਿ ਵਿਸ਼ਵਾਸ ਇਹ ਸੀ ਜਿਹੜਾ ਉਹ ਕਰਦੀ ਰਹੀ, ਛੱਡ ਜਾਂਦੀ ਰਹੀ ਫਿਰ ਆਉਂਦੀ ਰਹੀ, ਛੱਡ ਜਾਂਦੀ ਰਹੀ ਫਿਰ ਆਉਂਦੀ ਰਹੀ ਹੈ ਨਾ। ਜਾਂਦੇ ਜਾਂਦੇ ਦਰਸ਼ਕਾਂ ਨੂੰ ਕਿਵੇਂ ਅਪੀਲ ਕਰਨਾ ਚਾਹੋਗੇ ਕਿ ਡਾਕੂ ਦਾ ਮੁੰਡਾ 2 ਵੇਖਣ ਆਉਣ ਅਤੇ ਆਹ ਆਹ ਚੀਜ਼ਾਂ ਗ੍ਰੈਬ ਕਰਕੇ ਲੈ ਕੇ ਜਾਣ? ਫਿਲਮ ਜ਼ਰੂਰ ਦੇਖਣਾ ਹੈ, ਉਹ ਮਨੋਰੰਜਨ ਪੂਰਾ ਹੋਊਗਾ, ਅਤੇ ਉਹ ਮੈਸੇਜ ਵੀ ਮਿਲੂਗਾ, ਉਹ ਕਿੱਕ ਮਿਲੂਗੀ ਕਿ ਬੰਦਾ ਇੱਥੋਂ ਵੀ ਛੱਡ ਸਕਦਾ। ਅਤੇ ਇੱਕ ਜ਼ਰੂਰ ਹੈ ਕਿ ਇਹਦੇ ਨਾਲ ਛੇੜਖਾਨੀ ਨਾ ਕਰੋ, ਨਸ਼ੇ ਨਾਲ ਕਦੇ ਵੀ ਲੱਗ ਸਕਦੇ ਹਾਂ। ਇਹ ਨਾ ਭਾਰੀ ਕਰੋ ਕਿ ਮੈਨੂੰ ਨਹੀਂ ਲੱਗੂਗਾ ਹੁਣ, ਮੈਂ ਬਹੁਤ ਉਮਰ ਦਾ ਹੋ ਗਿਆ, ਇਹ ਨਾ ਕਰੋ। ਬਸ ਇਹ ਹੈ ਕਿ ਕਦੇ ਵੀ ਟੱਚ ਨਾ ਕਰੋ, ਜਿਵੇਂ ਕਰੰਟ ਤੋਂ ਡਰਦੇ ਹਾਂ ਹੈ ਨਾ, ਕਰੰਟ ਲੱਗੇ ਤਾਂ ਮਰਜੂਗਾ, ਜਾਂ ਜਿਵੇਂ ਕੋਬਰੇ ਦੇ ਨੇੜੇ ਜਾਣ ਤੋਂ ਡਰਦੇ ਹਾਂ, ਨਸ਼ੇ ਤੋਂ ਇੰਨਾ ਡਰਨਾ ਚਾਹੀਦਾ ਮੈਨੂੰ ਲੱਗਦਾ। ਇਹੀ ਇੱਕ ਉਹਦਾ ਮੰਤਰ ਹੈ, ਹੋਰ ਇਹਦਾ ਮੰਤਰ ਨਹੀਂ ਕੋਈ ਹੈਗਾ। ਜਿਹੜੇ ਵੀ ਕਰਦੇ ਨੇ ਜਾਂ ਇਸ ਦਲਦਲ ਦੇ ਵਿੱਚ ਫਸ ਗਏ ਨੇ ਜਾਂ ਸ਼ੁਰੂ ਕਰ ਰਹੇ ਨੇ ਜਾਂ ਚਗਾ ਚੁੰਦ ਵੇਖ ਕੇ ਸ਼ੁਰੂ ਕਰ ਲੈਂਦੇ ਹੈਗੇ, ਤਾਂ ਉਹਨਾਂ ਨੂੰ ਇਹਨਾਂ ਕਹਾਣੀਆਂ ਤੋਂ ਕੁਛ ਨਾ ਕੁਛ ਸਿੱਖਣਾ ਚਾਹੀਦਾ, ਇਹਨਾਂ ਕਹਾਣੀਆਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨਾ ਚਾਹੀਦਾ, ਅਤੇ ਇਹੋ ਜਿਹੀਆਂ ਜਿਹੜੀਆਂ ਮੈਸੇਜਫੁੱਲ ਫਿਲਮਾਂ ਉਹਨਾਂ ਨੂੰ ਵੇਖਣਾ ਚਾਹੀਦਾ, ਕਿਉਂਕਿ ਸੰਗੀਤ ਦਾ, ਫਿਲਮਾਂ ਦਾ, ਸਾਹਿਤ ਦਾ ਬੰਦੇ 'ਤੇ ਅਸਰ ਹੁੰਦਾ, ਬਹੁਤ ਜ਼ਿਆਦਾ ਅਸਰ ਹੁੰਦਾ, ਅਤੇ ਉਹ ਕਿਤੇ ਨਾ ਕਿਤੇ ਉਸ ਜਿਹੜਾ ਗਲਤ ਰਾਹ 'ਤੇ ਪੈ ਗਏ ਹੋਣੇ ਉੱਥੋਂ ਮੋੜ ਲਿਆਉਂਦੀਆਂ ਨੇ। ਤੁਸੀਂ ਦੇਖਦੇ ਰਹੋ ਚਸਕਾ ਟੀਵੀ। ਇੱਥੇ ਤੁਹਾਨੂੰ ਹੋਏਗਾ ਥੋੜ੍ਹਾ ਜਿਹਾ ਡਰੱਗ ਦਾ ਬਾਜ਼ਾਰ ਉੱਥੇ ਆਉਣਾ ਹੀ ਆਉਣਾ, ਤਾਂ ਉਹਦੇ 'ਤੇ ਥੋੜ੍ਹੀ ਮਤਲਬ ਕਿ ਮਯੂਸੀ ਆਉਂਦੀ ਹੈ, ਥੋੜ੍ਹੀ ਘਿਰਨਾ ਆਉਂਦੀ ਆਪਣੇ ਆਪ 'ਤੇ। ਟਾਈਮ ਨੂੰ ਬਦਲ ਦਿੰਦੇ ਤਾਂ ਮੱਚ ਬੈਟਰ ਆ, ਪਰ ਜਦੋਂ ਟਾਈਮ ਤੁਹਾਨੂੰ ਬਦਲਦਾ ਨਾ, ਬਹੁਤ ਨੁਕਸਾਨ ਕਰਦਾ ਤੁਹਾਡਾ। ਸਾਨੂੰ ਬਦਲਿਆ ਟਾਈਮ ਨੇ, ਮੈਨੂੰ ਖਾਸ ਤੌਰ 'ਤੇ। ਮੈਂ ਨਹੀਂ ਕਹਿੰਦਾ ਕਿ ਬਈ ਇੱਕ ਡਰੱਗ ਦੀ ਲਾਈਫ ਨੂੰ ਦੇਖਣਾ, ਅਸੀਂ ਨਹੀਂ ਕਿਹਾ ਕਿ ਸਾਨੂੰ ਦਿਖਾਓ ਯਾਰ, ਅਸੀਂ ਸਾਡੇ ਹਿਸਾਬ ਨਾਲ ਚੱਲਦਾ ਹੁੰਦਾ ਅਤੇ 25 ਸਾਲ ਦੀ ਉਮਰ 'ਚ ਫਿਲਮ ਬਣਵਾਉਂਦੇ, ਨਾਲੇ ਨੌਜਵਾਨ ਹੁੰਦੇ। ਕੱਲ੍ਹ ਤੱਕ ਸੈਕਸ ਸ਼ਬਦ ਬੋਲਣਾ ਵੀ ਐਂ ਸਮਝਦੇ ਸੀ ਉਹ। ਹਾਂ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਅਤੇ ਮੈਂ ਸ਼ਾਇਨ ਕੋਟਕਪੂਰਾ। ਫਿਲਮ ਆ ਰਹੀ ਹੈ ਡਾਕੂਆਂ ਦਾ ਮੁੰਡਾ 2, ਡਾਕੂਆਂ ਦਾ ਮੁੰਡਾ 1, ਜਿਹੜੀ ਕਿ ਮਿੰਟੂ ਗੁਰਸਰੀਆ ਦੀ ਕਹਾਣੀ ਸੀਗੀ। ਇਹ ਜਿਹੜੀ ਕਹਾਣੀ ਹੈ ਡਾਕੂਆਂ ਦਾ ਮੁੰਡਾ 2, ਇਹ ਮੰਗਾ ਅੰਟਾਲ ਹੋਰਾਂ ਦੀ ਕਹਾਣੀ ਹੈ, ਅਤੇ ਨਾਲ ਨੇ ਸਾਡੇ ਮਿੰਟੂ ਗੁਰਸਰੀਆ। ਭਾਅ ਜੀ ਸਵਾਗਤ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਜਿਹੜਾ ਕੰਸੈਪਟ ਜਿਹਨੂੰ ਲੈ ਕੇ ਤੁਰੇ ਸੀ, ਤੁਹਾਡੀ ਕਹਾਣੀ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਅਤੇ ਉਹਦੇ ਤੋਂ ਬਹੁਤ ਕੁਝ ਸਿੱਖਿਆ ਵੀ, ਅਤੇ ਉਵੇਂ ਹੀ ਮੰਗਾ ਅੰਟਾਲ ਹੋਰਾਂ ਦੀ ਕਹਾਣੀ ਹੈ। ਇਹ ਜਿਹੜਾ ਨਸ਼ੇੜੀ ਜੀਵਨ ਜਿਹੜਾ ਹੈਗਾ, ਜਿਹੜਾ ਜਿਹਦੇ ਵਿੱਚੋਂ ਲੰਘ ਕੇ ਤੁਸੀਂ ਵੀ ਮੰਗਾ ਅੰਟਾਲ ਹੋਰੇ ਵੀ, ਇਹ ਜਦੋਂ ਲੰਘ ਕੇ ਤੁਸੀਂ ਇਸ ਹੁਣ ਜਦੋਂ ਸਿੱਧੇ ਜੀਵਨ 'ਤੇ ਆ ਗਏ ਹੈਗੇ ਹੋ, ਤਾਂ ਕਿੱਦਾਂ ਦਾ ਪਹਿਲਾਂ ਤਾਂ ਫੀਲ ਹੁੰਦਾ? ਦੇਖੋ, ਮੈਂ ਅੱਗੇ ਉੱਥੇ ਪੀ ਸੀ 'ਚ ਵੀ ਗੱਲ ਕਹਿ ਕੇ ਆਇਆ ਕਿ ਮੈਂ ਤਾਂ ਇਹ ਸੋਚਦਾ ਵਾਂ ਕਿ ਸਮਾਂ ਸਾਰਾ ਗੁਜ਼ਰ ਜਾਂਦਾ, ਜੇ ਕੋਈ ਬੰਦਾ ਵਿਕਟਮ ਅੱਜ ਦੇ ਤਰੀਕ ਦੇ ਵਿੱਚ ਇੱਕ ਪੀੜਤ ਆ, ਤਾਂ ਉਹਨੂੰ ਐਂ ਲੱਗਦਾ ਕਿ ਯਾਰ ਮੈਂ ਪਤਾ ਨਹੀਂ ਇੱਥੋਂ ਨਿਕਲ ਸਕਾਂਗਾ ਕਿ ਨਹੀਂ। ਤਾਂ ਸਭ ਕੁਛ ਹੋ ਜਾਂਦਾ, ਸਭ ਕੁਛ ਲੰਘ ਜਾਂਦਾ, ਸਭ ਕੁਛ ਟੱਪ ਜਾਂਦਾ ਜੇ ਬੰਦਾ ਸੋਚੇ ਤਾਂ। ਸਮਾਂ ਜਿਵੇਂ ਅੱਜ ਦੀ ਤਰੀਕ 'ਚ 4 ਸਾਲ ਪਿੱਛੇ ਵੇਖਦੇ ਹਾਂ, ਤਾਂ ਉਦੋਂ 10 ਸਾਲ ਪਿੱਛੇ ਕਿਤਾਬ ਵੇਖਦੇ ਹਾਂ, ਉਦੋਂ ਉਹ ਸਾਰਾ ਸਮਾਂ ਬੀਤਿਆ, ਪਰ ਉਹ ਜਿਹੜਾ ਸਮਾਂ, ਪਿਛਲਾ ਸਮਾਂ ਜਿਹੜਾ ਹੰਢਾਇਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਆਪ ਹੱਥੀਂ ਸਹੇੜਿਆ ਸੰਤਾਪ ਹੈ ਜਿਹੜਾ, ਤਾਂ ਉਹਦੇ 'ਤੇ ਥੋੜ੍ਹੀ ਮਤਲਬ ਕਿ ਮਯੂਸੀ ਆਉਂਦੀ ਹੈ, ਥੋੜ੍ਹੀ ਘਿਰਨਾ ਆਉਂਦੀ ਆਪਣੇ ਆਪ 'ਤੇ ਕਿ ਯਾਰ ਉਹ ਚੀਜ਼, ਕਿਉਂਕਿ ਟਾਈਮ ਬੜਾ
वैल्यू बनिया, क्योंकि जे तुसी मतलब कि टाइम नू बदल देने तो मच बैटर है, पर जो टाइम तुहानू बदलदा ना बहुत नुकसान करता। सानू बदलिया टाइम ने, मैनू खास तौर पर, मैं अपनी जिंदगी की गल करदा कि मैनू हालात ने, मैनू टाइम ने बदलिया, एक समा लग गया। तो उस अरसे दे दौरान फिर जो जिहड़े लॉस होंदे ने तुहाडे, वह कदे भरपाइयां नहीं होंदियां। शायद पैसा धेला मिल जाता बंदे नू, दोबारा जिंदगी कमा लैंदा, अर्न हो जाता, कोई चक्कर नहीं है। तुहाडे रिश्ते, कोई तुहाडा अपना चले गया संसार च, उहनू किद्दां मोड़ लियाओगे? कोई तुहानू छड्ड के चले गया, तुहाडे करके इस संसार चों चले गया, किवें मोड़ लियाओगे? जां तुहाडे करके किसी नू नमोशी का सामना करना पिया, बेइज्जती फील करनी पई, उहनू किवें उहदी भरपाई करके देवोंगे? सो ये चीज़ां होंदियां ने। खैर, अच्छा समय जी, इस समय नू मतलब कि जदों तुसी बाल बच्चेदार हो जाते हो, जदों तुसी मैरिड लाइफ च आने हो, जदों तुसी थोड़ा जिहा, क्योंकि 5 साल पहला मेरे विचार, 10 साल पहला, 15 साल मतलब कि विचारक परिपक्व नहीं हुए होंगे। इस स्टेज पर, साढ़े वाली स्टेज पर आके बंदा थोड़ा विचारक तौर पर परिपक्व होना स्टार्ट हो जाता है कि हाँ, विचार बदलते हैं। जिदा अपने हारमोन बदलते, उदा ही विचार भी बदलते हैं ना साढ़े मनुखी बॉडी के। तो हूँ कुछ नहीं, बस यही सोची दे, मैं सोच रहा है कल मिंटू अज मंगा हो सकता, अगले 3 सालों 2 सालों एक एम होर कोई हो गए। जिहड़ा पंजाब दे विच, जिवें पंजाब दे विच काफ़ी यह चीज़ गिनाई जाती हैगी कि बहुत ज़्यादा नशा हैगा, बहुत ज़्यादा जिहड़ी नौजवान पीढ़ी हैगी उह नशे वाल जा रही हैगी, तुहानूं की लगता है घाटा की ने? समाज दे विच घाट है, प्रशासन दे विच घाट है, कित्थे घाट? नहीं देखो, जिथे प्रोस्पैरिटी होएगी ना थोड़ी जी, जिथे मतलब कि संपन्नता आएगी, जिथे धन होएगा थोड़ा जिहा, ड्रग का बाजार उत्थे आना ही आना है। तुसीं कोई भी चक्के देख लो, जिथे गोवा जो टूरिस्ट हब बनिया तो उत्थे ड्रग चले गया, बंबे नू जे आपां देखिए तां इक आर्थिक राजधानी बनी, उत्थे भी ड्रग चले गया। पंजाब दे विच हरी क्रांति तो बाद बड़े नुकसान चलने पै, साडी जमीन गई, साडा पानी भी गया, सब कुछ गया। तो एक ये त्रासदी भी है कि देखो, जदों धन दौलत आउंदी है, जां असीं खेती दा मॉडल चेंज कीता, सब फिर सभ्याचारक तब्दीलियां आउंदियां ने, तां उह चीज़ जिहड़ी आ सानूं पिछों तो लैके, हिस्टरी तो लैके वेखनी पवेगी। जदों असीं इह चीज़ां वजात वेखदे हां, इक हुंदी आ वजा, इक हुंदी आ वजात, बहुत सारिया वजह, तो बहुत सारिया वजह ने इस चीज़ दया कि एक तो यह कि देखो साढ़े को है कि सही ढंग के नाल बच्चों की परवरिश नहीं होती। कई बार मैं फर्ज करो, मैं हूँ आप अपनी जिंदगी 10-12 पढ़िया, अज का समय जोड़ा वो अनुसार मैं अपने बच्चों प्रपेयर नहीं कर सकूँगा, जै मैं अनपढ़ ज अध पढ़िया, मैं अपने बच्चे की परवरिश ठीक ढंग शायद नहीं कर सकाँगा। अगों की समस्या है कि जब बच्चा स्कूल च गया तो उत्थे भी ऐसी सानू कोई अकादमिक ढांचे दे विच कुछ भी सानू वेखन नू मिलदा है। फिर जे इस तों बाद जे अगे देखांगे तो कॉलेज दे विच, यूनिवर्सिटी दे विच, सो सानू सिस्टमैटिकली बच्चे दे बचपन तो लैके उहदी जिहड़ी 25-30 साल की एज है उदों तक का एक मैकानिज़म ही बनाना पएगा कि असी किस तरह नू बचा सकते हैं। क्योंकि हमेशा पॉलिसियां बनदियां ने कि विक्टम किहड़ा है। फर्ज करो मैं विक्टम, मेरे मद्देनज़र घर दे सोचते हैं कि आ वो है जो है, इनू बचाइए, इत्थे सुट्टीए, उत्थे सुट्टीए, कदे नहीं देखते कि जिहड़ा इहदा आउण वाला है उहनू किद्दां बचाउणा असीं। ये जरूरी है कि जदों भी साडे पॉलिसी मेकर कोई पॉलिसी बनाते हैं तो वो ये देखते हैं कि किन्ने विक्टम ने, यह नहीं देखते कि गांह किन्ने उन्होंने नालों ज़्यादा बन सकते हैं। सो ये सारे पास्यों एक प्रोग्राम शुरू करन दी जरूरत है कि असी जिहड़े हैगे ने उन्हां दा भी रीहैब करिए, ते प्लस जिहड़ी साडी जनरेशन अगे आनी है असी उहनूं भी बचाइए। जदों इस टाइप दियां जदों चीज़ां, जदों इस टाइप दियां मूवीज़ बनदियां है जिहदे विच्चों कुछ ना कुछ मैसेज हुंदा हैगा, किसी की लाइफ नूं एक कैनवस ते उतारिया होया हैगा, उहदे एक्सपीरियंस नूं कैनवस ते उतारिया होया हैगा, वह देखण दी बजाए, पर कई बार जिहड़े डाको दा मुंडा 1 सी उहदे वेले भी टिप्पणियां उठियां, पर हुण डाको दा मुंडा 2 वेले भी टिप्पणियां उठ रहियां ने। जिहड़े कुछ लोग हुंदे ने उह हांजी ड्रग नूं प्रमोट करता जी, उह गैंगस्टर नूं प्रमोट करता, गैंगस्टरवाद नूं प्रमोट करता, उहनां नूं की कहना? नहीं नहीं देखो, गैंगस्टरवाद अपने एक वक्री किस्म का साढ़े लिए परेशानी का सबब है कि साढ़े बच्चे उधर भी जा रहे हैं। तो मेरी फिल्म तो तुम देखा कि मैसेज निकलिया तो उस टाइम देखो जेडे इस तरह सवालत करते हैं वह भी साढ़े अपने आ, उन्होंने हक है, उन्होंने हक है, उन्होंने सरोकार जायज़ ने कि यार इदा तो नहीं हो रहा। पर जो फिल्म आई सी पहली तुम देखा कि उहदे विच असी एक खास तौर पर, क्योंकि सानू पता सी उस चीज़ का कि असी वो मां वाला सीन रखिया सीगा,
ਉਹਦਾ ਕਾਰਨ ਕੀ ਸੀਗਾ ਕਿ ਮੈਂ ਹਮੇਸ਼ਾ ਜਿੰਨੇ ਵੀ ਮੇਰੇ ਆਈਡੀਆਜ਼ ਲੈ ਗਏ, ਮੈਂ ਇੱਕ ਸੋਚ ਲੈ ਕੇ ਚੱਲਦਾ ਸੀਗਾ ਕਿ ਜੇ ਕੋਈ ਬੱਚਾ ਸਾਡੀ ਰੀਸੇ ਕਰੀਸੇ ਨਾਲ ਤੁਰਿਆ ਜਾਂਦਾ, ਇੱਕ ਵਹਿਣ ਹੈ ਨਾ, ਅਸੀਂ ਸਿਨੇਮੇ ਦੇ ਇੱਕ ਵਹਿਣ 'ਚ ਬਹਿ ਜਾਂਦੇ ਹਾਂ ਕਿ ਉਹ ਜੇ ਬਹਿ ਕੇ ਸਾਡੇ ਵਰਗਾ ਬਣਨਾ ਸੋਚਦਾ ਜਾਂ ਵੀ ਇਹ ਤਾਂ ਬਹੁਤ ਇੰਜੋਏ ਕਰਦੇ ਸੀ ਫਲਾਂ ਟਮਕਾ, ਤਾਂ ਇੱਕ ਮੌਕਾ ਐਸਾ ਆਵੇ, ਇੱਕ ਸਟੇਜ ਐਸੀ ਆਵੇ ਕਿ ਉਹਦਾ ਅਸੀਂ ਉੱਥੋਂ ਜਿਹੜਾ ਮਾਇੰਡ ਸੈੱਟ ਹੋ ਚੁੱਕਾ ਉਹ ਸ਼ਿਫਟ ਮਰਵਾਈਏ। ਤਾਂ ਮਾਂ ਵਾਲਾ ਸੀਨ ਜਿਹੜਾ ਸੀਗਾ ਉਹ ਕਿਸੇ ਵੀ ਬੱਚੇ ਨੂੰ ਜਾਂ ਕਿਸੇ ਵੀ ਦਰਸ਼ਕ ਨੂੰ ਝੰਜੋੜਨ ਲਈ ਕਾਫੀ ਸੀਗਾ। ਤਾਂ ਉਸ ਤੋਂ ਬਾਅਦ ਫਿਰ ਇਹ ਆ ਕਿ ਅੱਜ ਦੇ ਹਾਲਾਤ ਉਹ ਵੀ ਤਾਂ ਦਿਖਾਏ ਗਏ ਨਾ। ਸੋ ਗੱਲ ਇਹ ਹੁੰਦੀ ਹੈ ਕਿ ਦੇਖੋ ਹੁਣ ਜੇ ਤੁਸੀਂ ਡਰੱਗ 'ਤੇ ਆਰਟੀਕਲ ਲਿਖਣਾ ਹੈ ਤਾਂ ਡਰੱਗ 'ਤੇ ਆਰਟੀਕਲ ਕੀ ਲਿਖ ਦੋਗੇ? ਸ਼ੁਰੂ 'ਚ ਸਰਕਾਰ ਕਾਰਵਾਈ ਕਰੇ? ਨਹੀਂ, ਤੁਸੀਂ ਪਹਿਲਾਂ ਭੂਮਿਕਾ ਬਣੋਗੇ, ਅੰਕੜੇ ਦੇਵੋਗੇ, ਉਹਦੇ ਮਤਲਬ ਕਿ ਮਾੜੇ ਪ੍ਰਭਾਵ ਲਿਖੋਗੇ, ਫਿਰ ਹੀ ਐਂਡ 'ਤੇ ਜਾ ਕੇ ਕਹੋਗੇ ਨਾ ਕਿ ਸਰਕਾਰ ਨੂੰ ਇੱਧਰ ਕਾਰਵਾਈ ਕਰਨੀ ਚਾਹੀਦੀ। ਤੁਸੀਂ ਜਰਨਲਿਸਟ ਹੋ, ਚਲੋ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ, ਕਈ ਵਾਰ ਇਹ ਹੁੰਦਾ, ਮੈਂ ਜਿਵੇਂ ਕਿਹਾ ਕਿ ਉਹ ਕਦਰਦਾਨ, ਆਪਾਂ ਕਲੀਏ ਕਿ ਕਦਰਦਾਨ ਸਾਨੂੰ ਹੋਣਾ ਚਾਹੀਦਾ, ਉਹਨਾਂ ਲੋਕਾਂ ਦਾ ਸਵਾਲ ਕਰਨੇ ਵੀ ਜ਼ਰੂਰੀ ਨੇ, ਕਿਉਂਕਿ ਜੇ ਸਵਾਲ ਨਹੀਂ ਹੋਣਗੇ ਜਵਾਬ ਕਿਵੇਂ ਆਉਣਗੇ? ਤੁਸੀਂ ਸੋਚੋ ਕਿ ਤੁਸੀਂ ਇੱਥੇ ਹਾਂ ਆਪਣੇ ਚੈਨਲ ਵਾਸਤੇ ਇੱਕ ਸਟਿੰਗ ਕਰਨ ਜਾ ਰਹੇ ਹੋ, ਹੁਣ ਸਟਿੰਗ ਕਰਨਾ ਡਰੱਗ ਦਾ ਸਟਿੰਗ ਕਰਨਾ ਤੁਸੀਂ, ਤਾਂ ਸਟਿੰਗ ਕਿਵੇਂ ਕਰੋਗੇ? ਜਾ ਕੇ ਸਿੱਧਾ ਕਹਿ ਦਿਓ ਕਿ ਸਰਕਾਰ ਜੀ ਨਸ਼ਾ ਫਲਾਣ, ਤੁਸੀਂ ਜਾ ਕੇ ਪਹਿਲਾਂ ਪੁੜੀਆਂ ਲਾਓਗੇ, ਸਾਰਾ ਕੁਛ ਦਿਖਾਓਗੇ ਕਿ ਆਹ ਦੇਖੋ ਜੀ ਇੱਥੋਂ ਚੱਲ ਰਿਹਾ, ਇੱਥੋਂ ਆਹ ਕੀਤਾ, ਆਹ ਮੇਰੇ ਹੱਥ 'ਚ ਹੈ, ਇੰਨੇ ਮਿੰਟਾਂ 'ਚ ਮੈਨੂੰ ਹਾਸਲ ਕਰ ਲਿਆ, ਬਈ ਹੁਣ ਤੁਸੀਂ ਕਾਰਵਾਈ ਕਰੋ। ਤਾਂ ਦਿਖਾਉਣਾ ਤਾਂ ਤੁਹਾਨੂੰ ਵੀ ਪਏਗਾ ਕਿਉਂਕਿ ਸਟੋਰੀ ਤੁਸੀਂ ਡਰੱਗ 'ਤੇ ਕਰ ਰਹੇ ਹੋ। ਸੋ ਇਸ ਕਰਕੇ ਜੇ ਆਪਾਂ ਕਿਸੇ ਡਰੱਗੀ ਬੰਦੇ ਦੀ ਬਾਇਓਗ੍ਰਾਫੀ ਚੱਕੀ ਹੈ ਜਾਂ ਵੈਸੇ ਅਸੀਂ ਨਹੀਂ ਕਿਹਾ, ਇਹ ਫਿਲਮ ਮੇਕਰਸ ਦਾ ਫੈਸਲਾ ਸੀਗਾ, ਅਸੀਂ ਨਹੀਂ ਕਿਹਾ ਕਿ ਸਾਨੂੰ ਦਿਖਾਓ ਯਾਰ, ਅਸੀਂ ਸਾਡੀ ਕੀ ਔਕਾਤ ਹੈ? ਅਸੀਂ ਸਾਡੇ ਹਿਸਾਬ ਨਾਲ ਚੱਲਦਾ ਹੁੰਦਾ ਤਾਂ 25 ਸਾਲ ਦੀ ਉਮਰ 'ਚ ਫਿਲਮ ਬਣਵਾਉਂਦੇ, ਨਾਲੇ ਨੌਜਵਾਨ ਹੁੰਦੇ, ਕੌਣ ਕਿਸੇ ਦੀ ਗੱਲ ਸੁਣਦਾ? ਤਾਂ ਖੈਰ ਦੇਖੋ ਗੱਲ ਇਹ ਆ ਕਿ ਜੇ ਹੁਣ ਫਿਲਮ ਮੇਕਰ ਹੈ ਤਾਂ ਉਹਨਾਂ ਫਿਲਮ ਬਣਾਉਣੀ ਹੈ, ਇੱਕ ਤਾਂ ਇਹ ਆ ਕਿ ਆਲਰਾਊਂਡ ਆਡੀਅੰਸ ਨੂੰ ਦੇਖਣਾ ਉਹਨਾਂ ਨੇ, ਮਜ਼ਾਕ ਵੀ ਕਰਨਾ ਉਹਦੇ 'ਚ, ਗਾਣੇ ਵੀ ਪਾਉਣੇ, ਫਲਾਂ ਵੀ ਧਮਕਾਂ ਵੀ, ਠੀਕ ਹੈ ਨਾ ਜੀ। ਦੂਸਰੀ ਚੀਜ਼ ਇਹ ਕਿ ਜੇ ਉਹ ਬਾਇਓਗ੍ਰਾਫੀ ਚੱਕ ਰਹੇ ਨੇ ਇੱਕ ਐਸੇ ਬੰਦੇ ਦੀ ਜਿਹੜਾ ਬੰਦਾ ਕਿਸੇ ਸਮੇਂ ਕਿਸੇ ਦਲਦਲ 'ਚੋਂ ਨਿਕਲਿਆ, ਤਾਂ ਉਸ ਦਲਦਲ ਨੂੰ ਤਾਂ ਦਿਖਾਇਆ ਜਾਏਗਾ। ਔਰ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਅਸੀਂ ਕਿਉਂ ਡਰਦੇ ਹਾਂ? ਕੱਲ੍ਹ ਤੱਕ ਸੈਕਸ ਸ਼ਬਦ ਬੋਲਣਾ ਵੀ ਐਂ ਸਮਝਦੇ ਸੀ ਉਹ, ਅੱਜ ਅਸੀਂ ਜ਼ਰੂਰ ਸਮਝਦੇ ਹਾਂ ਕਿ ਸੈਕਸ ਐਜੂਕੇਸ਼ਨ ਜਿਹੜੀ ਸਕੂਲਾਂ 'ਚ ਜਾਰੀ ਕਰਨੀ ਚਾਹੀਦੀ, ਲਾਉਣੀ ਚਾਹੀਦੀ ਹੈ, ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਇਸ ਚੀਜ਼ ਬਾਰੇ, ਕਿਉਂਕਿ ਸਟਿਗਮਾ ਸਾਡੇ। ਅੱਜ ਅਸੀਂ ਇਹ ਮੰਗ ਕਰਦੇ ਹਾਂ ਕਿ ਯਾਰ ਡਰੱਗ ਦਾ ਜਿਹੜਾ ਹਾਈ ਕੋਰਟ ਨੇ ਕਿਹਾ ਕਿ ਹਾਈ ਕੋਰਟ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਇਹ ਹੈ ਕਿ ਸਕੂਲ ਦੇ ਸਿਲੇਬਸ 'ਚ ਡਰੱਗ ਨੂੰ ਸ਼ਾਮਿਲ ਕਰੋ। ਉਸ ਟਾਈਮ ਵੀ ਅਸੀਂ ਕਹਾਂਗੇ ਕਿ ਤਾਂ ਪ੍ਰਮੋਟ ਹੋ ਰਿਹਾ, ਪ੍ਰਮੋਟ ਨਹੀਂ ਹੋ ਰਿਹਾ, ਉਹਦੀ ਗੱਲ ਹੋ ਰਹੀ ਹੈ, ਉਹਦੀ ਗੱਲ ਹੋ ਰਹੀ, ਉਹਦੀ ਚਰਚਾ। ਮੈਂ ਇਹ ਨਹੀਂ ਕਹਿੰਦਾ ਕਿ ਬਈ ਸਾਰਾ ਕੁਛ ਜਿਹੜਾ ਹੈ ਉਹ ਸਹੀ ਹੈ ਜਾਂ ਸਾਰਾ ਕੁਛ ਗਲਤ ਹੈ, ਪਰ ਕਿਸੇ ਚੀਜ਼ ਨੂੰ ਵਿਖਾਉਣ ਵਾਸਤੇ ਉਹਦਾ ਸਾਰਾ ਮਜਮੂਨ ਤਾਂ ਘੜਨਾ ਪਏਗਾ ਨਾ ਕਿ ਇਹ ਇਹਦੀ ਬੰਦੇ ਦੀ ਬਈ ਜਰਨੀ ਸੀ ਜਿਹੜੀ ਉਹ ਐਂ ਸੀਗੀ ਐਂ ਸੀਗੀ ਅਤੇ ਅੱਜ ਇਸ ਮੁਕਾਮ 'ਤੇ ਹੈ। ਅੱਛਾ, ਪੋਜ਼ਿਟਿਵ ਚੀਜ਼ਾਂ ਸਾਡੇ ਕੋਲ ਬਹੁਤ ਨੇ, ਪੋਜ਼ਿਟਿਵ ਚੀਜ਼ ਮੋਟੀਵੇਸ਼ਨਲ ਸਾਹਿਤ ਪਿਆ, ਕਿੰਨਾ ਕੁ ਅਸੀਂ ਪੜ੍ਹਦੇ ਪਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਕੋਲ, ਕਰਤਾਰ ਨੂੰ ਮਜ਼ਬੂਤੀ ਦੇਣ ਵਾਸਤੇ ਸਾਡੇ ਕੋਲ ਉਹ ਚੀਜ਼ਾਂ ਹੈਗੀਆਂ ਨੇ, ਉਹਨਾਂ ਦੇ ਨਾਲ ਮੈਂ ਤਾਂ ਕਹਿੰਦਾ ਕਿ ਉਹਨਾਂ ਦੇ ਨਾਲ ਜੁੜੋ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਣੀ। ਬਿਲਕੁਲ ਜਦੋਂ ਇਹੋ ਜਿਹੇ ਸਬਜੈਕਟਸ ਬਣਦੇ ਹੈਗੇ, ਕਿਉਂਕਿ ਹੁਣ ਕਾਫੀ ਚੇਂਜ ਹੋਇਆ ਸਿਨੇਮਾ, ਪੰਜਾਬੀ ਇੰਡਸਟਰੀ ਦਾ ਜਿਹੜਾ ਸਿਨੇਮਾ ਹੈਗਾ ਕਾਫੀ ਚੇਂਜ ਹੋਇਆ, ਕਾਫੀ ਇਹਦੇ 'ਚ ਸੁਧਾਰ ਆਇਆ ਹੈਗਾ, ਬਹੁਤ ਸਾਰੀਆਂ ਚੀਜ਼ਾਂ ਮਿਆਰ ਵੀ ਉੱਤੇ ਜਾ ਰਿਹਾ ਹੈਗਾ। ਇਹੋ ਜਿਹੇ ਜਦੋਂ ਸਬਜੈਕਟ ਬਣਦੇ ਆ, ਸਿੱਖਿਆ ਜਿਹੜੀਆਂ ਸਿੱਖਿਆ ਮੈਸੇਜ ਦਿੰਦੇ ਪਏ, ਕਿਉਂਕਿ ਪਹਿਲਾਂ ਜਿਹੜੀਆਂ ਜਿੰਨੀ ਕੁ ਮੂਵੀਜ਼ ਬਣ ਰਹੀਆਂ ਸੀਗੀਆਂ, ਠੀਕ ਹੈ ਇੰਟਰਟੇਨਮੈਂਟ ਲਈ ਬਣ ਰਹੀਆਂ ਸੀਗੀਆਂ, ਪਰ ਜਿਹੜੀਆਂ ਇੰਟਰਟੇਨਮੈਂਟ ਨਾਲ ਜਦੋਂ ਮੈਸੇਜ ਵੀ ਨਾਲ ਜਦੋਂ ਦੇਣ ਲੱਗ ਪਏ ਤਾਂ ਉਹਦੇ ਵਿੱਚ ਹੋਰ ਵੀ ਸੁਧਾਰ ਆਉਂਦੀ ਹੈਗੀ ਆ, ਲੋਕਾਂ ਦੇ ਵਿੱਚ ਵੀ ਫਰਕ ਪੈਂਦਾ, ਕਿਉਂਕਿ ਜਿਹੜਾ ਸੰਗੀਤ ਅਤੇ ਮੂਵੀਜ਼ ਦਾ ਕਾਫੀ ਫਰਕ ਪੈਂਦਾ, ਲੋਕਾਂ 'ਤੇ ਵੀ ਅਸਰ ਹੁੰਦਾ ਹੈਗਾ, ਤੁਸੀਂ ਕੀ ਮੰਨਦੇ ਹੋ? ਨਹੀਂ ਬਿਲਕੁਲ ਬਿਲਕੁਲ, ਸੰਗੀਤ ਜਿਹੜਾ ਸੰਗੀਤ ਹੈ, ਸਾਹਿਤ ਹੈ, ਕੁਛ ਵੀ ਹੈ, ਸਿਨੇਮਾ ਹੈ, ਆਖਰ ਤਿੰਨੇ ਸੱਸੇ ਹੈ ਜੀ। ਤਾਂ ਜੇ ਤੁਸੀਂ ਦੇਖੋਗੇ ਤਾਂ ਇੱਕ ਹੋਰ ਸੱਸਾ ਉਹਦੇ ਪੈਰ 'ਚ ਬਿੰਦੀ ਲਾ ਦਿਓਗੇ, ਸ਼ਸ਼ਾ ਵੀ ਸ਼ਬਦ ਬਣ ਜਾਏਗਾ, ਸਾਰੀਆਂ ਚੀਜ਼ਾਂ ਸਾਡੀ ਰੂਹ ਨਾਲ ਜੁੜਦੀਆਂ ਨੇ, ਸਾਡੀ ਰੂਹ 'ਤੇ ਉਹ ਝੋਟ ਕਰਦੀਆਂ। ਤਾਂ ਚਾਹੇ ਸਿਨੇਮਾ, ਸਾਹਿਤ ਆ, ਜਾਂ ਕੁਛ ਵੀ ਹੈ, ਸਿੱਖਿਆ, ਤਾਂ ਉਹ ਜੇ ਸਾਡੇ ਮਤਲਬ ਕਿ ਸਾਡੀ ਜਿਹੜੀ ਮਾਨਸਿਕਤਾ ਉਹਦੇ ਵਿੱਚ ਜਾ ਕੇ ਕੁਝ ਹਲਚਲ ਪੈਦਾ ਕਰ, ਤਾਂ ਮਤਲਬ ਕਿ ਅੱਛਾ ਅੱਛਾ ਇੰਟਰਟੇਨਮੈਂਟ ਤਾਂ ਬਈ ਹੁਣ ਦੇਖੋ OTT ਹੈ, ਕਿੱਥੋਂ ਕਿੱਥੋਂ ਰੋਕ ਲਉਂਗੇ ਬੱਚਾ, ਯੂਟਿਊਬ 'ਤੇ ਪਹੁੰਚ ਜਾਏਗਾ, ਇੱਥੇ ਸਿਨੇਮੇ ਨੂੰ ਰੋਕ ਲਉਂਗੇ, ਬਹੁਤ ਸਾਰੇ ਆਪਸ਼ਨ ਨੇ। ਬਟ ਜੇ ਅਸੀਂ ਇਸ ਤਰੀਕੇ ਨਾਲ ਚੱਲਾਂਗੇ ਤਾਂ ਅਸੀਂ ਪਹਿਲਾਂ ਹੀ ਉਹ ਬੱਚੇ ਦਾ ਜਿਹੜਾ ਕਿਰਦਾਰ ਹੈ ਉਹਨੂੰ ਵਧੀਆ ਨਿੱਗਰ ਕਰ ਦਿਆਂਗੇ ਨਾ, ਤਾਂ ਬਿਹਤਰ ਹੋਏਗਾ, ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ। ਸੋ ਸਿਨੇਮਾ, ਸਾਹਿਤ,
सिक्ख्या समाज जिन्ना भी बेहतर कर आपदियाँ आने वाली पीढ़ियों वास्ते अच्छा है। मैं तो कहना कि यार कितनी गर्मी है सानू रुखों वाले पास होना चाहिए और पुतों वाले पास भी होना चाहिए दोनों चीज़ा रुख तो पुत बचा नहीं सामभ के रखने चाहिए। तो भाई जी जाते जाते की अपील करना चाहोगे क्यों देखने जा डाकों का मुंडा टूंगा? देखो गल की है कि मैं नहीं कहता कि बई एक ड्रगी की लाइफ में देखना चाहिए तुसी नहीं और कदे जिंदगी च करोगी ना ना करो इस रस्ते च कहंदे देख स्वर्ग तां मर के जाया जाना। मैं कहना दफा करो क्यों मर के जाना स्वर्ग तुसी अपनी जिंदगी नूं स्वै वर्गा बना लो स्वर्ग है ठीक है ना। तो मरन की जरूरत नहीं है इतने नहीं है कि असी चंगा बनना तो पहले मंदा बन के असी उस जर्नी चो गुजरी उस प्रोसैस चो गुजरीए नहीं। मैं कहना कि तुसी इस पक्ष तो भी जा सकते एंटरटेनमेंट दे जा जे नहीं तो हानू कुछ लगता है कि यार मेरी जिंदगी कोई घाट है मैं अपनी जिंदगी अपनी लाइफ कित ना कित संतुष्ट है जाओ ये देखो कि आ बंदे आ जे जिन्हों लोग गली दे कख कहते नाली के कीड़े कहते मरे कहते अज कि मर गए। देखो मैं अपनी लाइफ के बड़ी वीडी प्रेरणा ली सी भगत पूर्ण सिंह जी हूँ मैं पढ़ता सी बचपन च मैं चेटक सी पढ़ने मैं साहित्य नाल जुड़िया थोड़ा बहुत वो सफर नाल जारी रहता हूँ हरेक बंदा नहीं ना उस चीज़ को मतलब कि हो सकता वो सिनेमे देख के सुधर जाए किताब न पढ़ के सुधर जाए। सो देखो सारे देखो मैं तो यह कहना कि कोई भी मूवी है जिसे मैसेज है ये नहीं है कि तुसी ओदे वर्गा होके लेना जे कि तो अपन प्रेरणा मिलती है किसी तो भी मिलती है कोई भी है चाहे किसी तो जरूर लेना चाहिए। थैंक यू गुरप्रीत भाई बहुत बहुत शुक्रिया जी गलबात करके। मिंटू भाई होरां ने अपने विचार इस मूवी के बारे दसे अपना एक्सपीरियंस भी साझा किया तो तुम देखण जरूर जाना डाकों का मुंडा टू एंटरटेनमेंट भी मिलेगा तो तुहानू मैसेज भी यह फिल्म बहुत चंगा देख जाऊगी। देखते रहो चस्का टीवी। सत श्रीकाल जी तुसी देख रहे हो चस्का टीवी ते अज असीं पहुंच चुके हैं जी डाकुआं दा मुंडा टू मूवी दे प्रीमियर ते तारका साडे नाल है ते मूवी देखनी है ते ऑडियंस भी साडे नाल ते आजो पहला वेख लैने आ मूवी ते फिर तुहानू मिलदे आ के। सत श्रीकाल जी सारिआं नूं ਤੁਹਾਡਾ ਸਾਰਿਆਂ ਦਾ ਵੈਲਕਮ ਜੀ। ਤੁਸੀਂ ਸਾਡੇ ਇੱਕ ਸੱਦੇ ਦੇ ਨਿੱਘੇ ਸੱਦੇ ਦੇ ਸਾਰੇ ਜਿਹੜੇ ਸਾਡੀ ਮੂਵੀ ਡਾਕੂਆਂ ਦਾ ਮੁੰਡਾ ਟੂ ਦੇ ਪ੍ਰੀਮੀਅਰ 'ਤੇ ਆਏ ਸੋ ਤੁਹਾਡਾ ਸਾਰਿਆਂ ਦਾ ਵੈਲਕਮ। ਸੋ ਅਸੀਂ ਇੱਕ ਕੋਸ਼ਿਸ਼ ਕੀਤੀ ਜੀ ਸਾਡੇ ਪ੍ਰੋਡਿਊਸਰਸ ਨੇ ਸਾਡੇ ਡਾਇਰੈਕਟਰ ਸਾਹਿਬ ਨੇ ਸਾਰੇ ਐਕਟਰਾਂ ਨੇ ਮਿਲ ਕੇ ਸੋ ਕਿ ਅਸੀਂ ਇੱਦਾਂ ਦਾ ਸਿਨੇਮਾ ਲੈ ਕੇ ਆਈਏ ਜਿਹੜਾ ਸਮਾਜ ਨੂੰ ਕੋਈ ਨਾ ਕੋਈ ਸੇਧ ਦਿੰਦਾ ਹੋਵੇ ਨਾਲ ਨਾਲ ਇੰਟਰਟੇਨਮੈਂਟ ਕਰਦਾ ਹੋਵੇ। ਸੋ ਪਹਿਲੀ ਤੁਸੀਂ ਡਾਕੂਆਂ ਦਾ ਮੁੰਡਾ 1 ਆਈ ਸੀ ਉਹਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸੀਗਾ ਉਹ ਵੀ ਆਟੋਬਾਇਓਗ੍ਰਾਫੀ ਸੀ ਇਹ ਵੀ एक किसी की लाइफ के उत्ते आधारित है आटोबायोग्राफी है किसी की मंगा सिंह अंडाल की शरारती किताब तत्त किताब के उत्ते बेस्ड है मूवी। सो जे तुहानू सारयां कुछ भी वधिया लग्या जां तुसीं कोई लग्या कि समाज नूं इह कोई सेध दिंदी है या कोई मैसेज दिंदी है जिहदी कि अज दे टाइम विच बहुत वड्डी जरूरत भी है सो तुसीं प्लीज़ अपने अपने सोशल मीडिया के उत्ते अपने आले दुआले जिन्ने भी तुहाडे संगी साथी ने सारयां नूं जरूर दस्सिओ कि जे असी चंगी कोशिश की है तो जरूर साडा फर्ज भी बनता है कि असी समाज दे विच किसे ना किसे तरीके नाल अपने समाज नूं सुधारन लई अपने नौजवानों नूं सही दिशा दे विच लियाउण लई थोड़ा बहुत सहयोग जरूर पाईए। सो असी फिल्म बना के कोशिश की है कि असी अपना बनता जिन्ना भी सहयोग है इहदे विच पाउणा चाहीदा। सो तुसीं भी जे तुहानूं फिल्म चंगी लगी वधिया लगी तो प्लीज़ जरूर सानूं सपोर्ट करो तुहाडी सपोर्ट की सानूं बहुत जरूरत है। थैंक यू वेरी मच। सत श्री अकाल जी आया कहनी हाँ थैंक यू सो मच फॉर कमिंग। जिदा देव जी ने कहा कि असी एक छोटी जी कोशिश की एक एफर्ट किया पूरी टीम ने रल के ड्रीम रियालिटी उन्होंने प्रोड्यूस की साडे सर मनदीप जी सो आई फील सो ब्लैसड पूरी टीम ने बहुत मेहनत की ये कोई सौखा सबजैक्ट नहीं सी मेरे लिए क्योंकि परफॉर्मेंस बेस्ड ही सर ने पहला ही दसिया सो काफ़ी मेहनत असी सारे ने रल के की सो मैं चाहनी हाँ कि तुसी सारे जाने पंजाबी सिनेमा नू सपोर्ट करो अपनी पंजाबी बोली नू सपोर्ट करो ताकि आपां इनू होर उच्चियां हाइट्स ते लैके जाइए
ਤੇ ਉਹ ਤੁਹਾਡੀ ਸਪੋਰਟ ਤੋਂ ਬਿਨਾ ਨਹੀਂ ਹੋ ਸਕਦਾ ਸਰ ਜੇ ਤੁਸੀਂ ਵਰਡ ਸਪਰੈਡ ਕਰੋਗੇ ਇਸ ਫਿਲਮ ਨੂੰ ਲੈ ਕੇ ਵੀ ਕਿਉਂਕਿ ਇਹ ਫਿਲਮ ਜਿਹੜੀ ਆ ਇਹ ਇੱਕ ਮੈਸੇਜ ਦਿੰਦੀ ਹੈ ਬਹੁਤ ਸੋਹਣਾ ਸੁਨੇਹਾ ਦਿੰਦੀ ਹੈ ਐਂਡ ਆਈ ਫੀਲ ਬਲੈਸਡ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ ਡਰੱਗ ਐਡਿਕਟ ਵਾਸਤੇ ਮੈਂ ਹਮੇਸ਼ਾ ਕੁਛ ਕਰਨਾ ਚਾਹੁੰਦੀ ਸੀ ਜਿਹੜੇ ਨਸ਼ਿਆਂ ਦੇ ਯੂ ਨੋ ਪੀੜਤ ਹੈਗੇ ਨੇ ਤੋ ਇਸ ਆਪਣੇ ਆਰਟ ਔਰ ਕ੍ਰਾਫਟ ਦੇ ਰਾਹੀਂ ਇਸ ਫਿਲਮ ਦੇ ਰਾਹੀਂ ਮੈਨੂੰ ਉਹ ਕਰਨ ਦਾ ਮੌਕਾ ਮਿਲਿਆ ਸੋ ਅਗਰ ਇੱਕ ਵੀ ਲਾਈਫ ਬਚਦੀ ਆ ਜਾਂ ਸਹੀ ਰਸਤੇ 'ਤੇ ਆਉਂਦੀ ਆ ਗਲਤ ਰਸਤਿਆਂ 'ਤੇ ਤੁਰਨ ਦੀ ਬਜਾਏ ਸਹੀ ਰਸਤਿਆਂ 'ਤੇ ਚੱਲਦੇ ਨੇ ਲੋਕ ਇੱਕ ਵੀ ਲਾਈਫ 'ਤੇ ਮੈਨੂੰ ਲੱਗੇਗਾ ਕਿ ਇਸ ਫਿਲਮ 'ਚ ਮੇਰਾ ਕੰਮ ਕੀਤਾ ਜਿਹੜਾ ਆ ਉਹ ਮੇਰਾ ਮਿਸ਼ਨ ਜਿਹੜਾ ਕੰਪਲੀਟ ਹੋ ਗਿਆ ਤੋ ਸੋਸਾਇਟੀ ਨੂੰ ਕੁਛ ਦਿੱਤਾ ਆ ਸੋ ਤੁਸੀਂ ਮਦਦ ਕਰੋ ਕਿ ਆਪਣਾ ਜਿਹੜਾ ਪੰਜਾਬੀ ਸਿਨੇਮਾ ਆ ਇਹ ਹੋਰ ਹਾਈਟਸ 'ਤੇ ਜਾਵੇ ਉਹ ਕਿੱਦਾਂ ਜਾਏਗਾ ਜੇ ਤੁਸੀਂ ਆਪਣੀ ਪੰਜਾਬੀ ਬੋਲੀ ਨੂੰ ਸਪੋਰਟ ਕਰੋਗੇ ਸੋ ਬਹੁਤ ਸੋਹਣਾ ਮੈਸੇਜ ਆ ਉਮੀਦ ਕਰਦੀ ਤੁਹਾਨੂੰ ਪਸੰਦ ਆਏਗਾ ਇਹ ਫਿਲਮ ਇਹ ਵੀ ਦੱਸਦੀ ਹੈ ਕਿ ਜੇ ਤੁਸੀਂ ਗਲਤ ਰਸਤੇ ਚੁਣਦੇ ਹੋ ਤਾਂ ਤੁਹਾਡਾ ਕੀ ਹਸ਼ਰ ਹੁੰਦਾ ਆ ਸੋ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ ਤਾਂ ਕਿ ਉਹ ਇੱਦਾਂ ਦੇ ਗਲਤ ਡਿਸੀਜਨਸ ਲਾਈਫ ਦੇ ਵਿੱਚ ਨਾ ਲੈਣ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ ਪਹਿਲਾ ਪਾਰਟ ਸਾਰਿਆਂ ਨੇ ਦੇਖਿਆ ਸੀ ਡਾਕੂਆਂ ਦੇ ਮੁੰਡੇ ਦਾ ਔਰ ਸਾਰਿਆਂ ਨੇ ਬਹੁਤ ਪਸੰਦ ਵੀ ਕੀਤਾ ਸੀਗਾ ਜਦੋਂ ਸਿਨੇਮਾ ਬਣਦਾ ਹੈ ਜਦੋਂ ਕੋਈ ਗੱਲ ਕਰਦੇ ਹਾਂ ਸਿਨੇਮਾ ਜਿਵੇਂ ਗੀਤ ਸਮਾਜ ਦਾ ਮਹਾਂਦਰਾ ਹੁੰਦੇ ਆ ਉਵੇਂ ਸਿਨੇਮਾ ਵੀ ਸਮਾਜ ਦਾ ਮਹਾਂਦਰਾ ਹੁੰਦਾ ਔਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਐਸੀਆਂ ਕੁਰੀਤੀਆਂ ਬਹੁਤ ਸਾਰੇ ਹੋਰ ਮਾੜੀਆਂ ਚੀਜ਼ਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਵਿਚਰ ਰਹੀਆਂ ਹੁੰਦੀਆਂ ਨੇ ਜਦੋਂ ਕੋਈ ਸੂਝਵਾਨ ਨਿਰਦੇਸ਼ਕ ਕੋਈ ਫਿਲਮ ਮੇਕਰ ਉਸ ਸਬਜੈਕਟ 'ਤੇ ਗੱਲ ਕਰਦਾ ਹੈ ਤਾਂ ਉਹਨੂੰ ਬਹੁਤ ਹੌਸਲਾ ਕਰਨਾ ਪੈਂਦਾ ਕਿਉਂਕਿ ਬਹੁਤ ਸਾਰਾ ਪੈਸਾ ਲੱਗਦਾ ਹੈ ਔਰ ਅੱਜ ਦਾ ਜਿਹੜਾ ਸਮਾਂ ਹੈ ਖਾਸ ਕਰਕੇ ਸਾਡੇ ਪੰਜਾਬ ਦਾ ਔਰ ਅਸੀਂ ਨਸ਼ੇ ਦੀ ਇੱਕ ਐਸੀ ਐਸੇ ਰਾਖਸ਼ਸ ਨਾਲ ਜੂਝ ਰਹੇ ਹਾਂ ਅਸੀਂ ਕਿ ਸਾਨੂੰ ਹਰ ਰੋਜ਼ ਕੋਈ ਨਾ ਕੋਈ ਐਸੀ ਹਾਲਾਂਕਿ ਸਰਕਾਰਾਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀਆਂ ਨੇ ਲੋਕ ਵੀ ਆਮ ਲੋਕ ਵੀ ਕੋਸ਼ਿਸ਼ ਕਰ ਰਹੇ ਨੇ ਪਿੰਡਾਂ 'ਚ ਲੋਕਾਂ ਨੇ ਆਪਣੀਆਂ ਮਤਲਬ ਬਣਾਏ ਹੋਏ ਹੈ ਕਿ ਕੋਈ ਨਸ਼ੇ ਵਾਲਾ ਵੇਚਣ ਵਾਲਾ ਵੜਨ ਨਹੀਂ ਦੇਣਾ ਕੋਈ ਕਿਸੇ ਨੂੰ ਖਰੀਦਣ ਨਹੀਂ ਦੇਣਾ ਬਟ ਕੀ ਹੈ ਕਿ ਜਿਹੜੇ ਜਵਾਕ ਅਣਭੋਲੇ ਲੱਗ ਗਏ ਜਿਹੜੇ ਜਵਾਕ ਸ਼ੌਂਕ 'ਚ ਲੱਗ ਗਏ ਜਾਂ ਕਿਸੇ ਨੇ ਲਾਤਾ ਕਿਉਂਕਿ ਜਿਹੜਾ ਆਪ ਨਸ਼ਾ ਕਰਦਾ ਉਹਨੂੰ ਲੱਗਦਾ ਕਿ ਜੇ ਚਾਰ ਜਣੇ ਆਲੇ ਦੁਆਲੇ ਵਾਲੇ ਹੋਰ ਕਰਦੇ ਹੋਣਗੇ ਤਾਂ ਘੱਟੋ ਘੱਟ ਸਾਡਾ ਵੀ ਸਰਦਾ ਰਹੂਗਾ ਉਹ ਆਪਣਾ ਸਿਸਟਮ ਕ੍ਰੀਏਟ ਕਰਦੇ ਆ ਕਿ ਜਦੋਂ ਮੁੱਕ ਜੂਗਾ ਕਿਉਂਕਿ ਪਹਿਲਾਂ 5-7 ਦਿਨ ਉਹ ਕਰਦੇ ਵੀ ਯਾਰ ਤੂੰ ਲਾ ਲਾ ਮਾੜਾ ਜਿਹਾ ਕੁਛ ਨਹੀਂ ਹੁੰਦਾ ਕਿੱਡੀ ਗੱਲ ਹੈ ਸਵਾਦ ਵੇਖੀ ਆਉਂਦਾ ਲਾ ਲੈਂਦਾ ਬੰਦਾ ਲੱਗ ਜਾਂਦਾ ਤਾਂ ਅਗਰ ਇਹੋ ਜਿਹੀ ਚੀਜ਼ ਇਹੋ ਜਿਹਾ ਮੈਸੇਜ ਕੋਈ ਵੀ ਇਨਸਾਨ ਨਸ਼ਾ ਕਰਨ ਵਾਲਾ ਖਾਸ ਕਰਕੇ ਜਦੋਂ ਦੇਖੂਗਾ ਤਾਂ ਉਹਨੂੰ ਮਹਿਸੂਸ ਜ਼ਰੂਰ ਹੋਊਗਾ ਕਿ ਆਹ ਚੀਜ਼ ਸ਼ਾਇਦ ਮੈਨੂੰ ਨਹੀਂ ਕਰਨੀ ਚਾਹੀਦੀ ਜੇ 100 ਬੰਦੇ ਨੇ ਵੀ ਦੇਖਿਆ ਔਰ 10 ਵੀ ਉਹਦੇ 'ਚੋਂ ਆਪਣਾ ਮਨ ਬਣਾ ਲੈਂਦੇ ਆ ਤਾਂ ਸਾਡਾ ਜਿਹੜਾ ਇਹ ਇੱਕ ਸਾਡੀ ਗੱਲ ਕਹਿਣ ਦਾ ਜੋ ਸਾਡਾ ਇੱਕ ਨਜ਼ਰੀਆ ਹੈ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਅਸੀਂ ਸਮਾਜ ਨੂੰ ਦੇਣਾ ਚਾਹੁੰਦੇ ਸਾਨੂੰ ਲੱਗਦਾ ਕਿ ਉਸ ਮੈਸੇਜ ਦੇਣ 'ਚ ਅਸੀਂ ਸਫਲ ਹੋ ਜਾਵਾਂਗੇ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਦਾ ਮੁੰਡਾ ਸੀਕੁਅਲ ਟੂ ਇਹਦੀ ਪ੍ਰੀਮੀਅਰ ਦੇ ਮੌਕੇ 'ਤੇ ਮੈਂ ਆਇਆ ਔਰ ਬੜਾ ਜਜ਼ਬਾਤੀ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਕਿਉਂਕਿ ਮੇਰਾ ਖਿਆਲ ਵੀ ਪੰਜਾਬ ਦੇ ਵਿੱਚ ਕੋਈ ਐਸਾ ਘਰ ਨਹੀਂ ਹੈ ਜਿਹਦੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਵਰਤਾਰਾ ਵਰਤਿਆ ਨਹੀਂ ਜਿੱਥੇ ਕਿ ਚਿੱਟੇ ਨੇ ਨਸ਼ੇ ਨੇ ਕਹਿਰ ਨਹੀਂ ਢਾਇਆ ਉਹਦੇ ਮੰਗਾ ਸਿੰਘ ਅੰਟਾਲ ਉਹਦੇ ਨਾਲ ਦੇ ਸਾਥੀ ਜਿਸ ਤਰ੍ਹਾਂ ਇਹਨਾਂ ਨੇ ਉਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣ ਦਾ ਹੌਸਲਾ ਕੀਤਾ ਜਿਸ ਤਰ੍ਹਾਂ ਇਹ ਨਿਕਲੇ ਆ ਇਹ ਸੱਚਮੁੱਚ ਹੀ ਦਿਸ ਇਜ਼ ਅ ਰੇ ਆਫ ਹੋਪ ਫੋਰ ਅਸ ਪੰਜਾਬ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਜ਼ਰੂਰਤ ਹੈ ਜਿੱਥੋਂ ਜਿਹਨੂੰ ਦੇਖ ਕੇ ਸਾਡੇ ਜਿਹੜੇ ਨੌਜਵਾਨ
वो अपराधी नहीं है, वो बाय चांस किसी ना किसी मजबूरी करके किसी माड़ी घटना करके इस नशे की दलदल फस जाते हैं, तो बहुते निकल भी जाते हैं, लेकिन एक कोई उन्होंने रे ऑफ होप चाहिए है। सो अज जिहड़ा यह प्रोडक्शन है, सारी कास्ट नूं मैं वधाई दिना, बड़े वधिया तरीके दे नाल इन्होंने यह जिहड़ा एक मैसेज देने की कोशिश की है। और अमंगा सिंह इहदे नाल ही मेरा एक कजन भी सी, इन्हां कट्ठिआं ने कमबैक की है, जिथे इन्हां नूं वधाई दिना उत्थे मैं तुहानूं वधाई दिना सारे कास्ट कि तुसीं भी पंजाब नूं बचाउण वालिआं दे विच्चों। और मैं सरकार नूं भी मैं लिखूंगा कि इस तरह के जिन्नी भी प्रोडक्शन जिन्ने भी प्रोजेक्ट आते हैं सरकार उन्हां दी मदद करे, क्योंकि यह भी एक तरीका है कि आप चंगा जिहड़ा सुनेहा है कि असी बिल्कुल असी इस दलदल तो छुटकारा पा सकते, नशे तो नशे के कोड़ तो उन्हां मावां नूं विलकदियां मावां मैनूं फोन आउंदे आ कि साडे पुत नूं बचा लो, हले भी आउंदे आ, मतलब रोज़ मरदियां मावां, उन्हां मावां दे पुत्तां नूं बचाउण दी आपां जिहड़ी इबारत लिख सकते हैं। और बहुत बहुत वधाई इस सारी कास्ट नूं, इस सारे साडे मेरे साथियों नूं जिन्हां ने यह रिस्क लिया, ये रिस्क है, फाइनैशियल रिस्क है, लेकिन ये पंजाब नूं बचाउण वाला है, इस करके साडे सारे दी दुआवां तुहाडे नाल है। और आस है कि जिस तरह मंगा बचिया उस तरह साडे पंजाब दे सारे बच्चे बच जाणगे। बहुत बहुत धन्यवाद, क्या बात है। हाँ जी, डाकू का मुंडा टू मूवी देख के निकल चुके हैं जी, नाल ने साडे करमजीत अनमोल पाजी। पाजी किवें लगी जी मूवी? बहुत चंगी लगी जी मूवी, मोटिवेशनल मूवी है और बहुत अच्छा मैसेज देता है इस मूवी राही। लगता है कि एहोजियां मूवीज जो साडी पंजाबी इंडस्ट्री दे विच बन गईआं तां मोड़ पाउणगीआं? बिल्कुल जी, क्योंकि जो कोई चंगी चीज़ बनती है, चंगी सेहत मिलती है, तो यह मोड़ पाँदे ही है। बहुत चीज़ा सिनेमा नूं देख के बहुत लोग प्रभावित होंदे ने, और जे कोई ये फिल्म देख के कोई एक बंदा भी सुधर गया तां समझो भी जिहड़ा फिल्म मेकर है वो अपने उहदे च कामयाब रहे। फिल्म मेकर जिहड़े किते ना किते डरदे हुंदे हैगे इहो जिहे कंसैप्ट नूं छूण लई, उह वी हुण अगे आउणगे? बिल्कुल आउणगे जी, जदों इहो जिहीआं फिल्मां चलदीआं ने तां सारे ही हर तरह का सिनेमा होना चाहीदा, ते चंगे मेकर भी आउणगे होर भी। बस ये फिल्म जरूर देख के आओ जी, बड़ी वधिया मूवी है, मोटिवेशनल मूवी है और जरूर देख के आओ। थैंक यू भाजी। डाकूआं दा मुंडा टू मूवी वेख के निकल चुके हैं जी, ते नाल ने प्रीत बाठ बाई जी, किवें लगी मूवी ते की मैसेज है? बहुत वधिया लगी जी मूवी, तुसीं भी वेखी असीं वेखी, तां मैसेज बड़ा क्लीयर सीगा जी फिल्म का कि नशियां दी प्रॉब्लम की गल तां सारे करदे आ, बट रिकवरी कोई नहीं दिखाउंदा, कोई भी ये चीज़ दसण की कोशिश नहीं करता कि तुहाडा जिवें देव बाई दे फिल्म च बंदे ने अपना रीज़न लभ्या उस कैरेक्टर ने कि मैं क्यों नशे छड्डने आ, उदां ही साडा मैसेज बड़ा क्लीयर है जी फिल्म चों कि यू हैव टू फाइंड योर रीज़न, फाइंड योर वाई। तो एड्डी कोई वड्डी जिवें फिल्म का डायलॉग है ना कि तोड़ इन्नी भी नहीं लगी कि तोड़ ना सका। सो बेसिकली यही मेन मुद्दा है। देव बाई का एक्शन तो फिर सारा पसंद ही हैगा, तो जिहड़ी मूवी हैगी मूवी का जिहड़ा कंसैप्ट हैगा लगता कि मोड़ पाऊगी जिहड़े नशियां दे विच पै चुके दलदल दे विच फस चुके? मैनू लगता बहुत फर्क पै सकता इस फिल्म में जी, आप चंगी तरह आप सारे अपनी रिसपोंसीबिलिटी समझ के इन प्रमोट करिए, तो बहुत फर्क पै सकता इस चीज़ का। ऑडियंस नूं की मैसेज देना? ऑडियंस नूं मैसेज बिल्कुल क्लीयर है जी, 27 मई आ फ्राइडे तुसीं फिल्म नूं वेखो, मैनू पूरा यकीन है कि फिल्म वेख के तुसीं चंगा ही कहोगे फिल्म बारे, जो बनता उही कहोगे, तो जिन्ना ज़्यादा तो ज़्यादा अपने नालदियां नूं तुसीं इस फिल्म बारे दस सकते हो जरूर दसो। थैंक यू भाई, थैंक यू। डाकूआं दा मुंडा टू मूवी देख के बाहर निकल चुके हैं जी, तो जैसी जिहड़ी इस मूवी दे विच लव स्टोरी दिखाई गई है देव खरोड़ ते जपजू खहरा होरां दी, तो उन्हां दा जिहड़ा बचपन दिखाया गया उस बचपन दे जपजी खहरा कौशिका साडे नाल ने, पहला तां मुबारकां जी, तुसीं थिएटर दे विच आ चुके हो, थिएटर पर्दे ते मूवी लग चुकी। शुक्रिया। किदां दा फील हो रहा? बहुत वधिया फील हो रहा है, ते मेहनत रंग लिया है। मूवी किवें लगी सारी? बहुत वधिया सी मूवी, तां बहुत वधिया सी, ते डायरेक्टर ने साडे मनदीप सर बहुत हंबल ने, ते गौरव सर साडे असोसीएट डायरेक्टर बहुत बहुत वधिया काम किया, सारे ने बहुत वधिया काम किया। जदों सैट ते हुंदे सीगे कोई ना कोई एहो जिहा मूवमेंट जिहड़ा तुसीं सांझा करना चाहो? लव लाइफ, जो लैटर मिलिया, इदां कदे भी नहीं होया मेरे नाल
ਕਿਵੇਂ ਯੂ ਨੋ ਕਿਸੇ ਨੇ ਮੇਰੇ ਕੋਲ ਲੈਟਰ ਬੇਸਿਕਲੀ ਦਿਆ ਸੋ ਦੈਟ ਵਾਜ ਵੈਰੀ ਨਿਊ ਟੂ ਮੀ ਐਂਡ ਆਈਵ ਨੈਵਰ ਐਕਸਪੀਰੀਅੰਸ ਦਿਸ ਇਨ ਰੀਅਲ ਲਾਈਫ ਸੋ ਇਟ ਵਾਜ ਐਕਚੁਅਲੀ ਅ ਵੈਰੀ ਸਪੈਸ਼ਲ ਮੋਮੈਂਟ ਫੋਰ ਮੀ ਯਾ ਅੱਜ ਕੱਲ੍ਹ ਥੋੜ੍ਹਾ ਜਿਹਾ ਚੇਂਜ ਹੋ ਗਿਆ ਮਾਹੌਲ ਫੋਨਾਂ 'ਤੇ ਆ ਗਿਆ ਸਾਰਾ ਹੈ ਨਾ ਜੀ 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 ਮੈਸੇਜ ਕੀ ਦੇਣਾ ਚਾਹੋਗੇ ਆਡੀਅੰਸ ਨੂੰ ਅਤੇ ਕੀ ਮੈਸੇਜ ਮਿਲਦਾ ਇਸ ਮੂਵੀ ਮੈਸੇਜ ਤਾਂ ਮਤਲਬ ਉਹ ਟਾਈਮ ਜੋ ਸੀਗਾ ਨਾ ਬੜਾ ਪਿਓਰ ਸੀਗਾ ਅਤੇ ਹਜੇ ਆਪਾਂ ਨਾ ਫੋਨ ਵਿੱਚ ਬਿਜ਼ੀ ਰਹਿੰਦੇ ਨੇ ਅਤੇ ਫੋਨ ਵਿੱਚ ਯੂ ਨੋ ਹਮ ਸਮਝ ਵੀ ਨਹੀਂ ਸਕਦੇ ਕਿ ਕਿਆ ਬੇਸਿਕਲੀ ਬੰਦਾ ਕਹਿ ਰਿਹਾ ਹੈ ਫੋਨ ਕੇ ਥਰੂ ਲੇਕਿਨ ਲਵ ਲੈਟਰ ਬਹੁਤ ਹੀ ਪਿਓਰ ਚੀਜ਼ ਹੈ ਜੋ ਇੱਕ ਤਰ੍ਹਾਂ ਸੇ ਦਿਲ ਸੇ ਬੰਦੇ ਕੇ ਆਤੀ ਹੈ ਬਾਹਰ ਸੋ ਬਹੁਤ ਹੀ ਸਪੈਸ਼ਲ ਬਹੁਤ ਹੀ ਅੱਛੀ ਚੀਜ਼ ਹੈ ਬਟ ਹਾਂ ਫੋਨਸ ਹੈ ਤੋ ਅਬ ਲੋਕ ਬਈ ਲੇਜ਼ੀ ਹੋ ਗਏ ਹੈ ਐਂਡ ਯੂ ਨੋ ਸਭ ਫੋਨਸ ਕੇ ਥਰੂ ਹੀ ਟੈਕਸਟ ਕਰਦੇ ਹੈ ਸੋ ਦੈਟ ਇਜ਼ ਵਨ ਥਿੰਗ ਕਿ ਆਪ ਪਿਓਰ ਰਹੋ ਆਪਣੇ ਕੰਮ ਹੈ ਬਸ ਪਿਓਰ ਰਹੋ ਜੀ ਕੁਛ ਕਿਆ ਹੋਰ ਕੀ ਆ ਰਿਹਾ ਹੈਗਾ ਹੋਰ ਫਿਰ ਹੁਣ ਤਾਂ ਕਿਉਂਕਿ ਹੁਣ ਤਾਂ ਖੁੱਲ੍ਹ ਗਈ ਹੈ ਦੀਵਾਰ ਹੈ ਨਾ ਅਤੇ ਕੀ ਕਰਨ ਜਾ ਰਹੇ ਹੋਗੇ ਕੀ ਕਰਨ ਦੀ ਇੱਛਾ ਹੈ ਤੁਹਾਡੀ ਇੱਕ ਹਰਿਆਣਵੀ ਮੂਵੀ ਵੀ ਆ ਰਹੀ ਹੈ ਮੇਰੀ ਤਾਂ ਤੁਸੀਂ ਦੇਖਿਓ ਜੀ 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 ਬਹੁਤ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ ਅਤੇ ਬੈਸਟ ਵਿਸ਼ਿਜ਼ ਹੈ ਅਤੇ ਹੋਰ ਤੁਹਾਡੇ ਰੋਲਸ ਦੇ ਲਈ ਹਾਂਜੀ ਡਾਕੂਆਂ ਦਾ ਮੁੰਡਾ 2 ਮੂਵੀ ਵੇਖ ਕੇ ਅਸੀਂ ਨਿਕਲ ਚੁੱਕੇ ਹਾਂ ਜੀ ਅਤੇ ਮੂਵੀ ਜਿਹੜੇ ਆਧਾਰ 'ਤੇ ਬਣੀ ਹੈਗੀ ਆ ਸ਼ਰਾਰਤੀ ਤੱਤ ਅਤੇ ਉਸ ਸ਼ਰਾਰਤੀ ਤੱਤ ਦੇ ਲੇਖਕ ਸਾਡੇ ਨਾਲ ਨੇ ਬਾਈ ਮੰਗਾ ਸਿੰਘ ਅੰਟਾਲ ਬਾਈ ਜੀ ਪਹਿਲਾਂ ਤਾਂ ਮੂਵੀ ਦੇਖ ਕੇ ਚੱਕ ਨਿਕਲੇ ਹੈਗੇ ਆ ਕਿਹੋ ਜਿਹੀ ਖੁਸ਼ੀ ਹੈ ਕਿਹੋ ਜਿਹੀਆਂ ਭਾਵਨਾਵਾਂ ਮੈਨੂੰ ਉਹ ਗੱਲ ਮਤਲਬ ਉਸ ਦਿਨ ਇਹ ਬਹੁਤ ਵੱਡੀ ਲੱਗੀ ਸੀ ਜਾਂ ਵਧੀਆ ਲੱਗੀ ਸੀ ਜਿਸ ਦਿਨ ਆਪਣੀ ਗੱਲ ਹੋ ਗਈ ਸੀ ਕਿ ਫਿਲਮ ਬਣ ਰਹੀ ਆ ਹੈ ਨਾ ਅਤੇ ਹੁਣ ਮੇਰੇ ਲਈ ਅੱਜ ਪਰਦੇ 'ਤੇ ਦੇਖਣਾ ਵਧਾ ਨਾ ਉਸ ਨਾਲੋਂ ਜ਼ਿਆਦਾ ਉਸ ਨਾਲੋਂ ਜ਼ਿਆਦਾ ਇਹ ਗੱਲ ਸੀ ਕਿ ਦਿਖਾਇਆ ਕਿਵੇਂ ਗਿਆ ਹੈ ਨਾ ਜਿਹੜੇ ਮੇਰੇ ਅੰਦਰ ਡਰ ਸੀ ਉਹ ਨਿਕਲ ਗਏ ਹੁਣ ਮੈਂ ਮਤਲਬ ਲੋਕਾਂ ਨੂੰ ਫੜ ਕੇ ਵੀ ਸਿਨੇਮੇ 'ਚ ਲਿਜਾ ਸਕਦਾ ਕਿ ਬਈ ਦੇਖ ਲੈ ਹੈ ਨਾ ਮਤਲਬ ਉਹ ਜਿਹੜਾ ਮੇਰੇ ਅੰਦਰ ਡਰ ਸੀ ਕਿ ਯਾਰ ਮੇਰਾ ਕਿਉਂਕਿ ਬਈ ਜੀ ਇਹ ਫਿਲਮ ਨੂੰ ਸਪੋਰਟ ਜਿਹੜੀ ਥੱਲੇ ਮਿਲੀ ਹੈ ਗਰਾਊਂਡ 'ਤੇ ਹੈ ਨਾ ਉਹ ਬਹੁਤ ਵੱਡੀ ਮਿਲੀ ਆ ਲੋਕ ਆਪਣੇ ਆਪ ਪੈਸੇ ਖਰਚ ਕੇ ਪੋਸਟਰ ਲਾ ਰਹੇ ਨੇ ਸਾਰੇ ਪਿੰਡਾਂ ਦੇ ਪਿੰਡ ਭਰੇ ਸ਼ਹਿਰਾਂ 'ਚ ਹੈ ਨਾ ਪੋਸਟਰ ਹੋਰਡਿੰਗ ਇੰਨੀਆਂ ਸਟੋਰੀ ਪਾਕਿਸਤਾਨ 'ਚੋਂ ਵੀ ਬਾਈਟ ਆ ਰਹੀਆਂ ਨੇ ਜਿਹੜੇ ਬੰਦੇ ਫੇਸਬੁੱਕ 'ਤੇ ਮੇਰੇ ਨਾਲ ਜੁੜੇ ਹੋਏ ਨੇ ਨਾ ਵੀ ਬਾਈ ਜੀ ਸਾਡੇ ਫਿਲਮ ਲਾਓ ਹੈ ਨਾ ਸਾਡੇ ਕੁਛ ਗੋਤੀ ਮੇਰੇ ਸਰਨੇਮ ਵਾਲੇ ਉੱਧਰ ਨੇ ਹੈ ਨਾ ਉਹ ਵੀ ਮਤਲਬ ਅਤੇ ਉਹ ਜਦੋਂ ਇੰਨੀ ਸਪੋਰਟ ਹੋਵੇ ਤਾਂ ਡਰ ਸੀ ਅੰਦਰ ਕਿਵੇਂ ਦੀ ਬਣੂ ਹੈ ਨਾ ਅਤੇ ਉਹ ਮੇਰਾ ਡਰ ਖਤਮ ਹੈ ਨਾ ਹੁਣ ਮੈਨੂੰ ਲੱਗਦਾ ਮੈਂ ਰੌਲਾ ਪਾ ਸਕਦਾ ਕਿ ਬਾਈ ਫਿਲਮ ਦੇਖੋ ਮਤਲਬ ਜਿਹੜੀ ਤੁਹਾਡੀ ਸ਼ਰਾਰਤੀ ਤੱਤ ਦੀ ਜੋ ਸਟੋਰੀ ਸੀਗੀ ਉਹਦੇ ਨਾਲ ਇਨਸਾਫ ਹੋਇਆ ਹਾਂ ਉਹ ਆਪਾਂ ਉਹ ਗੱਲ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੇ ਹਾਂ ਵੀ ਥੋੜ੍ਹਾ ਜਿਹਾ ਐਕਸ਼ਨ ਹੈ ਜਿਹੜਾ ਉਹਦਾ ਫਿਲਮੀਕਰਨ ਕਰਿਆ ਹੈ ਨਾ ਜਿੱਥੇ ਕਿਰਪਾਨਾਂ ਸੀ ਉੱਥੇ ਜ਼ਿਆਦਾ ਬਦੁੱਖ ਆ ਗਈਆਂ ਹੈ ਨਾ ਉਹ ਹੋਰ ਫਿਲਮ ਹੈ ਜਿਹੜੀ ਉਹ ਬਾ ਕਮਾਲ ਹੈ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਦਿਖਾਉਣੀ ਚਾਹੀਦੀ ਸੀ ਜਿਵੇਂ ਉਹ ਮਿੱਠੇ ਵਾਲੇ ਕੇਸ 'ਚ ਹੈ ਨਾ ਜੋ ਥੋੜ੍ਹਾ ਜਿਹਾ ਜਿਹੜੇ ਕੇਸ ਕਰਕੇ ਹੈ ਨਾ ਹਾਂ ਉਹ ਜੋ ਰੱਖਣਾ ਸੀ ਉਹਨਾਂ ਨੇ ਬੜਾ ਮਤਲਬ ਮੈਨੂੰ ਲੱਗਦਾ ਕਿ ਜ਼ਿੰਮੇਵਾਰ ਬੰਦੇ ਨੇ ਹੈ ਨਾ ਅਤੇ ਇਹਨਾਂ ਨੂੰ ਇਹਨਾਂ ਨਾਲ ਆਟੋਬਾਇਓਗ੍ਰਾਫੀ ਵਾਲਾ ਜਿਹੜਾ ਮਤਲਬ ਕੀ ਕਹਿ ਸਕਦੇ ਹਾਂ ਰਿਸਕ ਹੈ ਨਾ ਬੰਦਾ ਲੈ ਸਕਦਾ ਹਾਂ ਬਾਕੀ ਉਹ ਛੋਟਾ ਛੋਟਾ ਵੀ ਆਹ ਐਂ ਜੇ ਸੀ ਐਂ ਜੇ ਸੀ ਜਿਹਦੀ ਸਟੋਰੀ ਉਹਨੂੰ ਤਾਂ ਲੱਗੀ ਹੋ ਜਾਣਾ ਹੈ ਨਾ ਫਿਲਮ ਬਹੁਤ ਸੋਹਣੀ ਆ ਫਿਲਮ ਬਹੁਤ ਵਧੀਆ ਇੱਕ ਇੱਕ ਛੋਟੇ ਜਿਹੇ ਸਵਾਲ ਜਿਹੜਾ ਕਿ ਜਿਹੜੇ ਮੂਵੀ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਥੋੜ੍ਹਾ ਜਿਹਾ ਫਿਕਸ਼ਨ ਥੋੜ੍ਹਾ ਜਿਹਾ ਜਿਹੜੀ ਸਟਾਰ ਆਪਣੀ ਹੈਗੀ ਹੈ ਸਟੋਰੀ ਉਹ ਤਾਂ ਹੈਗੀ ਨਾਲ ਥੋੜ੍ਹਾ ਬਹੁਤਾ ਫਿਕਸ਼ਨ ਵੀ ਹੈਗਾ ਪਰ ਜਿਹੜੇ ਜਿਵੇਂ ਕੁੜੀ ਨੂੰ ਭੁੱਲਣ ਵਾਲਾ ਹੈਗਾ ਖੁਸ਼ੀ ਨੂੰ ਭੁੱਲੇ ਆਉਣੇ ਹੈਗੇ ਹੋ ਤੁਸੀਂ ਹੈ ਨਾ ਨਸ਼ਾ ਕਰਕੇ ਜਾਂ ਜਿਵੇਂ ਉਹ ਤਾਂ ਆਪਾਂ ਗੱਲ ਹੋ ਚੁੱਕੀ ਹੈ ਕਿ ਬਾਥਰੂਮ ਦੇ ਵਿੱਚ ਡਿੱਗ ਪਿਆ ਕਿਹੜੇ ਕਿਹੜੇ ਸੀਨ ਤੁਹਾਨੂੰ ਲੱਗਦੇ ਕਿ ਇਹ ਸੀਨ ਅਸਲ ਹੈਗੇ ਸਾਰੀ ਫਿਲਮ ਅਸਲ ਹੈ ਨਾ ਕੀ ਨਹੀਂ ਅਸਲ ਹੈਗਾ ਕਿ ਉਹ ਜਿਹੜਾ ਮੈਂ ਦੱਸਿਆ ਕਿ ਇੰਨੇ ਬੰਦੇ ਮਾਰਨੇ ਹੈ ਨਾ ਉੱਥੇ ਉਹ ਜੇ ਲੜਾਈਆਂ ਫੱਟੜ ਹੋਏ ਨੇ ਹੈ ਨਾ ਉੱਥੇ ਕਿਤੇ ਹੈ ਥੋੜ੍ਹਾ ਬਹੁਤਾ ਐਕਸ਼ਨ 'ਚ ਫਿਕਸ਼ਨ ਹੈ ਬਾਕੀ ਫਿਲਮ ਜਿਹੜੀ ਹੈ ਉਹ ਮਤਲਬ ਜਿਹੜੀ ਕਿਤਾਬ ਦੀ ਰੂਹ ਹੈ ਮੇਰੀ ਆਟੋਬਾਇਓਗ੍ਰਾਫੀ ਦੀ ਜਿਹੜੀ ਸੋਲ ਹੈ ਹੈ ਨਾ ਉਹ ਇਹਨਾਂ ਨੇ ਜਿਉਂਦੀ ਰੱਖੀ ਹੈ ਫਿਕਸ਼ਨ ਉਹ ਤੁਹਾਨੂੰ ਆਪਾਂ ਨੂੰ ਪਤਾ ਹੀ ਆ ਉਹ ਤਾਂ ਉਹ ਜਦੋਂ ਗੱਲ ਕਰਦੇ ਨੇ ਫਿਲਮ ਵਾਲੇ ਵੀ ਹੈ ਨਾ ਉਹ ਦੱਸਦੇ ਨੇ ਵੀ ਥੋੜ੍ਹਾ ਜਿਹਾ ਤਾਂ ਅਸੀਂ ਉਹਨੂੰ ਮੋਲਡ ਕਰਾਂਗੇ ਹੈ ਨਾ ਅਤੇ ਬਾਕੀ ਫਿਲਮ ਐਂ ਹੀ ਬਣਦੀ ਆ ਅਤੇ
फिल्म ऐं बननी चाहिए है, इन्नी प्यारी वो बननी चाहिए है ना। ਇਹ ਉਮੀਦ ਲਗਾਈ ਜਾ ਸਕਦੀ ਹੈ ਕਿ ਇਸ ਮੂਵੀ ਦੀ ਸਫਲਤਾ ਤੋਂ ਬਾਅਦ ਮੰਗਾ ਸਿੰਘ ਅੰਟਾਲ ਹੋਰੀ ਹੋਰ ਮੂਵੀਜ਼ ਦੀਆਂ ਸਕ੍ਰਿਪਟਸ ਵੀ ਲਿਖਣਗੇ? ਨਹੀਂ ਬਾਈ ਜੀ, ਮੈਂ ਸਕ੍ਰਿਪਟਸ ਐਂ ਲਿਖ ਕੇ ਨਹੀਂ ਰੱਖ ਸਕਦਾ, ਮੇਰੇ ਕੋਲ ਪਈਆਂ ਨੇ ਕਹਾਣੀਆਂ ਹੈ ਨਾ, ਜਿਹੜੀਆਂ ਮੈਂ ਮਤਲਬ ਜਿਹੜੀਆਂ ਅਸਲ ਨੇ, ਅਸਲ ਵੀ ਨੇ ਅਤੇ ਕੁਛ ਫਿਕਸ਼ਨ ਵੀ ਹੈ ਨਾ, ਇੱਕ ਦੋ ਮਤਲਬ ਮੈਂ ਬਹੁਤ ਲਿਖ ਕੇ ਆਏ, ਮੈਂ ਕਿਸੇ ਦੇ ਦਫ਼ਤਰਾਂ 'ਚ ਤਾਂ ਨਹੀਂ ਜਾ ਸਕਦਾ ਹੈ ਨਾ, ਕਿ ਕਿਉਂਕਿ ਮੇਰੇ ਕੋਲ ਜੋਬ ਹੈ, ਬਾਪੂ ਜੀ ਵਾਲੀ ਜ਼ਮੀਨ ਹੈ, ਮੈਂ ਐਂ ਲੋਕਾਂ ਦੇ ਦਫ਼ਤਰਾਂ 'ਚ ਤਾਂ ਨਹੀਂ ਹੈ ਨਾ ਜਾ ਸਕਦਾ। ਪਰ ਜੇ ਕਿਸੇ ਕੋਲ ਵਿਜ਼ਨ ਹੈਗਾ ਵਧੀਆ ਫਿਲਮ ਬਣਾਉਣ ਦਾ, ਉਹ ਡਬਲ ਮੀਨਿੰਗ ਪੰਚ ਤੋਂ ਹਟ ਕੇ ਹੈ ਨਾ ਚੰਗੀ ਫਿਲਮ ਬਣਾਉਣ ਦਾ, ਅਤੇ ਉਹ ਗੱਲ ਕਰੂ, ਆਪਾਂ ਬਹੁਤ ਵਧੀਆ ਬਣਾਵਾਂਗੇ। ਮਤਲਬ ਉਹ ਜਿਵੇਂ ਮੈਨੂੰ ਲੱਗਦਾ ਹੁੰਦਾ ਕਿ ਜੇ ਚੰਗੀ ਚੀਜ਼ ਮਿਹਨਤ ਨਾਲ ਜਿਵੇਂ ਇਹਨਾਂ ਨੇ ਕਰਿਆ ਹੈ ਨਾ, ਅਤੇ ਅਸੀਂ ਸਾਊਥ ਨਾਲੋਂ ਪਿੱਛੇ ਨਹੀਂ ਰਹਾਂਗੇ। ਜਿਵੇਂ ਦੇ ਵਰਗੇ ਬੰਦੇ ਜੇ ਮਤਲਬ ਫਿਲਮਾਂ 'ਚ ਹੈਗੇ ਹੈ ਨਾ, ਤੁਸੀਂ ਦੇਖਿਆ ਉਹ, ਮੈਨੂੰ ਲੱਗਦਾ ਸੀ ਕਿ ਇਹ ਬੰਦਾ ਮੈਨੂੰ ਐਂ ਕਿਵੇਂ ਕਰ ਸਕਦਾ ਪੂਰੇ ਦਾ ਪੂਰਾ ਕਾਪੀ ਹੈ ਨਾ, ਅਤੇ ਉਹ ਬਹੁਤ। ਬਾਕੀ ਤੁਹਾਨੂੰ ਅੰਮ੍ਰਿਤ ਦੱਸੂਗੀ ਕਿਉਂਕਿ ਮੈਂ ਆਪਦੇ ਆਪ ਨੂੰ ਘੱਟ ਦੇਖਿਆ, ਉਹਨੇ ਮੈਨੂੰ ਇਸ ਹਾਲਤ 'ਚ ਜ਼ਿਆਦਾ ਦੇਖਿਆ। ਅਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਮੂਵੀ ਦੇ? ਕਿ ਫਿਲਮ ਦੇਖ ਲਓ, ਇਹ ਹੈ ਨਾ, ਜਿਹੜੇ ਕਿਤਾਬ ਨਹੀਂ ਪੜ੍ਹ ਸਕੇ ਉਸ ਤੋਂ ਬਾਅਦ ਕਿਤਾਬ ਪੜ੍ਹ ਲਿਓ, ਅਤੇ ਨਸ਼ੇ ਤੋਂ ਓਨਾ ਹੀ ਡਰਿਓ ਜਿੰਨਾ 440 ਵੋਲਟ ਦੇ ਕਰੰਟ ਤੋਂ ਡਰਦੇ ਹਾਂ, ਓਨਾ ਡਰ ਕੇ ਰਹੀਏ ਤਾਂ ਬਚੇ ਰਹਾਂਗੇ। ਸਾਰੀ ਮਤਲਬ ਚਾਹੇ ਬੀਅਰ ਹੈ, ਬੀਅਰ ਫਲੇਵਰ ਹੈ, ਉਹ ਤੋਂ ਬਹੁਤ ਦੂਰ ਰਹੋ, ਬਸ ਇਹੀ ਆ। ਜੀ, ਸਾਡੇ ਵੱਲੋਂ ਸ਼ੁਭਕਾਮਨਾਵਾਂ ਹੈ ਜੀ। ਅਤੇ ਜਿਵੇਂ ਤੁਸੀਂ ਗੱਲ ਕਹੀ ਕਿ ਸਾਨੂੰ ਮੈਂ ਦਫ਼ਤਰਾਂ ਦੇ ਵਿੱਚ ਨਹੀਂ ਹੁਣ ਜਾ ਸਕਦਾ ਹੈਗਾ, ਸਟੂਡੀਓ ਦੇ ਵਿੱਚ ਨਹੀਂ ਜਾ ਸਕਦਾ, ਪਰ ਜਿਹੜੀ ਮੂਵੀ ਬਣੀ ਹੈਗੀ ਹੈ ਇਹਨੂੰ ਵੇਖ ਕੇ ਮੈਨੂੰ ਲੱਗਦਾ ਆਪ ਤੁਹਾਡੇ ਤੱਕ ਆਪਣੇ ਆਪ ਪਹੁੰਚ ਕਰ ਲੈਣੀ ਹੈਗੀ ਹੈ, ਪ੍ਰੋਡਿਊਸਰਾਂ ਨੇ, ਲੋਕਲ ਜਿਨ੍ਹਾਂ ਨੇ ਕਰਨੀ ਹੈਗੀ ਹੈ। ਜੀ 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 ਹਾਂਜੀ, ਡਾਕੂਆਂ ਦਾ ਮੁੰਡਾ 2 ਮੂਵੀ ਆ ਚੁੱਕੀ ਹੈ ਜੀ, ਅਤੇ ਉਸ ਮੂਵੀ ਦੀ ਜਿਸ ਕਿਤਾਬ 'ਤੇ ਉਹ ਮੂਵੀ ਆਧਾਰਿਤ ਹੈਗੀ, ਸ਼ਰਾਰਤੀ ਤੱਤ, ਮੰਗਾ ਸਿੰਘ ਅੰਟਾਲ ਹੋਰਾਂ ਦੀ ਕਿਤਾਬ, ਅਤੇ ਉਸ ਮੂਵੀ ਦੇ ਜਿਹੜੇ ਅਹਿਮ ਕਿਰਦਾਰ ਦਿਖਾਏ ਗਏ ਨੇ ਜਿਨ੍ਹਾਂ ਨੇ ਸਾਰਾ ਮੋੜ ਪਾਇਆ, ਮੰਗਾ ਜੀ ਹੋਰਾਂ ਨੂੰ ਮੋੜ ਪਾਇਆ, ਅਤੇ ਉਹਨਾਂ ਦੀ ਵਾਈਫ ਅੰਮ੍ਰਿਤ ਜੀ ਸਾਡੇ ਨਾਲ ਨੇ। ਮੈਮ ਸਵਾਗਤ ਹੈ ਜੀ ਪਹਿਲਾਂ। ਸਤਿ ਸ਼੍ਰੀ ਅਕਾਲ ਜੀ। ਮੂਵੀ ਦੇਖ ਕੇ ਨਿਕਲੇ ਹੋਏ ਹੋ, ਪਹਿਲਾਂ ਕਿਸ ਕਿਹੋ ਜਿਹੀ ਫੀਲਿੰਗ? ਮੂਵੀ ਦੇਖਣ ਤੋਂ ਪਹਿਲਾਂ ਜਿਹੜੀਆਂ ਫੀਲਿੰਗਸ ਸੀਗੀਆਂ ਉਹ ਲੋਅ ਸੀਗੀਆਂ, ਕਿਉਂਕਿ ਆਪਦੀ ਲਾਈਫ ਜੋ ਤੁਸੀਂ ਹੰਢਾਈ ਹੈ ਉਹਨੂੰ ਇੱਕਦਮ, ਮਤਲਬ ਤੁਸੀਂ ਹਰ ਇੱਕ ਨੂੰ ਨਰਵਸਨੈਸ ਹੋਊਗੀ ਵੀ ਪਤਾ ਨਹੀਂ ਕੀ ਦਿਖਾਇਆ ਹੋਣਾ, ਕਿੱਦਾਂ ਦਿਖਾਇਆ ਹੋਣਾ, ਬਟ ਓਵਰਆਲ ਨਾ ਐਂਡ ਮੈਨੂੰ ਬਹੁਤ ਅੱਛਾ ਲੱਗਿਆ। ਹੁਣ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਲਾਸਟ 2 ਦਿਨਾਂ ਤੋਂ ਬਹੁਤ ਔਖਾ ਲੱਗ ਰਿਹਾ ਸੀਗਾ, ਬਟ ਬਹੁਤ ਵਧੀਆ ਮੂਵੀ ਬਣੀ ਆ, ਜੋ ਮੈਂ ਸੋਚਿਆ ਸੀ ਉਹੀ ਬਣਿਆ। ਮਨ ਸੀ ਕਿ ਐਂਡ 'ਚ ਨਾ ਲੋਕਾਂ ਨੂੰ ਇੱਕ ਪੋਜ਼ਿਟਿਵ ਮੈਸੇਜ ਮਿਲੇ, ਉਹ ਮਤਲਬ ਪੂਰੇ ਸਕਸੈਸਫੁਲੀ ਦਿੱਤਾ ਗਿਆ ਜਿਹੜਾ ਪੋਜ਼ਿਟਿਵ ਮੈਸੇਜ ਆ, ਬਹੁਤ ਅੱਛੀ ਬਣੀ ਆ। ਕਿਹੜੇ ਕਿਹੜੇ ਸੀਗੇ ਵੈਸੇ ਵੀ, ਕੀ ਗਲਤ ਪੋਰਟਰੇ ਨਾ ਕਰ ਦਿੱਤਾ ਜਾਵੇ ਜਾਂ ਕੀ? ਹਾਂਜੀ, ਡਰ ਸੀਗਾ, ਇੱਕ ਤਾਂ ਇਹ ਡਰ ਸੀਗਾ ਵੀ ਕਿਤੇ ਕੋਈ ਰਿਸ਼ਤਾ ਨਾ ਗਲਤ ਦਿਖਾ ਦੇਣ, ਕਿਉਂਕਿ ਤੁਹਾਨੂੰ ਪਤਾ ਫਿਰ ਰਿਸ਼ਤੇਦਾਰ ਗੁੱਸੇ ਹੋ ਜਾਂਦੇ ਨੇ। ਇੱਕ ਇਹ ਸੀ ਕਿ ਬੇਟੀ ਵੱਡੀ ਹੋ ਗਈ, ਹੁਣ ਉਹ ਬੜਾ ਪੁਰਾਣਾ ਟਾਈਮ ਸੀਗਾ ਹੈ ਨਾ, ਹੁਣ ਤਾਂ ਇਹ 2014 ਤੋਂ ਬਾਅਦ ਬਿਲਕੁਲ ਠੀਕ ਨੇ, ਬਟ ਇਹ ਸੀ ਵੀ ਹੁਣ ਗੁੜੀਆ ਵੀ ਵੱਡੀ ਹੋ ਗਈ, ਕਿਉਂਕਿ ਜਦ ਤੋਂ ਇਹਨੇ ਆਪਣੇ ਪਾਪਾ ਨੂੰ ਦੇਖਿਆ ਉਹਦੇ ਲਈ ਤਾਂ ਇਹ ਪਹਿਲਾਂ ਵੀ ਹੀਰੋ ਸੀ ਹੁਣ ਵੀ ਹੀਰੋ ਨੇ, ਵੀ ਇਹ ਕੀ ਸੋਚੂਗੀ ਹੁਣ ਬੱਚਾ ਵੱਡਾ ਹੋ ਗਿਆ। ਇੱਦਾਂ ਦੇ ਬੜੇ ਡਰ ਸੀ ਮੇਰੇ ਮਨ ਦੇ ਵਿੱਚ, ਹੁਣ ਇਹ ਨਹੀਂ ਸੀ ਪਤਾ ਵੀ ਸਾਡੀ ਕਾਲਜ ਲਾਈਫ ਕਿੱਦਾਂ ਦੀ ਦਿਖਾਈ ਹੋਣੀ ਆ, ਬਟ ਓਵਰਆਲ ਸਾਰਾ ਬਹੁਤ ਵਧੀਆ ਦਿਖਾਇਆ, ਬਹੁਤ ਵਧੀਆ। ਜਿਹੜਾ ਤੁਸੀਂ ਟਾਈਮ ਹੰਢਾਇਆ, ਜਿਹੜਾ ਟਾਈਮ, ਕਿਉਂਕਿ ਇੱਕ ਟਾਈਮ ਦੇ ਵਿੱਚ ਜਿਵੇਂ ਮੰਗਾ ਬਾਈ ਹੋਰੇ ਦਲਦਲ ਦੇ ਵਿੱਚ ਸੀਗੇ ਅਤੇ ਤੁਸੀਂ ਉਸ ਚੀਜ਼ ਨੂੰ ਦੇਖ ਰਹੇ ਸੀਗੇ, ਪਰ ਦੂਰੋਂ ਖੜ ਕੇ ਦੇਖ ਰਹੇ ਸੀ ਪਰ ਕੁਛ ਕਰ ਨਹੀਂ ਸੀ ਪਾ ਰਹੇ ਹੈਗੇ, ਬਹੁਤ ਕੋਸ਼ਿਸ਼ਾਂ ਵੀ ਚੱਲ ਰਹੀਆਂ ਸੀਗੀਆਂ, ਉਦੋਂ ਦੇ ਕੀ ਤੁਹਾਡੇ ਮਨ ਦੇ ਭਾਵ ਸੀਗੇ? ਉਦੋਂ ਦੇ ਜਿਹੜੇ ਭਾਵ ਸੀ ਦੇਖੋ ਉਹ ਬਹੁਤ ਭੈੜੇ ਸੀਗੇ, ਜੇ ਤੁਹਾਨੂੰ ਮਤਲਬ ਰੀਅਲ ਪੰਜਾਬੀ 'ਚ ਦੱਸਾਂ ਨਾ ਤਾਂ, ਵਾਹਿਗੁਰੂ ਉਹ ਸਮਾਂ ਕਿਸੇ ਨੂੰ ਨਾ ਬਖਸ਼ੇ, ਕਿਸੇ ਨੂੰ ਵੀ ਨਾ ਬਖਸ਼ੇ, ਬਹੁਤ ਭੈੜੀ ਲਾਈਫ ਆ ਉਹ। ਮੇਰੇ ਹਸਬੈਂਡ ਨੇ ਇੱਕ ਚੈਪਟਰ ਲਿਖਿਆ ਮਹਾਨਰਕ, ਮੈਂ ਕਹਿੰਦੀ ਹਾਂ ਜੇ ਮਹਾਨਰਕ ਤੋਂ ਵੀ ਕੋਈ ਬੜਾ ਨਰਕ ਹੈ ਨਾ, ਅਸੀਂ ਦੋਨਾਂ ਨੇ ਉਹ ਹੰਢਾਇਆ ਹੁਣ। ਪਰ ਗੱਲ ਇਹ ਹੈ ਕਿ ਹੁਣ ਬਹੁਤ ਵਧੀਆ ਲਾਈਫ ਹੈ, ਬਹੁਤ ਵਧੀਆ, ਸ਼ੁਕਰਾਨਾ ਹੁਣ ਵਾਹਿਗੁਰੂ ਦਾ। 2014 ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇੱਕ ਅਜੀਬ ਚੇਂਜ ਆਇਆ, ਜਿਹੜੀ ਲਾਈਫ ਮੈਂ ਪੜ੍ਹਦੇ ਸਮੇਂ ਸਿਰਜੀ ਸੀ ਉਹ ਮੈਨੂੰ ਵਿਆਹ ਤੋਂ 13 ਸਾਲ ਬਾਅਦ ਨਸੀਬ ਹੋਈ ਹੈ। ਜੋ ਮੈਂ 2003-04 'ਚ ਸਿਰਜਿਆ ਸੀ ਉਹ ਮੈਨੂੰ 2015 'ਚ ਨਸੀਬ ਹੋਇਆ, ਮਤਲਬ ਓਵਰਆਲ ਵਧੀਆ। ਅਤੇ ਜਿਵੇਂ ਦਿਖਾਇਆ ਗਿਆ ਕਿ ਖੁਸ਼ੀ ਜਦੋਂ ਆਉਂਦੀ ਹੈਗੀ ਆ ਤਾਂ ਉਹ ਖੁਸ਼ੀ ਦੇ ਕਰਕੇ ਮੰਗਾ ਸਿੰਘ ਅੰਟਾਲ ਹੋਰਾਂ 'ਤੇ ਪ੍ਰਭਾਵ ਪੈਂਦਾ ਹੈਗਾ ਅਤੇ ਉਹ ਮੋੜ ਪਾਉਂਦੇ ਹੈਗੇ ਆ। ਉਸ ਤੋਂ ਪਹਿਲਾਂ ਤੁਸੀਂ ਵੀ ਸੀਗੇ ਅਤੇ ਬੱਚੀ ਨੇ ਜ਼ਿਆਦਾ ਪ੍ਰਭਾਵ ਪਾਇਆ ਉਸ ਚੀਜ਼ 'ਤੇ, ਅਤੇ ਇਸ ਚੀਜ਼ ਨੂੰ ਮੰਨਦੇ ਹੈਗੇ? ਹਾਂਜੀ ਬਿਲਕੁਲ, ਕਿਉਂਕਿ ਜਦੋਂ ਗੁੜੀ ਬੇਟੀ ਮੇਰੀ ਆਈ, ਖੁਸ਼ਮੀਨ ਆਈ, ਜਦੋਂ ਖੁਸ਼ਮੀਨ ਦੇ ਆਉਣ ਨਾਲ ਲਾਈਫ ਪੂਰੀ ਬਦਲ ਗਈ ਪੂਰੀ। ਬਾਕੀ ਨਾ ਮੇਰੇ ਮਨ 'ਚ ਇੱਕ ਬੜਾ ਸੀਗਾ, ਹਰੇਕ ਫੀਮੇਲ ਦੇ ਹੋਊਗਾ ਨਾ ਕਿ ਮੇਰੇ, ਕਿ ਮੇਰੀ ਤਾਂ ਨਿਕਲ ਗਈ,
ਠੀਕ ਹੈ ਵੀ ਹੁਣ ਪਰ ਇਹ ਮੇਰੇ ਬੱਚੇ ਮੇਰੀ ਬੇਸਿਕਲੀ ਬੇਟੀ ਸੀ ਮੇਰੇ ਵੀ ਬੇਟੀ ਦੇ ਇਹ ਇੱਕ ਬਹੁਤ ਵਧੀਆ ਫਾਦਰ ਸਾਬਿਤ ਹੋਣ ਬਹੁਤ ਵਧੀਆ ਜੇ ਇਹ ਆਪ ਵਧੀਆ ਨੇ ਤਾਂ ਕੱਲ੍ਹ ਨੂੰ ਮੇਰੇ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਬਹੁਤ ਵਧੀਆ ਮੈਂ ਬਹੁਤ ਕਹਿੰਦੀ ਹੁੰਦੀ ਸੀ ਇਹਨਾਂ ਨੂੰ ਉਹ ਤਾਂ ਖੁਸ਼ਮੀਨ ਬਹੁਤ ਛੋਟੀ ਸੀਗੀ ਵੀ ਤੁਸੀਂ ਖੁਸ਼ਮੀਨ ਵੰਨੀ ਦੇਖੋ ਜੇ ਤੁਸੀਂ ਨਾ ਠੀਕ ਹੋਏ ਮੈਂ ਤਾਂ ਗਈ ਹੋ ਗਈ ਮੇਰੀ ਬੱਚੀ ਦੀ ਲਾਈਫ ਆ ਜਿਹੜੀ ਉਹ ਬਹੁਤ ਭੈੜੀ ਹੋ ਜੂਗੀ ਪਤਾ ਨਹੀਂ ਇਹਨੂੰ ਕਿੱਦਾਂ ਦੇ ਸਹੁਰੇ ਮਿਲਣਗੇ ਇੱਕ ਮਾਂ ਹੋਣ ਦੇ ਨਾਤੇ ਮੇਰੇ ਇਹ ਡਾਊਟ ਸੀਗੇ ਹੈ ਨਾ ਬਟ ਬਹੁਤ ਵਧੀਆ ਬਾਬਾ ਜੀ ਨੇ ਬਹੁਤ ਵਧੀਆ ਬਾਂਹ ਫੜੀ ਹੈ ਅਤੇ ਜਿਹੜੀ ਇੰਨੀ ਸੋਹਣੀ ਇਹ ਲਾਈਫ ਹੈ ਮੈਂ ਸਿਰਜੀ ਸੀ ਪਰਮਾਤਮਾ ਨੇ ਮੈਨੂੰ ਬਖਸ਼ੀ ਆ ਮੂਵੀਜ਼ ਕਿਉਂਕਿ ਇੱਕ ਟਾਈਮ ਵਧਿਆ ਜਾਂਦਾ ਹੈਗਾ 2.5 ਘੰਟੇ ਜਾਂ 3 ਘੰਟੇ ਮੂਵੀਜ਼ ਉਹਦੇ ਵਿੱਚ ਸਾਰੀ ਜ਼ਿੰਦਗੀ ਤਾਂ ਨਹੀਂ ਬਿਆਨ ਕੀਤੀ ਜਾ ਸਕਦੀ ਜਿੰਨਾ ਟਾਈਮ ਤੁਸੀਂ ਹੰਢਾਇਆ ਹੈਗਾ ਕੁਛ ਚੀਜ਼ਾਂ ਰਹਿ ਜਾਂਦੀਆਂ ਹੈਗੀਆਂ ਕੁਛ ਕਿੱਸੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋਵੋ ਮੈਸੇਜ ਦੇ ਤੌਰ 'ਤੇ ਕਿ ਇਹ ਚੀਜ਼ਾਂ ਵੀ ਹੋਈਆਂ ਦੇਖੋ ਜੋ ਉਹਨਾਂ ਨੇ ਦਿਖਾਤਾ ਸੇਮ ਉਹ ਹੋਇਆ ਮਤਲਬ ਇਹ ਇੰਜੈਕਸ਼ਨ ਲਾਉਂਦੇ ਨੇ ਬੇਟੀ ਨੂੰ ਭੁੱਲ ਕੇ ਆਉਂਦੇ ਨੇ ਬੇਟੀ ਹੋਣ ਤੋਂ ਪਹਿਲਾਂ ਮੈਨੂੰ ਭੁੱਲ ਕੇ ਆਉਂਦੇ ਨੇ ਇਹਨਾਂ ਦਾ ਮੈਂ ਬਲੱਡ ਟੈਸਟ ਕਰਾਉਣੀ ਆ ਇਹ ਤਾਂ ਬਹੁਤ ਵਾਰ ਹੋਇਆ ਸੀ ਕਿਉਂਕਿ ਦੇਖੋ ਹੁਣ ਉਹ ਵੀ ਵਿਚਾਰੇ 2.5-3 ਘੰਟੇ 'ਚ ਕਿੰਨਾ ਕੁ ਦਿਖਾ ਸਕਦੇ ਨੇ ਬਟ ਇਹ ਚੀਜ਼ਾਂ ਬਿਲਕੁਲ ਰੀਅਲ ਨੇ ਬਹੁਤ ਵਾਰ ਹੋਈਆਂ ਨੇ ਬਲੱਡ ਟੈਸਟ ਹੋਣੇ ਯੂਰਨ ਚੇਂਜ ਹੋਣਾ ਝੂਠ ਬੋਲਣੇ ਇਹ ਮੇਰੀ ਲਾਈਫ ਦਾ ਨਾ ਰੋਜ਼ ਦਾ ਇੱਕ ਹਿੱਸਾ ਹੀ ਬਣ ਗਈਆਂ ਸੀਗੀਆਂ ਮੈਸੇਜ ਦੇਖੋ ਮੈਂ ਸਭ ਨੂੰ ਇਹੀ ਦਊਂਗੀ ਕਿ ਨਸ਼ਾ ਨਾ ਕੋਈ ਸ਼ੌਂਕ ਲਈ ਨਹੀਂ ਕਰਦਾ ਕੋਈ ਵੀ ਬੰਦਾ ਸ਼ੌਂਕ ਲਈ ਨਸ਼ਾ ਨਹੀਂ ਕਰਦਾ ਇਹ ਇੱਕ ਨਾ ਇੱਕ ਮਾਨਸਿਕ ਬਿਮਾਰੀ ਹੈ ਸਭ ਨੂੰ ਜਿਹਨੂੰ ਇਹ ਪ੍ਰੋਬਲਮ ਹੈ ਤਾਂ ਸਾਨੂੰ ਸਭ ਨੂੰ ਚਾਹੇ ਤੁਹਾਡੇ ਭਰਾ ਨੂੰ ਹੈ ਫਾਦਰ ਨੂੰ ਆ ਕਿਸੇ ਵੀ ਹੋਰ ਰਿਸ਼ਤੇ ਨੂੰ ਜ਼ਰੂਰੀ ਨਹੀਂ ਤੁਹਾਡੇ ਹਸਬੈਂਡ ਨੂੰ ਹੀ ਹੋਵੇ ਤੁਹਾਡੇ ਬੱਚੇ ਨੂੰ ਹੋ ਸਕਦੀ ਹੈ ਤਾਂ ਉਹਦਾ ਸਾਥ ਦਿਓ ਉਹਦੇ ਨਾਲ ਉਹਦੀਆਂ ਫੀਲਿੰਗਸ ਨੂੰ ਸਮਝੋ ਨਾ ਕਿ ਉਹਨੂੰ ਕ੍ਰਿਟੀਸਾਈਜ਼ ਨਾ ਕਰੋ ਕਿਉਂਕਿ ਇਹ ਕੋਈ ਸ਼ੌਂਕ ਨਹੀਂ ਹੈ ਮੈਂ ਵਾਰ ਵਾਰ ਕਹਿੰਦੀ ਹਾਂ ਇਹ ਇੱਕ ਮਾਨਸਿਕ ਬਿਮਾਰੀ ਹੈ ਪਰਮਾਤਮਾ ਨੂੰ ਅਰਦਾਸ ਕਰੋ ਅਤੇ ਉਹਦਾ ਸਾਥ ਦਿਓ ਬਾਂਹ ਫੜ ਕੇ ਰੱਖੋ ਵਾਹਿਗੁਰੂ ਜ਼ਰੂਰ ਤੁਹਾਡੀ ਗੱਲ ਸੁਣਨਗੇ ਤੁਸੀਂ ਵੀ ਸਪੋਰਟਸ ਪਰਸਨ ਰਹੇ ਹੋ ਅਤੇ ਕੀ ਕਹਿਣਾ ਚਾਹੁੰਦੇ ਹੈਗੇ ਹੋ ਜਿਹੜੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸਦੇ ਜਾ ਰਹੇ ਹੈਗੇ ਨੌਜਵਾਨ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈਗੀ ਹੈ ਖਾਸ ਕਰਕੇ ਫਸਦੀ ਜਾ ਰਹੀ ਹੈਗੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ 'ਤੇ ਜਿਹੜੇ ਸਪੋਰਟਸ ਨਾਲ ਪਿਆਰ ਕਰਨ ਵਾਲੇ ਦੇਖੋ ਇਹ ਨਾ ਇੱਕ ਟਰੈਂਡ ਜਿਹਾ ਹੀ ਬਣ ਗਿਆ ਕਿ ਸਪੋਰਟਸ ਪਰਸਨ ਜ਼ਿਆਦਾ ਨਸ਼ਾ ਕਰਦੇ ਨੇ ਜਦਕਿ ਨਾ ਸਪੋਰਟਸ ਤੋਂ ਬਿਨਾਂ ਵੀ ਜਿਹੜੇ ਆਮ ਲੋਕ ਨੇ ਨਸ਼ਾ ਉਹ ਵੀ ਉਨਾ ਹੀ ਕਰਦੇ ਨੇ ਬਸ ਕੋਈ ਨਾ ਕੋਈ ਫੀਲਡ ਆ ਜਿਹੜਾ ਉਹ ਬਦਨਾਮ ਹੋ ਜਾਂਦਾ ਜੇ ਤੁਸੀਂ ਦੇਖੇਂਗੇ ਉਹਨਾਂ ਤਾਂ ਜਿਹੜੇ ਆਮ ਲੋਕ ਨੇ ਉਹ ਵੀ ਸੇਮ ਕੈਟਾਗਰੀ 'ਚ ਹੀ ਖੜਦੇ ਨੇ ਬਸ ਸਪੋਰਟਸ ਪਰਸਨ ਨੂੰ ਇੱਕ ਕਹਿ ਦਿਓ ਵੀ ਇੱਕ ਆਪਣੇ ਹੋ ਗਿਆ ਕਿ ਨਸ਼ਾ ਕਰਦੇ ਨੇ ਬਾਕੀ ਕਹਿਣ ਦੀ ਗੱਲ ਤਾਂ ਕੀ ਪੁੱਛਿਆ ਸੀ ਤੁਸੀਂ ਨੇ ਮੈਂ ਭੁੱਲ ਗਈ ਮੈਂ ਕਿ ਜਿਹੜੇ ਨਸ਼ਾ ਕਰ ਰਹੇ ਨੇ ਲੋਕ ਜਿਹੜੇ ਦਲਦਲ ਦੇ ਵਿੱਚ ਫਸ ਚੁੱਕੇ ਨੇ ਤੁਸੀਂ ਹੰਢਾਇਆ ਉਹ ਜੀਵਨ ਅਤੇ ਉਸ ਜੀਵਨ ਦੇ ਵਿੱਚੋਂ ਤੁਹਾਡਾ ਮੈਸੇਜ ਕੀ ਨਿਕਲਦਾ ਹੈਗਾ ਕਿ ਕੀ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈਗਾ ਜਿਹੜਾ ਕਿ ਉਸ ਦਲਦਲ ਦੇ ਵਿੱਚ ਬਚਾਅ ਹੋ ਜਾਵੇ ਸਾਡਾ ਨਾ ਫਸਿਆ ਜਾ ਦੇਖੋ ਬਚਾਅ ਤਾਂ ਇਹ ਹੈ ਜੀ ਵੀ ਇੱਕ ਤਾਂ ਨਾ ਬੰਦੇ ਨੂੰ ਜ਼ਿਆਦਾ ਹਾਈਪਰ ਨਾ ਕਰੀ ਜਾਓ ਵੀ ਤੂੰ ਇਹ ਆ ਬੂਸਟ ਨਾ ਕਰੋ ਉਹਨੂੰ ਬਹੁਤਾ ਕਿਉਂਕਿ ਤੁਸੀਂ ਦੇਖਿਆ ਜਿਵੇਂ ਫਰੈਂਡਸ ਨੇ ਬੂਸਟ ਕਰਦੇ ਨੇ ਇਹ ਤਾਂ ਕਿਤੇ ਨਾ ਕਿਤੇ ਚਲੋ ਇਹਨਾਂ ਦਾ ਫਰੈਂਡ ਸਰਕਲ ਬਹੁਤ ਵਧੀਆ ਸੀ ਪਰ ਸੱਚੀ ਜਿਹੜੇ ਫਰੈਂਡਸ ਨੇ ਨਾ ਉਹ ਬੂਸਟ ਤਾਂ ਉਹ ਕਰਦੇ ਨੇ ਜਿਹੜੇ ਅੱਜ ਕੱਲ੍ਹ ਦੇ ਆਹ ਗਾਣੇ ਚੱਲਦੇ ਨੇ ਮੂਵੀਜ਼ ਆਉਂਦੀਆਂ ਨੇ ਇਹ ਮੋਟੀਵੇਸ਼ਨਲ ਘੱਟ ਨੇ ਰੋਂਗ ਸਾਈਡ ਨੂੰ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਜ਼ਿਆਦਾ ਤੋਰਦੀਆਂ ਨੇ ਇਹ ਤੋਂ ਚੰਗਾ ਕਿ ਮੈਂ ਤਾਂ ਇਹੀ ਕਹੂੰਗੀ ਕਿ ਮੋਟੀਵੇਸ਼ਨਲ ਮੂਵੀਜ਼ ਬਣਨੀਆਂ ਚਾਹੀਦੀਆਂ ਨੇ ਬਾਕੀ ਸਾਥ ਜ਼ਰੂਰ ਦਿਓ ਮੇਰੀ ਵਾਰ ਵਾਰ ਫੋਕਸ ਇਸੇ ਚੀਜ਼ 'ਤੇ ਰਹਿੰਦਾ ਕਿ ਸਾਥ ਦਿਓ ਘਬਰਾਓ ਨਾ ਵਾਹਿਗੁਰੂ ਜ਼ਰੂਰ ਸੁਣੂੰਗਾ ਜਿਵੇਂ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਕਿ ਪੋਲੀਟੀਕਲ ਪ੍ਰੈਸ਼ਰ ਦੇ ਚੱਲਦੇ ਹੋਏ ਜਾਂ ਉੱਧਰਲੇ ਪਾਸੇ ਨੂੰ ਹੋ ਜਾਂਦੇ ਆ ਕਾਲਜ ਲਾਈਫ ਦੇ ਵਿੱਚ ਗੁੰਡਾਗਰਦੀ ਵਾਲੇ ਪਾਸੇ ਨੂੰ ਪੈ ਜਾਂਦੇ ਹੈਗੇ ਆ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਹੈਗੇ ਆ ਲੋਕ ਜਿਹੜੇ ਬੱਚੇ ਹੈਗੇ ਨੇ ਤਾਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਦੇਖੋ ਉਹਨਾਂ ਦਾ ਤਾਂ ਇਹ ਮੈਂ ਇਹੀ ਕਹੂੰਗੀ ਜੀ ਵੀ ਜਿਵੇਂ ਨਾ ਅੱਜ ਕੱਲ੍ਹ ਮੇਰੀ ਬੱਚੀ ਵੀ ਚਲੋ ਹੁਣ 13 ਸਾਲ ਦੀ ਹੋ ਗਈ ਵੀ ਪੇਰੈਂਟਸ ਨੂੰ ਨਾ ਇੱਕ ਫਰੈਂਡ ਦਾ ਰੋਲ ਅਦਾ ਕਰਨਾ ਚਾਹੀਦਾ ਆਪਣੇ ਬੱਚਿਆਂ ਦੇ ਨਾਲ ਜਿਹੜੇ ਮੇਰੇ ਹਸਬੈਂਡ ਨੇ ਉਹ ਮੇਰੇ ਤੋਂ ਜ਼ਿਆਦਾ ਮੈਂ ਕਾਲਜ 'ਚ ਟੀਚ ਕਰਦੀ ਹਾਂ ਉਹ ਸਕੂਲ 'ਚ ਨੇ ਉਹ ਮੇਰੇ ਤੋਂ ਜ਼ਿਆਦਾ ਮੇਰੀ ਬੱਚੀ ਨਾਲ ਜ਼ਿਆਦਾ ਫਰੈਂਕ ਨੇ ਮੈਨੂੰ ਲੱਗਦਾ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ 'ਚ ਕੋਈ ਹੋਰ ਆਵੇ ਨਾ ਉਹ ਤੋਂ ਪਹਿਲਾਂ ਤੁਸੀਂ ਉਹਦੇ ਫਰੈਂਡ ਬਣ ਜਾਓ ਕਿਉਂਕਿ ਜਦੋਂ ਮੈਨੂੰ ਇਹ ਲੱਗਦਾ ਕਿ ਜਦੋਂ ਆਪਾਂ ਬੱਚਿਆਂ ਨੂੰ ਸਪੇਸ ਦਿੰਦੇ ਹਾਂ ਜਿਹੜੀ ਉਹ ਸਪੇਸ ਹੈ ਉਹ ਸਪੇਸ ਦੇ ਦੌਰਾਨ ਹੀ ਕੋਈ ਹੋਰ ਐਂਟਰ ਹੁੰਦਾ ਇਹ ਤੋਂ ਚੰਗਾ ਕਿ ਉਹ ਸਪੇਸ ਹੀ ਨਾ ਦਿੱਤੀ ਜਾਵੇ ਆਪਣੇ ਬੱਚੇ ਦੇ ਅੰਦਰੋਂ ਤੁਸੀਂ ਉਹਦੇ ਇੱਕ ਮਾਂ ਬਾਪ ਬਣ ਕੇ ਰਹੋ ਪਰ ਉਹਨੂੰ ਤੁਸੀਂ ਇੱਕ ਮਾਂ ਬਾਪ ਨਹੀਂ ਲੱਗਣੇ ਚਾਹੀਦੇ ਉਹਨੂੰ ਤੁਸੀਂ ਇੱਕ ਫਰੈਂਡ ਲੱਗਣੇ ਚਾਹੀਦੇ ਹੋ ਤਾਂ ਕਿ ਉਹ ਖੁੱਲ੍ਹ ਕੇ ਤੁਹਾਡੇ ਨਾਲ ਗੱਲ ਕਰੇ ਬੱਚਿਆਂ 'ਤੇ ਨਾ ਪ੍ਰੈਸ਼ਰ ਪਾਉਣੇ ਬੰਦ ਕਰੋ ਇਹ ਹੋ ਜੂਗਾ ਵੋ ਹੋ ਜੂਗਾ ਨੋ ਇਹ ਪੁਰਾਣਾ ਜ਼ਮਾਨਾ ਚੱਲਦਾ ਸੀ ਕਿ ਮਾਂ ਬਾਪ ਡਰਾ ਲੈਂਦੇ ਸੀ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਨਾ ਉਹ ਡਰਨ ਵਾਲੇ ਨਹੀਂ ਹੈਗੇ ਉਹਨਾਂ ਨੂੰ ਡਰਾਉਣਾ ਬੰਦ ਕਰੋ ਉਹਨਾਂ ਨਾਲ ਫਰੈਂਡਲੀ ਹੋਵੋ ਕੀ ਹੋਇਆ ਬੇਟੇ ਦੱਸੋ ਬਹੁਤ ਵਾਰ ਤੁਹਾਨੂੰ ਨਾ ਬੱਚਿਆਂ ਦੇ ਉਹ ਸ਼ੌਂਕ ਪਕਾਉਣੇ ਪੈਂਦੇ ਹੁੰਦੇ ਨੇ ਜਿਹੜੇ ਤੁਹਾਨੂੰ ਠੀਕ ਨਹੀਂ ਲੱਗਦੇ ਉਹਨਾਂ ਨੂੰ ਉਹਨਾਂ ਦੀ ਮਰਿਆਦਾ ਦੱਸ
जे यही तुम अमेरिका कनेडा रेंदे होवो ना उत्थे तुसी पा सकते हो क्योंकि उत्थों का एटमोसफीयर वैदर उदा का है वो तो पाते हैं बेटा इतने कोई जरूरी नहीं है बाकी एक मर्यादा होंगी है बेटा उस रह के पाओ लव लाइफ भी जी दिखाई गई हैगी है तुहाडी ते मंगे बाई होरां दी कि उसदे विच लॉयल्टी है एक विश्वास हैगा अजकल यह चीज़ा बहुत घट देखने को मिलदियां हैगियां ने उन्हां नूं की कहना उन्हां नूं मैं यही कहूँगी देखो भी साथ दो जे प्यार कीता है तो उन्हूं बदनाम ना करो उन्हूं निभाओ जरूर बाकी ओवरऑल ये है कि अज मैं 13-14 साल पिछे जाके ना यूनिवर्सिटी समा याद आ गया तो वह मैं बहुत वधिया लगे बहुत वधिया लगे तो जो मैं बैक गई ना मेरा होस्टल लाइफ मेरे यूनिवर्सिटी के फ्रेंड्स मेरे क्लासमेट्स वो चीज़ मैं बहुत वधिया लगी साथ दो पर मैं हर एक यही मैसेज है मेरा हाँ जी फ्लैशबैक थोड़े वजह होना क्योंकि सारी सारी एक बार जिनी एक हंधाई हैगी सारी सारी मूहरे आई हैगी है तो जाते जाते दर्शकों को अपील करना चाहोगे दर्शकों को यही अपील है जी पॉजिटिव रहो लाइफ के गुरु महाराज से भरोसा रखो कदे भी यह ना समझो कि जोड़ा नशा है ना वो कोई बंदा शौक लिए करता है एक मानसिक बीमारी है जी लग गई कोई माड़े कर्म किए बट वह साथ दो गुरु महाराज से भरोसा रखो मूवी देखो हर एक रिश्ते यह मूवी देखनी चाहिए है मैं कहनी हाँ टीनएज बच्चे तो लैके 60+ में मूवी देखो क्योंकि नशा एक ऐसी प्रॉब्लम है ऐसी बीमारी है जी कदे भी आ सकती है यदा कोई समा नहीं है ये भुल जो कि 50 साल तो बाद नहीं आऊगा जो दिमाग घूमना है वह कदे भी घूम सकता है ये जरूरी नहीं वो टीनएज ही घूमेगा वो 50 साल तो बाद भी घूम सकता वो 15 साल तो भी घूम सकता मतलब हर एक बंदा ये ना कोई सोचे कि मैं मेरी मूवी को प्रमोट कर रही हूँ मैं कोई स्टार नहीं हैगी बड़े साधारण जे लोग गल तो है कि जो दर्द मैं हंडाया सच्ची वाहिगुरू किसी के कर्मा च ना लिखे ये थैंक यू थैंक यू सो मच जी तो मूवी देख के निकल है तो गल हुई है साड़ी अमृत जी होर तो उन्होंने अपने विचार साढ़े नाल सांझे किए अपने एक्सपीरियंस साढ़े नाल सांझे किए तो यहो जे जिहड़े सबजैक्ट्स की मूवीज़ हैगियां ने इन्हां नूं जरूर सानू देखना चाहिए क्योंकि कितना कितने सानू बहुत वड्डा मैसेज दिंदियां ने अजकल की जिहड़ी नौजवानी हैगी है यह नशियां दे दलदल दे विच फसदी जा रही हैगी है उस नौजवानी नूं जे कढ़ना बाहर तो इहो जे सबजैक्ट्स सानू दिखाउणे पैणगे इहो जिहियां मूवीज़ सानू दिखाउणियां पैणगियां तब तक लिए देखते रहो चलो सीएम साहब बहुत वधिया वधिया डिसीजन ले रहे हैं इन्ने स्ट्रिक्ट डिसीजन कि पहलियां सरकारां ने ले होंदे तो मैं लगता अच्छा जिला फर्क जी नाम है नशा तो हूँ तक खत्म हो जाए ठीक है सो क्योंकि उम्मीदा ने कि सरकार बहुत वधिया कदम चक रही है और उन्होंने होर भी आने वाले दिनों बहुत वधिया वधिया फैसले आने सो इस सरकार को सारे पंजाब में बहुत उम्मीद है ਲੇਟ ਹੋ ਗਿਆ ਥੋੜ੍ਹਾ ਜਿਹਾ ਕਿਉਂਕਿ ਰਾਜਪੁਰੇ ਪੁੱਲ ਦੇ ਉੱਤੇ ਥੋੜ੍ਹਾ ਟ੍ਰੈਫਿਕ ਲੱਗਿਆ ਸੀਗਾ
आप रिक्वेस्ट करके उत्थे उतर के पुलिस वाले नूं थोड़ा जिन्ना कि ट्रैफिक सी जिन्ना कि करवा सकदे सी करवा के तां निकल के इत्थे तक पहुंचे। सो इस लई माफ़ी तुहाडे सारिआं नूं। हाँ जी ओके सो एज वी नो वी आर लॉन्चिंग द ट्रेलर ऑफ द फिल्म टुडे सो मेरी रिक्वेस्ट है चौकी की लाइट्स प्लीज ऑफ कर दी दिया जाए पहला मीडिया नूं ट्रेलर दिखा दिता जाए सारिया लाइट्स ऑफ कर दी जाए प्लीज ओके ਦਿਖਾਉਂਦਾ ਕਿ ਕਿਸ ਤਰ੍ਹਾਂ ਕੁੜੀ ਵਾਕਈ ਹੀ ਕਿਸੇ ਦੀ ਜ਼ਿੰਦਗੀ ਜਿਹੜੀ ਆ ਬਦਲ ਸਕੇ।
ਸੋ ਇਸ ਲਈ ਤਾਂ ਜਿਹੜਾ ਰੀਅਲ ਲਾਈਫ ਕੈਰੈਕਟਰ ਹੈ ਮੰਗਲ ਜੀ ਦੀ ਜਿਹੜੀ ਰੀਅਲ ਵਾਈਫ ਹੈ ਤੁਸੀਂ ਉਹਨਾਂ ਨੂੰ ਮਿਲੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਇਸ ਕਿਰਦਾਰ ਦੀ ਤਿਆਰੀ ਕੀਤੀ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਬਹੁਤ ਬਲੈਸਡ ਫੀਲ ਕਰਦੀ ਹਾਂ ਕਿ ਮੈਂ ਇਸ ਇੰਨੇ ਸੋਹਣੇ ਸੁਨੇਹੇ ਦਾ ਹਿੱਸਾ ਬਣੀ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਡਰੱਗ ਐਡਿਕਟਸ ਵਾਸਤੇ ਜਿਹੜੇ ਨਸ਼ਿਆਂ ਦੇ ਪੀੜਤ ਨੇ ਉਹਨਾਂ ਲਈ ਮੈਂ ਕੁਛ ਕਰਾਂ ਕੋਈ ਅਵੇਅਰਨੈਸ ਫੈਲਾਵਾਂ ਤਾਂ ਕਿ ਉਹ ਇਹਨਾਂ ਰਸਤਿਆਂ 'ਤੇ ਨਾ ਚੱਲਣ ਬਟ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਹਾਂ ਕਿ ਆਪਣੇ ਆਰਟਸ ਅਤੇ ਕ੍ਰਾਫਟ ਦੇ ਥਰੂ ਇਸ ਮਾਧਿਅਮ ਦੇ ਰਾਹੀਂ ਇਹ ਸੁਨੇਹਾ ਜਿਹੜਾ ਅਸੀਂ ਲੈ ਕੇ ਆਏ ਹਾਂ ਇਹ ਉਹਨਾਂ ਤੱਕ ਪਹੁੰਚੇਗਾ ਔਰ ਬਹੁਤ ਸਾਰੀਆਂ ਜ਼ਿੰਦਗੀਆਂ ਬਦਲਣਗੀਆਂ ਜਾਂ ਗਲਤ ਰਸਤਿਆਂ 'ਤੇ ਚੱਲਣ ਤੋਂ ਪਹਿਲਾਂ ਉਹ ਇੱਕ ਵਾਰੀ ਅਗਰ ਫਿਲਮ ਦੇਖ ਲੈਣ ਤਾਂ ਉਹਨਾਂ ਨੂੰ ਅਹਿਸਾਸ ਹੋਵੇਗਾ ਕਿ ਕੀ ਕੌਨਸੀਕੁਐਂਸਿਸ ਹੁੰਦੀਆਂ ਨੇ ਸੋ ਅਗਰ ਇੱਕ ਵੀ ਲਾਈਫ ਬਦਲਦੀ ਆ ਤਾਂ ਅਸੀਂ ਸਮਝਾਂਗੇ ਕਿ ਅਸੀਂ ਆਪਣੇ ਮਕਸਦ ਦੇ ਵਿੱਚ ਮੁਕੰਮਲ ਹੋਏ ਹਾਂ ਬਾਕੀ ਜਿੱਦਾਂ ਤੁਸੀਂ ਅੰਮ੍ਰਿਤ ਜੀ ਦੀ ਗੱਲ ਕੀਤੀ ਜਿਹੜੀ ਕਿ ਮੈਂ ਉਹਨਾਂ ਦੇ ਵਾਈਫ ਦਾ ਰੋਲ ਪਲੇ ਕਰ ਰਹੀ ਹਾਂ ਮੈਂ ਉਹਨਾਂ ਨੂੰ ਮਿਲੀ ਹਾਂ ਮੈਂ ਉਹਨਾਂ ਨੂੰ ਸਲੂਟ ਕਰਦੀ ਹਾਂ ਕਿ ਉਹਨਾਂ ਨੇ ਇੱਕ ਜ਼ਿੰਦਗੀ ਬਚਾਈ ਆ ਅੰਮ੍ਰਿਤ ਨੇ ਉਹਦਾ ਸੇਮ ਹੀ ਨਾਮ ਆ ਫਿਲਮ ਦੇ ਵਿੱਚ ਮੇਰਾ ਵੀ ਅੰਮ੍ਰਿਤ ਅਤੇ ਰੀਅਲ ਲਾਈਫ 'ਚ ਵੀ ਉਹਨਾਂ ਦਾ ਅੰਮ੍ਰਿਤ ਹੀ ਆ ਸੋ ਬਹੁਤ ਹੀ ਪਿਆਰੀ ਸੋਲ ਨੇ ਸੱਚੀ ਮੁਹੱਬਤ ਇਹਨੂੰ ਕਹਿੰਦੇ ਨੇ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਕਿ ਤੁਸੀਂ ਕਦੀ ਇਹ ਸੋਚਿਆ ਨਹੀਂ ਕਿ ਮੈਂ ਛੱਡ ਦੇਵਾਂ ਇੰਨੇ ਸਾਲ ਤੁਸੀਂ ਜੂਝਦੇ ਰਹੇ ਹੋ ਆਪਣੇ ਹਸਬੈਂਡ ਨਾਲ ਕਿ ਨਸ਼ੇ ਨਹੀਂ ਛੱਡਦਾ ਝੂਠ ਬੋਲਦੇ ਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਟ ਤੁਸੀਂ ਕਦੇ ਫਰਸਟ੍ਰੇਟ ਨਹੀਂ ਹੋਏ ਕਹਿੰਦੇ ਨਹੀਂ ਮੈਨੂੰ ਗੁਰਬਾਣੀ 'ਤੇ ਪੂਰਾ ਯਕੀਨ ਸੀ ਕਿ ਇਹ ਨਾ ਇੱਕ ਦਿਨ ਠੀਕ ਹੋ ਜਾਣਗੇ ਪੋਜ਼ਿਟਿਵਿਟੀ ਸੀ ਸੋ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਕਿ ਇਸ ਕੈਰੈਕਟਰ ਜਦੋਂ ਮੈਂ ਨਿਭਾ ਰਹੀ ਸੀ ਅਸੀਂ ਤਾਂ ਸਕਰੀਨ 'ਤੇ ਜਦੋਂ ਨਿਭਾਉਂਦੇ ਹਾਂ ਤਾਂ ਕਰਕੇ ਉੱਥੇ ਛੱਡ ਦਿੰਦੇ ਹਾਂ ਬਟ ਇਹ ਤਾਂ ਉਹ ਸਾਰੇ ਸਾਲ ਇਹਨਾਂ ਨੂੰ ਸੰਘਰਸ਼ ਕੀਤਾ ਔਰ ਇਹ ਨਹੀਂ ਸੀ ਪਤਾ ਕਿ ਇਹਦਾ ਰਿਜ਼ਲਟ ਵਾਕਈ ਹੀ ਪੋਜ਼ਿਟਿਵ ਹੋਊਗਾ ਕਿ ਨਹੀਂ ਬਟ ਇੱਕ ਉਮੀਦ ਸੀ ਇੱਕ ਗੁਰਬਾਣੀ 'ਤੇ ਵਿਸ਼ਵਾਸ ਸੀ ਕਿ ਨਹੀਂ ਇਹ ਠੀਕ ਹੋ ਜਾਣਗੇ ਸੋ ਫਾਈਨਲੀ ਉਹ ਠੀਕ ਹੋ ਗਏ ਔਰ ਅੱਜ ਉਹ ਯੂ ਨੋ ਉਹਨਾਂ 'ਤੇ ਫਿਲਮ ਬਣੀ ਆ ਸੋ ਉਮੀਦ ਕਰਦੀ ਹਾਂ ਕਿ ਜਿਹੜੇ ਵੀ ਡਰੱਗਸ ਨੂੰ ਲੈ ਕੇ ਇਸ ਰਸਤੇ 'ਤੇ ਚੱਲ ਰਹੇ ਨੇ ਉਹ ਪਲੀਜ਼ ਇੱਕ ਵਾਰੀ ਉਹ ਸਿਰਫ ਉਹੀ ਨਹੀਂ ਜਿਹੜੇ ਆਮ ਇਨਸਾਨ ਵੀ ਆ ਆਪਾਂ ਜਿਹੜੇ ਡਰੱਗਸ ਨਾਲ ਰਿਲੇਟਡ ਨਹੀਂ ਵੀ ਆ ਆਈ ਥਿੰਕ ਆਪਣਾ ਵੀ ਫਰਜ਼ ਬਣਦਾ ਆ ਕਿ ਆਪਾਂ ਆਪਣੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਉਹਦੇ ਪ੍ਰਤੀ ਆਪਣੇ ਵੀ ਬਹੁਤ ਸਾਰੇ ਫਰਜ਼ ਨੇ ਤਾਂ ਕਿ ਜਿਹੜਾ ਆਪਣਾ ਭਾਈਚਾਰਾ ਜਿਹੜੀ ਸੋਸਾਇਟੀ 'ਚ ਆਪਾਂ ਰਹਿੰਦੇ ਹਾਂ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਇਹ ਫਿਲਮ ਜਿਹੜੀ ਹੈ ਬਹੁਤ ਸੋਹਣੀ ਅਵੇਅਰਨੈਸ ਫੈਲਾਉਂਦੀ ਆ ਕਿ ਆਪਾਂ ਕੀ ਹੈਲਪ ਕਰ ਸਕਦੇ ਹਾਂ ਜਿਹਨਾਂ ਨੂੰ ਡਰੱਗ ਅਡਿਕਸ਼ਨ ਆ ਜਾਂ ਆਪਣੀ ਸੋਸਾਇਟੀ ਨੂੰ ਸਾਫ਼ ਰੱਖਣ ਲਈ ਆਪਣੇ ਕੀ ਫਰਜ਼ ਮੰਨਦੇ ਨੇ ਸੋ ਬਹੁਤ ਸੋਹਣਾ ਸੁਣਿਆ ਇਸ ਫਿਲਮ 'ਚ ਦੇਖਣ ਨੂੰ ਮਿਲੇਗਾ ਅਤੇ ਉਮੀਦ ਕਰਦੀ ਕਿ ਆਪਣੀਆਂ ਰਿਸਪੋਂਸੀਬਿਲਿਟੀਜ਼ 'ਤੇ ਆਪਾਂ ਖੜ੍ਹੇ ਉਤਰਾਂਗੇ ਐਜ਼ ਅ ਸਿਟੀਜ਼ਨ ਕਿ ਫੈਲੋ ਜਿਹੜਾ ਆਪਣਾ ਹੈਗਾ ਹਿਊਮਨ ਬੀਂਗ ਇਨਸਾਨੀਅਤ ਦੇ ਨਾਮ 'ਤੇ ਉਹਦੀ ਕੀ ਮਦਦ ਕਰ ਸਕਦੇ ਕਿਉਂਕਿ ਬਹੁਤ ਹੀ ਅਨਮੁੱਲਾ ਜੀਵਨ ਆ ਅਤੇ ਇਹਨੂੰ ਆਪਾਂ ਇੱਦਾਂ ਨਾ ਗਵਾਈਏ ਨਸ਼ਿਆਂ ਦੇ ਵਿੱਚ ਥੈਂਕ ਯੂ ਕਿ ਬਹੁਤ ਸਾਰੀ ਡਿਸਕਸ਼ਨ ਹੋ ਰਹੀ ਹੈ ਤੇ ਇਸ ਟਾਈਮ ਤੁਸੀਂ ਇੰਨਾ ਹੀ ਇੰਟੈਂਸ ਫੇਸ ਬਣਾ ਕੇ ਬੈਠੇ ਕਿ ਲੱਗ ਰਿਹਾ ਕਿ ਵਾਕਈ ਮਤਲਬ ਜਿਹੜਾ ਸਾਡਾ ਡਾਕੂਆਂ ਦਾ ਮੁੰਡਾ ਉਹਨਾਂ ਦੇ ਨਾਲ ਕਾਫੀ ਲੜਾਈ ਹੁੜਾਈ ਹੋ ਕੇ ਹਟੀ ਹੈ ਲੇਕਿਨ ਗੱਲ ਕਰੀਏ ਫਿਲਮ ਦੀ ਜਦੋਂ ਆਪਾਂ ਸਕਰੀਨ ਤੇ ਇੱਕ ਵਿਲਨ ਦਾ ਕਿਰਦਾਰ ਪਾਉਂਦੇ ਹਾਂ ਮੈਂ ਤੁਹਾਨੂੰ ਪਹਿਲਾਂ ਕਰੈਕਟ ਪਹਿਲਾਂ ਤਾਂ ਨਿੱਗੀ ਜੀ ਆਇਆ ਨੂੰ ਸਾਰਿਆਂ ਨੂੰ ਤੁਹਾਨੂੰ ਥੋੜ੍ਹਾ ਕਰੈਕਟ ਕਰਦੇ ਕਿ ਮੈਂ ਵਿਲਨ ਨਹੀਂ ਹੈਗਾ ਅਸੀਂ ਇੱਕੋ ਹੀ ਟੀਮ ਹੈ ਸਾਡੀ ਫਿਲਮ ਦੇ ਵਿੱਚ ਅਤੇ ਤੁਹਾਡਾ ਸਵਾਲ ਹੀਰੋ ਦੇ ਆਪੋਜ਼ਿਟ ਜਿਹੜਾ ਹੁੰਦਾ ਉਹਨੂੰ ਆਪਾਂ ਵਿਲਨ ਕੰਸੀਡਰ ਕਰਦੇ ਹਾਂ ਤੇ ਫੈਨਸ ਵੀ ਉਸ ਤਰ੍ਹਾਂ ਹੀ ਉਸ ਕੈਰੈਕਟਰ ਦੇ ਨਾਲ ਰਿਲੇਟ ਕਰਦੇ ਨੇ ਲੇਕਿਨ ਬਹੁਤ ਸਾਰੇ ਐਸੇ ਕੈਰੈਕਟਰ ਨੇ ਜੋ ਹੀਰੋ ਦੇ ਐਂਟੀ ਹੁੰਦੇ ਨੇ ਤਾਂ ਲੋਕ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਕੈਰੈਕਟਰ 'ਤੇ ਇਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਅਤੇ ਲੋਕਾਂ ਨੂੰ ਐਕਟਿੰਗ ਜਿਹੜੀ ਉਹ ਇੰਟੈਂਸਿਟੀ ਜਿਹੜੀ ਉਹ ਪਸੰਦ ਆਉਂਦੀ ਹੈ ਸੋ ਤੁਸੀਂ ਆਪਣੇ ਕਿਰਦਾਰ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਹੈ ਨਹੀਂ ਐਕਚੁਅਲੀ ਇੱਕ ਤਾਂ ਜਿਹਦਾ ਮੇਰਾ ਕਿਰਦਾਰ ਆ ਉਹ ਵਿਲਨ ਦਾ ਨਹੀਂ ਹੈ ਵਿਲਨ ਸਾਡੀ ਫਿਲਮ ਦਾ ਕੋਈ ਹੋਰ ਹੈ ਹੋਰ ਵਿਲਨ ਨੇ ਅਤੇ ਮੈਂ ਬੇਸਿਕਲੀ ਜਿਹੜਾ ਮੇਰਾ ਮੇਰਾ ਜਿਹੜਾ ਕਿਰਦਾਰ ਹੈ ਮੈਂ ਉਹਦੇ ਬਾਰੇ ਨਹੀਂ ਦੱਸਣਾ ਚਾਹੁੰਦਾ ਕਿ ਇੱਕ ਸਰਪ੍ਰਾਈਜ਼ ਪੈਕੇਜ ਹੈ ਮੇਰੇ ਹਿਸਾਬ ਨਾਲ ਪਰ ਮੈਂ ਫਿਲਮ ਬਾਰੇ ਗੱਲ ਕਰਨਾ ਚਾਹੁੰਦਾ ਕਿਉਂਕਿ ਮਿੰਟੂ ਵੀਰ ਬੈਠੇ ਨੇ ਜਿਹੜੀ ਪਹਿਲਾ ਪਾਰਟ ਹੈ ਡਾਕੂਆਂ ਦਾ ਮੁੰਡਾ ਉਹਨੇ ਸਾਡੇ ਸਿਨੇਮੇ ਨੂੰ ਇੱਕ ਨਵਾਂ ਲੈਵਲ ਦਿੱਤਾ ਸੀਗਾ ਕਿਉਂਕਿ ਕੁਛ ਸਬਜੈਕਟ ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਕਹਿਣ ਵਾਸਤੇ ਹਿੰਮਤ ਕਰਨੀ ਪੈਂਦੀ ਹੈ ਫਿਰ ਜਦੋਂ ਡਾਕੂ ਦਾ ਮੁੰਡਾ ਬੁੱਕ ਬਾਰੇ ਇੰਨਾ ਇੰਨਾ ਸੁਣਿਆ ਸੀ ਫਿਰ ਉਹਨੂੰ ਜਦੋਂ ਇੱਕ ਜਦੋਂ ਲਿਟਰੇਚਰ ਸਿਨੇਮੇ ਦੇ ਰਾਹੀਂ ਲੋਕਾਂ ਤੱਕ ਪਹੁੰਚਦਾ ਔਰ ਜਦੋਂ ਆਡੀਅੰਸ ਨੂੰ ਐਕਸੈਪਟ ਕਰਦੀ ਹੈ ਉਸ ਤੋਂ ਮਤਲਬ
ਅਸੀਂ ਕਹਿੰਦੇ ਕਿ ਸਾਡੀ ਆਡੀਅੰਸ ਚੰਗੀਆਂ ਚੀਜ਼ਾਂ ਨੂੰ ਹੰਗਾਰਾ ਨਹੀਂ ਭਰਦੀ, ਪਰ ਚੰਗੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਬਣਾਉਣਾ ਪੈਂਦਾ। ਤੇ ਉਹਦੇ ਲਈ ਜਦੋਂ ਪੈਸਾ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਤੇ ਪੈਸਾ ਜਦੋਂ ਪ੍ਰੋਡਿਊਸਰ ਹਿੰਮਤ ਕਰਦੇ ਆ ਵੀ ਹਾਂ ਵੀ ਚਲੋ ਦੇਖੀ ਜਾਓਗੇ ਆਪਾਂ ਇਸ ਚੀਜ਼ 'ਤੇ ਆਪਾਂ ਪੈਸਾ ਲਾਉਂਦੇ, ਤਾਂ ਉਹਦੇ ਲਈ ਮੈਂ ਡਰੀਮ ਗਰਲ ਟੀਮ ਸਾਰੀ ਟੀਮ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਪਹਿਲਾ ਜਿਹੜਾ ਸਟੈਪ ਲਿਆ ਸੀਗਾ ਉਹ ਕਾਮਯਾਬ ਹੋਏ। ਫਿਰ ਮੰਗਾ ਵੀਰ ਉਹਨਾਂ ਦੀ ਜਦੋਂ ਮੈਂ ਫਿਲਮ ਕਰ ਰਿਹਾ ਸੀ, ਜਦੋਂ ਮੈਂ ਸਕ੍ਰਿਪਟ ਪੜ੍ਹੀ ਪੂਰੀ, ਤੇ ਮੈਂ ਉਹਨਾਂ ਚੀਜ਼ਾਂ ਨੂੰ ਜਦੋਂ ਜਾਣਿਆ, ਉਹਨਾਂ ਦੀ ਜ਼ਿੰਦਗੀ ਨੂੰ ਸਮਝਿਆ ਇੱਕ, ਕਿਉਂਕਿ ਮੇਰੇ ਵੀ ਕੁਝ ਦੋਸਤ ਜਿਹੜੇ ਇਸ ਨਸ਼ੇ ਵਾਲੀ ਜ਼ਿੰਦਗੀ ਚੋਂ ਨਿਕਲ ਚੁੱਕੇ, ਔਰ ਕਿਵੇਂ ਔਰ ਬਹੁਤ ਬਹੁਤ ਇੰਟੈਲੀਜੈਂਟ ਲੋਕ ਨੇ ਸਾਰੇ ਦੇ ਸਾਰੇ, ਮਤਲਬ ਕੋਈ ਇਹ ਨਹੀਂ ਕਿ, ਕਿਉਂਕਿ ਤੁਸੀਂ ਦੇਖੋ ਵੀਰ ਨੇ ਬੁੱਕ ਲਿਖੀ, ਮਿੰਟੂ ਵੀਰ ਨੇ ਜਾਂ ਮੰਗੇ ਵੀਰ ਨੇ, ਪਰ ਉਹ ਇਹ ਕਿਤਾਬਾਂ ਹੀ ਲੋਕਾਂ 'ਚ ਇੰਨੀਆਂ ਪਾਪੂਲਰ ਹੋ ਗਈਆਂ ਸੀਗੀਆਂ, ਲੋਕਾਂ ਨੂੰ ਕਿੰਨੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਕਿਤਾਬਾਂ ਨੇ ਸੇਧ ਦਿੱਤੀ। ਤਾਂ ਉਹ ਜਦੋਂ ਇਹ ਪਰਦੇ ਦੀਆਂ ਚੀਜ਼ਾਂ ਜਦੋਂ ਆਉਂਦੀਆਂ ਪਰਦੇ ਵਿੱਚ, ਕਿਉਂਕਿ ਸਿਨੇਮਾ ਸਾਡਾ ਗੱਲ ਕਹਿਣ ਦਾ ਵੱਡਾ ਮਾਧਿਅਮ ਹੈ, ਅਸੀਂ ਸਿਨੇਮੇ ਦੇ ਥਰੂ ਚਲੋ ਮਨੋਰੰਜਨ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਹੱਸਣਾ ਖੇਡਣਾ ਰੋਣਾ ਖੋਣਾ ਸਭ ਸਾਡੀ ਜ਼ਿੰਦਗੀ ਦਾ ਹਿੱਸਾ ਹੈ, ਬਟ ਮਨੋਰੰਜਨ ਦੇ ਥਰੂ ਅਸੀਂ ਆਪਣਾ ਸੁਨੇਹਾ ਸਮਾਜ ਨੂੰ, ਸਮਾਜ ਸਾਡਾ ਹੈ, ਅਸੀਂ ਸਮਾਜ ਦਾ ਹਿੱਸਾ, ਸਾਡੇ ਤੋਂ ਸਮਾਜ ਬਣਦਾ, ਤਾਂ ਸਾਡੇ ਸਮਾਜ ਪ੍ਰਤੀ ਕੁਛ ਫਰਜ਼ ਬਣਦੇ। ਤਾਂ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਇਸ ਸਬਜੈਕਟ ਦੇ ਨਾਲ, ਇਸ ਪ੍ਰੋਜੈਕਟ ਦੇ ਨਾਲ ਜੁੜ ਕੇ, ਔਰ ਮੈਂ ਉਮੀਦ ਕਰਦਾ, ਕਿਉਂਕਿ ਜਦੋਂ ਵਾਕਈ ਜਿਵੇਂ ਦੇਵ ਵੀਰ ਨੇ ਕਿਹਾ ਕਿ ਤੁਸੀਂ ਸਿਨੇਮੇ ਤੋਂ ਬਾਹਰ ਨਿਕਲੋਗੇ ਫਿਲਮ ਦੇਖ ਕੇ, ਤੁਹਾਨੂੰ ਖੁਸ਼ੀ ਮਹਿਸੂਸ ਹੋਊਗੀ, ਔਰ ਜਦੋਂ ਬਾਲੀਵੁੱਡ ਜਾਂ ਹੋਰ ਕੋਈ ਵੀ ਲੈਂਗੁਏਜ ਦੀ ਉਦੋਂ ਫਿਲਮ ਦੀ ਆਪਾਂ ਗੱਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਸਾਡਾ ਸਿਨੇਮਾ ਵੀ ਆਪਣਾ ਮਿਆਰ ਉੱਪਰ ਨੂੰ ਲੈ ਕੇ ਜਾ ਰਿਹਾ, ਇਹ ਫਿਲਮਾਂ ਵਿੱਚ ਬਹੁਤ ਵੱਡਾ ਯੋਗਦਾਨ ਰੱਖਦੀ ਹੈ। ਥੈਂਕ ਯੂ ਸਰ। ਸਿਰਫ ਇੱਕ ਕਿਰਦਾਰ ਮੈਂ ਜੋ ਵੇਖਿਆ, ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਮੈਂ ਜੇ ਉਸ ਜਗ੍ਹਾ ਹੁੰਦਾ ਤਾਂ ਕੀ ਕਰਦਾ। ਮੇਰੇ ਲਈ ਲਰਨਿੰਗ ਇਹੀ ਸੀਗੀ ਕਿ ਸਿਰਫ ਉਸ ਕੈਰੈਕਟਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂ। ਮੈਂ ਜਿਸ ਦਿਨ ਆਪਾਂ ਫਿਲਮ ਸ਼ੂਟ ਸ਼ੁਰੂ ਹੋਇਆ ਸੀ, ਪਹਿਲਾ ਦਿਨ ਸੀਗਾ ਸ਼ੂਟ ਦਾ, ਮੈਂ ਉਸ ਦਿਨ ਵੀ ਇਹ ਗੱਲ ਕਿਹਾ ਸੀਗਾ ਕਿ ਦਿਸ ਇਜ਼ ਦੇਅਰ ਵਾਈਜ਼ ਫਿਲਮ, ਇਹਨਾਂ ਦੀ ਫਿਲਮ ਹੈ ਅਤੇ ਇਹਨਾਂ ਦੀ ਫਿਲਮ ਹੈ, ਇਹ ਇਹਨਾਂ ਦੀ ਸਟੋਰੀ ਹੈ। ਆਪਾਂ ਸਾਰੇ ਜਿੰਨੇ ਵੀ ਇੱਥੇ ਬੈਠੇ ਹਾਂ, ਤੁਸੀਂ ਵੀ ਕਿਤੇ ਨਾ ਕਿਤੇ ਹਰ ਲੈਵਲ 'ਤੇ, ਆਪਾਂ ਸਾਰੇ ਸਟੋਰੀ ਟੈਲਰਸ ਆ ਨਹੀਂ ਸਾਰੇ, ਇਹ ਕਹਾਣੀ ਆਪਾਂ ਸੁਣਾਉਣੀ ਹੈ, ਕਹਾਣੀ ਦੇ ਜ਼ਰੀਏ ਆਪਾਂ ਜੇ ਸਮਾਜ 'ਚ ਕੁਛ ਚੰਗਾ ਦੇ ਸਕਦੇ ਹਾਂ ਤਾਂ ਉਹ ਸਾਡੀ ਫਰਜ਼ ਹੈ। ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਕਿ ਦੇਵ ਬਾਈ ਦੀ ਫਿਲਮ ਹੈ, ਉਹਨਾਂ ਦਾ ਕਿਰਦਾਰ ਜਿਹੜਾ ਹੈ ਉਹਨੂੰ ਆਪਾਂ ਮੱਦੇਨਜ਼ਰ ਰੱਖਦੇ ਹੋਏ, ਜਿੰਨੇ ਅਸੀਂ ਬਾਕੀ ਨਾਲ ਹੈਗੇ ਹਾਂ, ਸਾਡਾ ਫਰਜ਼ ਬਣਦਾ ਕਿ ਜਿਹੜਾ ਜੁੰਮਾ ਚੱਕਿਆ ਸਾਰਿਆਂ ਨੇ ਕਿ ਸਮਾਜ 'ਚ ਕੋਈ ਚੰਗੀ ਚੀਜ਼ ਲੈ ਕੇ ਆਉਂਦਾ, ਆਪਣਾ ਆਪਣਾ ਕਿਰਦਾਰ ਪਲੇ ਕੀਤਾ। ਸੋ ਮੇਰੀ ਤਿਆਰੀ ਬੇਸਿਕਲੀ ਇਹ ਸੀਗੀ ਕਿ ਉਹ ਕਰੈਕਟਰ ਨੂੰ ਸਮਝਣਾ, ਉਹਨਾਂ ਦੀ ਜੀਵਨੀ ਕਿੱਦਾਂ ਦੀ ਸੀਗੀ, ਕਿਉਂਕਿ ਇਹਨਾਂ ਦੇ ਗਰੁੱਪ 'ਚ ਥੋੜ੍ਹਾ ਜਿਹਾ ਉਹ ਸੀਗਾ, ਜਿਵੇਂ ਟ੍ਰੇਲਰ 'ਚ ਪਤਾ ਲੱਗਦਾ ਥੋੜ੍ਹਾ ਵੱਖ ਸੀਗਾ, ਜਿਹਦਾ ਥੋੜ੍ਹਾ ਜਿਹਾ ਉਸ ਪਾਸੋਂ ਸੋਚ ਨੂੰ ਰੋਕ ਲਿਆ ਸੀ ਆਪਣੇ ਆਪ ਦੀ ਸਾਡੇ ਕੋਲ, ਅਤੇ ਇਸ ਕਰਕੇ ਉਹਦੀ ਤਿਆਰੀ ਮੇਰੇ ਲਈ ਥੋੜ੍ਹੀ ਜਿਹੀ, ਕਿਉਂਕਿ ਮੇਰਾ ਵੈਸੇ ਵੀ ਸੁਭਾਅ ਥੋੜ੍ਹਾ ਇੱਦਾਂ ਦਾ ਜੇ ਮੈਂ ਘੱਟ ਬੋਲਦਾ ਅਤੇ ਗੁੱਸਾ ਜਾਂ ਥੋੜ੍ਹਾ ਜਿਹਾ, ਮੈਂ ਕੋਸ਼ਿਸ਼ ਕੀਤੀ ਕਿ ਉਹ ਚੀਜ਼ ਨੂੰ ਕਿਤੇ ਨਾ ਕਿਤੇ ਮਾੜੀ ਜਿਹੀ ਇਨੋਸੈਂਸ ਉਸ ਬੰਦੇ 'ਚ ਦੇ ਕੇ ਜਾਵੇ, ਤਾਂ ਮੈਨੂੰ ਲੱਗਦਾ ਸੀ ਕਿ ਮੇਰਾ ਕੰਮ ਪੂਰਾ ਹੋ ਗਿਆ ਉਸ ਚੀਜ਼। ਬਾਕੀ ਇਸ ਫਿਲਮ ਦੀ ਜੇ ਆਪਾਂ ਗੱਲ ਕਰੀਏ ਓਵਰਆਲ, ਡਾਕੋ ਦਾ ਮੁੰਡਾ ਵਾਜ਼ ਬਿਗ ਬ੍ਰਾਂਡ ਸੀ, ਬਹੁਤ ਵਧੀਆ ਇੱਕ ਵੱਡੀ ਹਿੱਟ ਸੀਗੀ ਸਾਰੀ ਇੰਡਸਟਰੀ 'ਚ, ਅਸੀਂ ਸਾਰੇ ਜਦੋਂ ਇੱਕ ਇੰਡਸਟਰੀ ਦਾ ਪਾਰਟ ਹਾਂ, ਤੁਸੀਂ ਸਾਰੇ ਵਿੱਚ, ਤਾਂ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦ ਇੱਕ ਕੋਈ ਪ੍ਰੋਜੈਕਟ ਇਸ ਲੈਵਲ ਤੱਕ ਪਹੁੰਚਦਾ ਕਿ ਉਹ ਸੀਕੁਅਲ ਬਣਦੇ ਨੇ, ਤਾਂ ਸਾਰਿਆਂ ਨੂੰ ਖੁਸ਼ੀ ਵੀ ਹੁੰਦੀ ਹੈ ਅਤੇ ਜੀ ਵੀ ਕਰਦਾ ਕਿ ਉਹਦੇ ਨਾਲ ਜੋੜ। ਸੋ ਮੇਰੇ ਇੱਕ ਦਿਲ ਦੀ ਖੁਆਇਸ਼ ਵੀ ਸੀ ਇਸ ਟੀਮ ਨਾਲ ਜੋੜਨਾ, ਅਤੇ ਜੇ ਆਪਾਂ ਇੱਕ ਸਮਾਜਿਕ ਤੌਰ 'ਤੇ ਗੱਲ ਕਰੀਏ ਕਿ ਫਿਲਮਾਂ ਦਾ ਫਾਇਦਾ ਕੀ ਹੈ, ਇਹਨਾਂ ਫਿਲਮਾਂ ਦਾ ਫਾਇਦਾ ਐਂਟਰਟੇਨਮੈਂਟ ਤੋਂ ਵੱਧ ਕੇ ਹੈ, ਕਿਉਂਕਿ ਇਸਦਾ ਲੌਂਗ ਰਨ, ਜਦੋਂ ਅਸੀਂ ਸਾਰੇ ਬੁੱਢੇ ਹੋਵਾਂਗੇ, ਅਸੀਂ ਕਦੇ ਨਾ ਕਦੇ ਸੋਚਾਂਗੇ ਕਿ ਅਸੀਂ ਕੀ ਕੰਟਰੀਬਿਊਟ ਕੀਤਾ, ਆਹ ਸਾਡਾ ਇੱਕ ਜ਼ਰੀਆ ਜੀ ਕੰਟਰੀਬਿਊਟ ਕਰਨ। ਨਸ਼ਿਆਂ ਦੀ ਗੱਲ ਸਾਰੇ ਕਰਦੇ ਆ ਜੀ, ਸੱਚ ਹੈ ਪੰਜਾਬ ਦਾ ਜਿਹੜਾ, ਆਪਾਂ ਸਾਰਿਆਂ ਨੂੰ ਮੰਨਣਾ ਪੈਣਾ, ਜਦੋਂ ਆਪਾਂ ਉਹਨੂੰ ਮੰਨਾਂਗੇ ਤਾਂ ਹੀ ਕੋਈ ਬਦਲਾਅ ਲਿਆ ਸਕਦਾ। ਬਾਕੀ ਪੰਜਾਬ ਦਾ ਜਜ਼ਬਾ, ਬਾਈ ਦਾ ਫੇਵਰੇਟ ਇੱਕ ਡਾਇਲੋਗ ਹੈ ਜਿਹੜਾ ਮੈਨੂੰ ਫੇਵਰੇਟ ਲੱਗਿਆ ਸੀ ਫਿਲਮ 'ਚੋਂ, ਉਹ ਕਹਿੰਦਾ ਵੀ ਤੋੜ ਇੰਨੀ ਵੀ ਨਹੀਂ ਲੱਗੀ ਕਿ ਤੋੜ ਨਾ ਸਕੇ। ਸੋ ਇਹ ਸਾਡੀ ਫਿਲਮ ਨੂੰ ਸਮਾਪਤ ਕਰਦਾ, ਇਹ ਬਾਈ ਦੀ ਕਹਾਣੀ ਨੂੰ ਸਮਾਪਤ ਕਰਦਾ ਹੈ ਕਿ ਨਸ਼ਾ ਠੀਕ ਹੈ ਇੱਕ ਪੀਕ 'ਤੇ ਪਹੁੰਚਿਆ, ਪਰ ਸਾਡੇ 'ਚ ਇੱਕ ਜਜ਼ਬਾ ਹੈਗਾ ਪੰਜਾਬੀਆਂ 'ਚ ਕਿ ਆਪਾਂ ਉਹਨੂੰ ਮੋੜ ਲਏਗਾ। ਸੋ ਸਾਡੀ ਮਾੜੀ ਜਿਹੀ ਕੰਟਰੀਬਿਊਸ਼ਨ ਹੈ, ਮਾੜੀ ਜਿਹੀ ਕੋਸ਼ਿਸ਼ ਹੈ, ਅਤੇ ਫਿਲਮ ਮੈਨੂੰ ਉਮੀਦ ਹੈ
ਮੈਨੂੰ ਪੱਕਾ ਪਤਾ ਜੀ ਲੋਕਾਂ ਨੂੰ ਬਹੁਤ ਪਸੰਦ ਆਉਣਗੇ। ਸੋ ਦੈਟਸ ਆਲ, ਥੈਂਕ ਯੂ ਸੋ ਮੱਚ, ਤੁਸੀਂ ਸਾਰੇ ਆਏ, ਸਾਡਾ ਟਾਈਮ ਸੁਣਿਓ, ਥੈਂਕ ਯੂ ਸੋ ਮੱਚ। ਬਲਕਿੰਦਰ ਬੁਲਟ ਜੀ ਸਾਡੇ ਨਾਲ ਮੌਜੂਦ ਨੇ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਅਗਰ ਆਪਾਂ ਗੱਲ ਕਰੀਏ ਨਾ ਪੰਜਾਬੀ ਫਿਲਮ ਇੰਡਸਟਰੀ ਦੇ ਵਰਸਟਾਈਲ ਐਕਟਰਸ ਦੀ, ਤਾਂ ਮੈਨੂੰ ਲੱਗਾ ਗੱਲ ਪੂਰੀ ਹੁੰਦੀ ਅਗਰ ਤੁਹਾਡਾ ਨਾਮ ਵਿੱਚ ਨਾ ਲਈਏ ਤਾਂ ਜਿਹੜਾ ਵੀ ਕਿਰਦਾਰ ਤੁਸੀਂ ਨਿਭਾਉਂਦੇ ਹੋ, ਭਾਵੇਂ ਕੋਈ ਫਨੀ ਕਿਰਦਾਰ ਹੋਵੇ, ਭਾਵੇਂ ਕੋਈ ਇੰਟੈਂਸ ਕਿਰਦਾਰ ਹੋਵੇ, ਮਤਲਬ ਕਦੇ ਵੀ ਆਡੀਅੰਸ ਨੂੰ ਹੁੰਦਾ ਕਿ ਯਾਰ ਨਹੀਂ ਇਹ ਹੋਰ ਬੈਟਰ ਹੋ ਸਕਦਾ ਸੀ, ਇਟਸ ਆਲਵੇਸ ਲਾਈਕ ਇਟਸ ਪਰਫੈਕਟ ਕਿ ਕਿਰਦਾਰ ਤੁਹਾਡੇ ਲਈ ਹੀ ਬਣਿਆ ਹੈ। ਲੇਕਿਨ ਜਦੋਂ ਤੁਸੀਂ ਕੋਈ ਕਿਰਦਾਰ ਨਿਭਾਉਂਦੇ ਹੋ ਤਾਂ ਉਹ ਕਿਰਦਾਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੀ ਸਿਖਾ ਕੇ ਜਾਂਦਾ ਅਤੇ ਇਸ ਫਿਲਮ ਤੋਂ ਤੁਸੀਂ ਕੀ ਸਿੱਖਿਆ? ਪਹਿਲਾਂ ਤਾਂ ਬਾਈ ਮਿੰਟੂ ਦੀ ਕਿਤਾਬ ਪਈ ਹੁੰਦੀ ਸੀ, ਜਦੋਂ ਅਸੀਂ ਕਿਸੇ ਕੋਲ ਪਈ ਹੋਣੀ ਇਹ ਕਿ ਇਹਦੇ ਡਾਕੂਮੈਂਟ ਦਾ ਮੁੰਡਾ ਕੌਣ ਹੋਇਆ ਰਹੇ, ਜਿਹਦੇ ਕੋਲ ਦੇਖਿਆ ਹਰੇਕ ਕੋਲ ਕਿਤਾਬੇ, ਮੈਂ ਲਿਟਰੇਚਰ ਨਾਲ ਜ਼ਿਆਦਾ ਜੁੜਿਆ ਹੋਇਆ ਸੀ, ਜੋ ਲਿਟਰੇਚਰ ਵਾਲੇ ਬੰਦੇ ਨੂੰ ਨਾ ਜਦੋਂ ਕਹਿੰਦੇ ਨਾ ਡਾਕੂਮੈਂਟ ਦਾ ਮੁੰਡਾ, ਇਹ ਕੈਸਾ ਟਾਈਟਲ ਹੋ ਗਿਆ ਵੀ ਇਹ ਕਿਤਾਬ ਨਹੀਂ ਹੋ ਸਕਦੀ ਵਧੀਆ, ਇਹੋ ਜਿਹਾ ਕਿਹੜਾ ਟਾਈਟਲ ਹੋਇਆ। ਤਾਂ ਜਦੋਂ ਮੇਰੇ ਹੋਸਟਲ 'ਚ ਮੁੰਡਾ ਉਹਨੇ ਪੜ੍ਹਿਆ, ਕਹਿੰਦਾ ਬਾਈ ਐਂ ਕਰਕੇ ਇੱਕ ਬੰਦਾ ਸੀ ਉਹ ਸੱਚੀ ਮੁੱਚੀ ਨਸ਼ਾ ਕਰਦਾ, ਕਿਉਂਕਿ ਉਹਨੇ ਨਸ਼ਾ ਛੱਡਿਆ ਅਤੇ ਮੈਂ ਜਾਉਂਦਾ ਉਹ ਕਹਿੰਦੇ ਹਾਂ ਬਾਈ ਉਹ। ਉਸ ਤੋਂ ਬਾਅਦ ਉੱਥੇ ਫਿਲਮ ਬਣੀ, ਫਿਲਮ ਉਹ ਮੇਰੇ ਨਾਲ ਇਹਦੀ ਜੁੜੀ ਹੋਈ ਸੀ, ਮੇਰੇ ਦਿਮਾਗ 'ਚ ਸੀ ਗੱਲ ਵੀ ਅੱਛਾ ਇੱਥੇ ਫਿਲਮ ਬਣ ਗਈ, ਫਿਲਮ ਬਹੁਤ ਵਧੀਆ ਰਹੀ। ਅਤੇ ਉਸ ਸਮੇਂ 'ਚ ਮੈਂ ਨਾਲ ਨਾਲ ਸਿਨੇਮੇ 'ਚ ਥੋੜ੍ਹਾ ਥੋੜ੍ਹਾ ਕੰਮ ਕਰਨਾ ਸ਼ੁਰੂ ਕਰ ਲਿਆ ਸੀ, ਅਤੇ ਜਦੋਂ ਮੈਨੂੰ ਦੁਬਾਰਾ ਜਦੋਂ ਦੂਜੀ ਫਿਲਮ ਬਣੀ ਮੈਨੂੰ ਸੱਦਿਆ ਅਤੇ ਮੈਂ ਹੈਰਾਨ ਹੋਇਆ ਵੀ ਮੈਂ ਉਹ ਜਿਹੜੀ ਕਿਤਾਬ ਨੂੰ ਪਹਿਲੀ ਵਾਰੀ ਐਂ ਪਾਸੇ ਮਾਰਿਆ ਸ਼ੁਰੂ ਕਰ ਗਿਆ, ਅੱਛਾ ਕਿਹੜੀ ਫਿਲਮ ਕਿਤਾਬ ਹੈ ਯਾਰ, ਮੈਂ ਉਸ ਟਾਈਟਲ ਦਾ ਹਿੱਸਾ ਬਣ ਗਿਆ। ਅਤੇ ਦੂਜੀ ਗੱਲ ਹੁੰਦੀ ਹੈ ਕਿ ਕੋਈ ਚੀਜ਼ ਜਿਵੇਂ ਇਹਦੇ ਲਿਖਿਆ ਕਿਤਾਬ 'ਤੇ ਲਿਖਿਆ ਸਬੂਤ 9th edition, 9th edition ਦਾ ਮਤਲਬ ਇਹ ਹੈ ਕਿ ਪਹਿਲੀ ਵਾਰੀ ਛਪੀ, ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ, ਛਪੀ ਜਾ ਰਹੀ ਹੈ। ਕਾਰਨ ਕੀ ਹੈ? ਇਹਦੇ 'ਚ ਕੋਈ ਗੱਲ ਹੋਊਗੀ, ਜਦੋਂ ਹਵਾ 'ਚ ਗੱਲ ਕੀਤੀ ਜਾਂਦੀ ਹੈ ਤਾਂ ਲੋਕ ਕਹਿੰਦੇ ਯਾਰ ਠੀਕ ਹੈ, ਇੱਧਰੋਂ ਤੀਰ ਪਾ ਰਿਹਾ ਹਵਾ 'ਚ ਉੱਡ ਗਿਆ, ਕਿਸੇ ਨੇ ਧਿਆਨ ਨਹੀਂ ਦਿੱਤਾ। ਜਦੋਂ ਗੱਲ ਕਿਸੇ ਹਕੀਕਤ 'ਚੋਂ ਕੀਤੀ ਜਾਂਦੀ ਹੈ, ਜਿਹਦਾ ਕੋਈ ਰੈਫਰੈਂਸ ਹੁੰਦਾ ਸਾਡੀ ਸੁਸਾਇਟੀ ਦੇ ਵਿੱਚ, ਖਾਸ ਕਰਕੇ ਬਾਈ ਮੰਗਾ ਸਾਡੇ ਨਾਲ ਬੈਠਾ ਅਤੇ ਮੈਨੂੰ ਵੀ ਹੈਰਾਨੀ ਹੋਈ ਬਾਈ ਨੇ ਜਦੋਂ ਬੈਠ ਕੇ ਗੱਲ ਦੱਸੀ ਵੀ ਇੱਦਾਂ ਇੱਦਾਂ ਹੋਇਆ ਮੈਂ, ਅਤੇ ਸਾਨੂੰ ਇਹ ਲੱਗਦਾ ਹੁੰਦਾ ਵੀ ਕੋਈ ਬੰਦਾ ਕਿਸੇ ਗਲਤ ਪਾਸੇ ਵੱਲ ਚਲਾ ਗਿਆ, ਉਹਨੇ ਮਰਨਾ, ਉਹਦਾ ਤੈਅ ਹੈ ਵੀ ਇਹ ਨਹੀਂ ਮੁੜਦਾ, ਬਣਿਆ ਹੋਇਆ ਸੋਸਾਇਟੀ 'ਚ ਮਾੜਾ ਜਿਹਾ ਵੀ ਬੰਦਾ ਗਲਤ ਪਾਸੇ ਦਿਸ ਗਿਆ ਇਹ ਤਾਂ ਗਿਆ ਬਾਈ, ਇਹ ਨਹੀਂ ਮੁੜਦਾ ਉਹ। ਪਰ ਜਿਹੜੇ ਬੰਦੇ ਉਹਦੇ ਵਿੱਚੋਂ ਗਏ, ਉਸ ਦਰਦਾਂ ਦੇ ਵਿੱਚ ਬੜੇ, ਫਿਰ ਨਿਕਲੇ, ਨਿਕਲਣ ਦਾ ਉਹਨਾਂ ਸਟਰਗਲ, ਫਿਰ ਜਿਉਂਦੇ ਹੋਏ, ਜਿਉਂਦੇ ਹੋ ਕੇ ਉਹਨਾਂ ਨੇ ਇੰਸਪੀਰੇਸ਼ਨ ਨਾਲ ਕੰਮ ਕੀਤੇ, ਉਹਨਾਂ ਨੇ ਦਿਖਾਇਆ ਵੀ ਬਾਈ ਤੁਸੀਂ ਵੀ ਬਚ ਸਕਦੇ ਹੋ। ਜਦੋਂ ਸਿਨੇਮਾ ਇਸ ਚੀਜ਼ਾਂ ਦੇ ਰੈਫਰੈਂਸ ਲੈਂਦਾ, ਸਮਝ ਲਓ ਉਹਦੇ 'ਚ ਅਮੀਰੀ ਆ ਰਹੀ, ਉਹਦੇ 'ਚ ਤਾਕਤ ਆ ਰਹੀ, ਉਹ ਵਧੀਆ ਗੱਲ ਕਰਨ ਦੇ ਕਾਬਲ ਹੋ ਗਿਆ। ਅਤੇ ਸਾਡੇ ਵਰਗੇ ਕਲਾਕਾਰਾਂ ਲਈ ਉਦੋਂ ਖੁਸ਼ੀ ਦੀ ਗੱਲ ਹੁੰਦੀ ਹੈ, ਅਸੀਂ ਇਹੋ ਜਿਹੇ ਸਿਨੇਮੇ ਦਾ ਹਿੱਸਾ ਬਣਦੇ ਹਾਂ, ਇਹੋ ਜਿਹੇ ਕਿਰਦਾਰ ਪੇਸ਼ ਕਰਦੇ ਹਾਂ। ਜਿਵੇਂ ਮੈਂ ਕਰੈਕਟਰ ਲਈ ਉਹਦਾ ਨਾਂ ਸੁੱਖੀ ਲੱਗਣਾ, ਮੈਂ ਬਾਈ ਨੂੰ ਪੁੱਛਿਆ ਮੈਂ ਬਾਈ ਹੈਗਾ ਉਹ, ਕਹਿੰਦੇ ਬਾਈ ਆਸਟ੍ਰੇਲੀਆ ਬੈਠਾ ਹੋ। ਅਤੇ ਮਤਲਬ ਇਹੋ ਜਿਹੇ ਬੰਦੇ ਜਿਹੜੇ ਲੱਗਦੇ ਨਹੀਂ ਸੀ ਵੀ ਇਹ ਨਹੀਂ ਮੁੜਦੇ, ਪਰ ਉਹ ਮੁੜ ਆਏ, ਕਿੰਨੀ ਕਮਾਲ ਦੀ ਗੱਲ ਹੈ, ਅਤੇ ਮੈਨੂੰ ਖੁਸ਼ੀ ਹੈ। ਅਤੇ ਜਿਹੜੀਆਂ ਕਿਤਾਬਾਂ, ਕਿਉਂਕਿ ਅੱਜ ਕੱਲ੍ਹ ਪੜ੍ਹਨ ਦਾ ਰਿਵਾਜ਼ ਉਹਨਾਂ ਹੈ ਨਹੀਂ, ਇਹਦੇ ਬਾਵਜੂਦ ਵੀ ਕਿਤਾਬ 9th edition 'ਚ ਜਾ ਰਹੀ ਹੈ, ਡਾਕੂ ਦਾ ਮੁੰਡਾ ਜਿਹੜੀ ਕਿਤਾਬ ਹੈ ਉਹ ਅੱਜ ਤੱਕ ਵੀ ਲੋਕ ਪੜ੍ਹ ਰਹੇ ਆ, ਵਿਕ ਰਹੀ ਹੈ, ਨਵੇਂ ਨਵੇਂ ਐਡੀਸ਼ਨ ਛਪ ਰਹੇ ਹੈ, ਤਾਂ ਇਹ ਗੱਲ ਲੋਕਾਂ ਦੇ ਦਿਲ ਤੱਕ ਜਾਊਗੀ, ਕਬੂਲ ਕਰਨਗੇ, ਔਰ ਇੱਥੋਂ ਇੰਸਪੀਰੇਸ਼ਨ ਲੈ ਕੇ ਬਹੁਤ ਸਾਰੇ ਲੋਕ ਚੇਂਜ ਹੋਣਗੇ ਮੈਨੂੰ ਲੱਗਦਾ। ਔਰ ਮੁਬਾਰਕ ਹੈ ਬਾਈ ਹੋਰਾਂ ਨੂੰ, ਤੁਹਾਨੂੰ ਸਾਰਿਆਂ ਨੂੰ ਵਧੀਆ ਸਿਨੇਮਾ ਜਿਹੜਾ ਆਪਣਾ ਪੈਰ ਜਮਾ ਰਹੇ ਹੈ। ਜੀ, ਜਿਸ ਤਰ੍ਹਾਂ ਤੁਸੀਂ ਡਾਕੂ ਦਾ ਮੁੰਡਾ 1 film ਦੀ ਗੱਲ ਕੀਤੀ ਹੈ, ਮਿੱਟੂ ਜੀ ਨੇ ਉਸ ਜਿਹੜੀ ਕਿਤਾਬ ਨੂੰ ਲਿਖਿਆ ਸੀ ਅਤੇ ਇਸ ਤੋਂ ਬਾਅਦ ਉਸ ਫਿਲਮ ਨੂੰ ਵੀ ਜਿਹੜਾ ਲੋਕਾਂ ਦੇ ਸਾਹਮਣੇ ਉਸ ਕਹਾਣੀ ਨੂੰ ਪੇਸ਼ ਕਰਨ ਦੀ ਹਿੰਮਤ ਰੱਖੀ ਸੀ। ਵੈਸੇ ਤਾਂ ਉਹਨਾਂ ਨੇ ਤੁਹਾਨੂੰ ਦੱਸਤਾ ਇੱਕ ਸਟੋਰੀ ਜਿਹੜੀ ਹੈ ਉਹ ਹਰ ਕਿਤਾਬ ਜਿੰਨੇ ਹੱਥਾਂ 'ਚ ਜਾਏਗੀ ਉਨੀ ਕਹਾਣੀ ਉਹ ਬਿਆਨ ਕਰੇਗੀ, ਹਰ ਕਿਸੇ ਦਾ ਕਹਾਣੀ ਬਿਆਨ ਕਰਨ ਦਾ ਆਪਣਾ ਤਰੀਕਾ ਹੁੰਦਾ। ਆਪਣੀ ਉਸ ਕਿਤਾਬ ਅਤੇ ਆਪਣੀ ਉਸ ਫਿਲਮ ਦੇ ਨਾਲ ਜੁੜਿਆ ਕੋਈ ਇੱਕ ਐਸਾ ਕੰਪਲੀਮੈਂਟ ਜੋ ਤੁਹਾਨੂੰ ਹਮੇਸ਼ਾ ਯਾਦ ਰਹੇ? ਪਹਿਲੀ ਗੱਲ ਇਹ ਆ ਕਿ ਜਦੋਂ ਸਾਰਾ ਕੁਝ ਚੱਲ ਰਿਹਾ ਸੀਗਾ ਨਾ, ਦੈਟਸ ਬੇਸਿਕਲੀ ਮੈਂ ਤੁਹਾਡੇ ਨਾਲ ਦਾ ਨਾ ਜਰਨਲਿਜ਼ਮ ਜੀ ਆਉਣਾ, ਅਤੇ ਮੈਂ ਇੱਕ ਚੀਜ਼ ਨੋਟ ਕੀਤੀ, ਤੁਸੀਂ ਨੋਟ ਕਰਕੇ ਜਾਇਓ, ਜ਼ਿੰਦਗੀ 'ਚ ਕੰਮ ਆਊਗੀ, ਕਿ ਇੱਕ ਸਮਾਂ ਸੀ ਜਦ ਅਸੀਂ ਪਹਿਲੀ ਦੀ ਕਰ ਰਹੇ ਸੀ ਪ੍ਰਮੋਸ਼ਨ, ਤਾਂ ਸਾਰੇ ਮੇਰੇ ਮਗਰ ਤੁਰੇ ਫਿਰਦੇ ਹੁੰਦੇ ਸੀ, ਮਿੰਟੂ ਵਾਹ ਬਾਈਟ ਦੇ ਦਿਓ ਸਰ, ਬਾਈਟ ਦੇ ਦਿਓ। ਅੱਜ ਮੰਗਾ ਮੈਂ ਸੋਚ ਰਿਹਾ ਸੀ, ਮੇਰੇ ਜ਼ਹਿਨ 'ਚ ਇਹ ਚੱਲ ਰਿਹਾ ਸੀ ਕਿ ਕੋਈ ਵੀ ਸਮਾਂ ਸਥਿਰ ਨਹੀਂ ਹੈ, ਇਹ ਆ ਕੇ ਟੱਪ ਜਾਂਦਾ, ਕਦੇ ਗੁਮਾਨ ਨਾ ਕਰੋ। ਇਹ ਜ਼ਿੰਦਗੀ 'ਚ ਜੋ ਵੀ ਤੁਸੀਂ ਹਾਸਿਲ ਕਰਦੇ ਹੋ ਇੱਕ ਮਰਹਲਾ ਹੁੰਦਾ, ਜੀ ਕੇ ਦੇਖੋ। ਅੱਜ ਸਾਡਾ ਮੰਗਾ ਮੰਗੇ ਦੀ ਜਗ੍ਹਾ ਕੱਲ੍ਹ ਨੂੰ ਹੋ ਸਕਦਾ ਸਾਡਾ ਕੋਈ ਤੀਸਰਾ ਭਰਾ। ਸੋ ਮੈਂ ਇਹ ਚੀਜ਼ ਸੋਚ ਰਿਹਾ ਸੀ, ਮੇਰੇ ਜ਼ਹਿਨ 'ਚ ਉਹ ਚੱਲ ਰਹੀ ਸੀ ਅੱਜ ਕਿ ਦੇਖੋ ਸਮਾਂ ਹੁੰਦਾ, ਕੋਈ ਸਮਾਂ ਹੁੰਦਾ ਕਿ ਤੁਸੀਂ ਬਹੁਤ ਜ਼ਿਆਦਾ ਹਾਈਲਾਈਟ ਹੁੰਦੇ ਹੋ, ਬਹੁਤ ਜ਼ਿਆਦਾ ਲੋਕ ਤੁਹਾਨੂੰ
पसंद करते हैं, पर वह समा बीत जाता। जिमें अकबर को बीरबल ने कहा कि जवाब दिता सगा कि ऐसी चीज़ लिख दे उदास होवा तो खुश हो जावा, जो खुश होवा तो जाओ तो उदास हो जावा, लेकिन यह भी गुजर जाए। सो वड्डी गल यह है कि यह समय जोड़े आते जाते रहते, पर इस समय ने साडे वास्ते देखो गल की है कि मेरा तो मंगे का जीवन बड़ा सिमलर ही है। अच्छा साढ़े दे जे आप कही साढ़े जीवन के सब तो वड्डी प्राप्ति यह है कि यार असी कुछ भी नहीं सी, असी कुछ भी नहीं सी, असी सिनेमे तक नू दे दिता कि कुछ दे दिता। तो मेरे ख्याल के नाल समाज तुहानू जदों तुसी जन्मदे हो जन्म तो लैके मरण तक बहुत कुछ दिंदा समाज तुहानू, सिक्ख्या दिंदा, तुहानू बोली दिंदा, तुहानू संस्कार दिंदा, बहुत कुछ दिंदा। पर लुकाई की एक ड्यूटी लगी हुई है इंसान की कि वह की दे के जा रहा है, टेक बैक नहीं है। तो मेरे ख्याल के नाल एक नशहरी वास्ते जां कह लो कि किसी रगी वास्ते ऐदों वड्डा मुकद्दस मुकाम कोई नहीं होएगा, ऐदों वड्डा मुकाम नहीं होएगा कि वह कुछ कुछ दे के जा रहा, किसी को रुजगार दे के जा रहा, किसी को मैसेज दे के जा रहा। तो ये वास्ते ठीक है कि जिंदगी मैं नहीं कहता कि ड्रगी बन के कामयाब हो, मैं तो कहना कि टाइम इन्ना ज़्यादा वैल्यूएबल है ना कि साढ़े जो मेरे 20 साल बेस तो हो मंगे का मैं एग्जैक्ट पता नहीं किन्ना को टाइम पीरियड रहा मंगा दस देगा, पर अज समय की जी महत्ता समझ आती है कि समा कि वैल्यूएबल है, घड़ी जी बीत दी जाती है। सो मैं सिर्फ यही गल कहूँगा कि मैं कदे सोचा यकदम देव होर ने जो अप्रोच की मैं तो सुन रहा कि मैं तो फिल्म जितन किताब लिखी सी मैं उदन सोचा ही नहीं, मैं बैठे बैठे ने मेरे मन च आया कि यार आप हूँ इधर आ रहे हैं मीडिया च आ रहे हैं, सो कल गल सुन मिलेंगे फलान टनका आप कागज़ से अपना एक बालिया बयान लिख देना। तो एक बालिया बयान लिखद्या लिखद्या मैं पहला आर्टिकल बनाने लगा सी, फिर मैं छोटी छोटी जी किताब लिख दी थी आई थिंक 128 पन्नों की सी, तो एक एक बालिया लिया कि यार आह करते रहे आह करते रहे, तो बस वो एक जर्नी मैं नहीं सी सोचा कभी। और कमाल की गल है कि उस लिखत तो मंगे ने कि ना कि चीज़ में देखा कि हाँ यार जो बंदा लिख सकता मैं क्यों नहीं, तो मंगे हूँ इस चीज़ का तुम इतफाक देखो कि अज उन्होंने किताबों के नाल तुम जुड़े होर कि साढ़े शख्सियत ने जड़िया जुड़िया हुई। सो लकली साढ़े हिस्से आया खुशकिस्मती की गल है तुहाडे विच पहुंचे हैं बहुत वधिया इस मरहले इस लम्हे मंगे नूं मैं कहा कि इंजॉय कर, पर अपने आप या दूसरों नाल मैं यही गल कहना कि समा जिहड़ा चाहे वह पीड़ित है ड्रगी है चाहे कोई भी है चाहे सुपरस्टार है सारे का बीतना तगड़े रहो बस इंजॉय कर लूंगी ते मंगा सिंह अटाल जी साडे नाल मौजूद ने जिन्हां दी कहानी नूं पर्दे ते बयान असीं करन वाले आ। तुसीं ऑलरेडी अपनी इस किताब दा अपनी इस कहानी दा 9th एडिशन रिलीज़ कर चुके हो, हुण इक पूरी फुल फ्लेज्ड फिल्म रिलीज़ हो रही है, बड़ा औखा हुंदा है लोकां सामणे अपने सारे सीक्रेट्स रिवील करना, साडी कोई छोटी जी गल किसी नूं पता लग जाए तां सामणे हो जांदा हाय हुण इहदा मुंह किवें बात कराईए, इहनूं किवें कन्विंस करीए कि चार लोकां नूं जाके ना दस्से, ते अपनी जिंदगी दा हर इक पहलू लोकां नूं दसणा बहुत मुश्किल हो जांदा। सो तुसीं किस तरह देखदे हो अपनी इस जिंदगी नूं ते अज दे इस फैसले नूं, ते मैं पुछणा कि इक ओह केड़ा प्राइम मोमेंट सी जो तुसीं लाइफ च डिसाइड कीता कि बस हुण मैं बदलना है, हुण मैं खुद नूं बदलना, हुण मैं अपनी जिंदगी नूं बदलना। सत श्री अकाल सारे, प्रडिक्टेबल दा उहदे लई इक समां नहीं आउंदा, ओह ब्लेस जां ओह कृपा मतलब कदों हुंदी है ओह पता नहीं, पर छड़दा हो रोज़ है, मैं रोज़ छड़दा सी, ऐ नहीं हुंदा कि मैं हुण तक करदा रहा ते एक दिन मतलब भी मैं अज तो छड़ देना, ऐ हथ च नहीं हुंदा, जे मान लो इन्ना हथ च होवे तो असी मतलब सारे बंदे छड़ देंदे ना, एक भी कृपा जा सबब बणिया। वैसे मैं रोज़ छड़दा सी कि अज करना सवेरे नहीं करना है, जां फिर एक तरीक तो अपन बंद कर देना, जून दी छुट्टियां बंद कर देना, बेटी दे बर्थडे ते बंद कर देना, मतलब रोज़ छड़ना है ना, रोज की रोज कि कल छड़ देना कल छड़ देना, ऐं सी ते ओह जदों सबब बणिया पता नहीं किन्ने सौ बार छड़ के किन्नियां कोशिशां करके वापस रिलैक्स हुंदा रहा ना, ओह एक जदों सर्कमस्टांस इहो जिहे बणे कि मैं घरदिआं नूं मना लिया, क्योंकि मैं मैनिपुलेशन करता सी कि जे मैनूं रीहैब तुसीं भेज देंगे तां मतलब
जमीन ज्यादा दिनों लगा लेंगे उसे नशा वगैरह देने लग जाते हैं ता कि घर पर भेजन है ना। तो यही मेरे लिए अड़चन से जो मेरी मैनुपुलेशन से घर देने करीब कि मेरे तो तोड़ नहीं कट हूँ जो कटता से तो वापस चले जाता से ना बैकअप रख लेता से। पर जरा 2016 की गल है 18 अप्रैल से जिस दिन मतलब मैं रिहैब च घरद मना लिया कि लास्ट मौका दे दो कि मैं सुधरना है ना। तो उस तो बाद फिर जो दोस्त मित्र मिले ना तो मेरा कद ब्लेमिंग नहीं हुई अज तक। शुक्रिया ही है कि मैं मतलब मैं सोसायटी ने बचाया। फिल्म च भी देखेंगे दरवाजा तोड़ के कटिया बहुत बार बाथरूम पे तो मैनू लाया किसी ने नहीं आई नहीं है सोसायटी कि कोई थोड़ा नशे से ला हूँ है ना लग्या मैं आप है पर छड़वाया मेरा सोसायटी ने मैं आप नहीं छड़ सकिया। मतलब आप छड़न जोगा हूँ मैं बहुत बार छड़ दिता है ना। कोई यह आई नहीं है कि मैं कोई प्राप्ति करी मेरी वाइफ मेरी माँ मेरे मित्र दोस्त है ना जाओ जेडे भरा जे पहले नशा करते छड़ चुके हैं उन्होंने बड़ा साथ दिता इस करके जो मतलब बाहर आया वो जाने एक कोई दिन नहीं कि अज मेरे जो मैं काम कर रहा। बट एक जी इंस्पीरेशन है तुम सब जरूर पेश करोगे इस फिल्म देखने बाद जिन्होंने शुरुआत नहीं भी की अपने उस दिन की कि अज तो छड़ दूंगा वो फोर श्योर एक गल कहेंगे कि हूँ मैं अज तो छड़ दूंगा। उम्मीद कर रहे हैं तो राजेश कुमार जी साढ़े मौजूद ने इस फिल्म जिन्होंने प्रोड्यूस किया है वैल फिल्म के करता करता हूँ पहला स्टैप चुके ताइए अज अं सारे इतने मौजूद है इस फिल्म बारे गल कर रहे सबजैक्ट बारे गल कर रहे हैं। सो तुम अपने सबजैक्ट को किस तरह देख रहे हो जिथे एक ऐसा मुद्दा है पंजाब का जिदे बारे हर पॉलिटिशियन गल करता है हर घर के बीच गल होती है लेकिन जो गल आ जाती ना सिनेमा की तो हर प्रोड्यूसर पहला होंगे कि मैं कोई कमर्शियल सबजैक्ट लैके आवा। सो जो तुम इस फिल्म से असी नशे के मुद्दे से गल करते हैं जो तुम अपनी इस फिल्म की डिस्कशन इस फिल्म की कहानी स्टार्ट की इस फिल्म को बनाने का सोचा तो तुहाडे माइंड विच की थॉट सी? फिल्म तो जी मैं सारे नूं जी आया कहना इंटरटेनमेंट एक अजिहा तरीका हैगा जिहदे नाल आपां लोकां नूं एक बहुत वधिया मैसेज दे सकदे हां क्योंकि लोग सिनेमा जाते हैं जो सिनेमा जाते हैं वह देखते हैं जो तो आप हस के बाहर आ जाना खेड़ के बाहर आ जाना फिर तो कोई गल वक्री है जो तो कोई मैसेज भी आप लेके आने हैं तो वो लोगों के दिमाग में रहता है। तुझे हम देखो कई कॉमेडी मूवीज़ बन रही हैं है ना वो 2-4-5 साल बाद सारे भुल जाएंगे आने वाले 10 साल तक सारे भुल जाएंगे पर जो कोई एक मैसेज वाली फिल्म होती है वह सारे लोग याद रखते हैं। तुम हम अज आप डॉक्टर मुंडे की पहले की गल करते हैं ਤੁਸੀਂ ਅੱਜ ਤੋਂ 10 ਸਾਲ ਬਾਅਦ ਵੀ ਜਦੋਂ ਮੀਡੀਆ ਕੋਈ ਗੱਲ ਕਰੂਗਾ ਉਦੋਂ ਡਾਕੂ ਦੇ ਮੁੰਡੇ ਦੀ ਬਣ ਸਿੰਨੀ ਦੀ ਵੀ ਗੱਲ ਕਰੂਗਾ ਟੂ ਦੀ ਵੀ ਕਰੂਗਾ ਕਿਉਂਕਿ ਉਸ ਫਿਲਮ ਨੇ ਇੱਕ ਮੈਸੇਜ ਦਿੱਤਾ ਇੰਟਰਟੇਨਮੈਂਟ ਦੇ ਨਾਲ ਨਾਲ ਇੱਕ ਮੈਸੇਜ ਦੇਣਾ ਵੀ ਜ਼ਰੂਰੀ ਹੈ। ਇੰਟਰਟੇਨਮੈਂਟ ਤਾਂ ਜ਼ਰੂਰੀ ਹੈ ਪਰ ਉਹਨੇ ਇੱਕ ਮੈਸੇਜ ਦੇਣਾ ਵੀ ਜ਼ਰੂਰੀ ਹੈ। ਉਹ ਦੇਖੋ ਮੈਸੇਜ ਕਿਵੇਂ ਦਿੱਤਾ ਜਾ ਸਕਦਾ ਮੈਸੇਜ ਤਾਂ ਇਹ ਹੀ ਦਿੱਤਾ ਜਾ ਸਕਦਾ ਵੀ ਕਿਸੇ ਦੀ ਲਾਈਫ ਦੇ ਵਿੱਚ ਜੇ ਕੋਈ ਕੋਈ ਮਾੜਾ ਬੈਡ ਉਹਨੂੰ ਵੀ ਦਿਖਾਓ ਜੇ ਉਹ ਚੰਗਾ ਹੋਇਆ ਉਹ ਵੀ ਦਿਖਾਓ ਹੈ ਨਾ। ਹੁਣ ਦੇਖੋ ਜਿਵੇਂ ਇੱਕ ਆਪਣਾ ਸੀਐਮ ਸਾਹਿਬ ਭਗਵਾਨ ਜੀ ਨੇ ਕਿਹਾ ਕਿ ਅਸੀਂ ਜਿੰਨੇ ਵੀ ਬੰਦੇ ਨਸ਼ਾ ਛੱਡ ਕੇ ਵਾਪਸ ਆਉਣਗੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਔਰ ਇਹ ਅਸੀਂ ਵੀ ਉਸੇ ਪੁਆਇੰਟ 'ਤੇ ਚੱਲ ਰਹੇ ਹਾਂ ਅਸੀਂ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਾਂ ਕਿ ਬਈ ਦੇਖੋ ਅਸੀਂ ਵੀ ਕੁਛ ਕਰਨ ਨੂੰ ਤਿਆਰ ਹਾਂ ਸਾਡਾ ਚਾਹੇ ਯੋਗਦਾਨ 2% ਹੋਵੇ 5% ਹੋਵੇ ਅਸੀਂ ਵੀ ਤਿਆਰ ਹਾਂ। ਅਸੀਂ ਇੱਕ ਇੰਟਰਟੇਨਮੈਂਟ ਦੇ ਤਰੀਕੇ ਨਾਲ ਅਸੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਵੀ ਤੁਸੀਂ ਇਸ ਗੰਦ ਤੋਂ ਬਾਹਰ ਆਓ ਤਾਂ ਕਿ ਇਹ ਕਦੀ ਵੀ ਇਹ ਮੁੱਦਾ ਨਾ ਬਣੇ ਰਾਜਨੀਤਿਕ ਮੁੱਦਾ ਨਾ ਬਣੇ ਲੋਕਾਂ ਨੂੰ ਵੋਟਾਂ ਦੇ ਵਿੱਚ ਇਹ ਨਾ ਸੁਣਨਾ ਪਵੇ ਕਿ ਸਾਡਾ ਪੰਜਾਬ ਵਿਛੋੜੀ ਹੈ ਅਸੀਂ ਇਹਨੂੰ ਮੁਕਾ ਦਿਆਂਗੇ। ਕੋਈ ਸੋਹਣਾ ਚੱਕ ਕੇ ਕਹੇ ਜੀ ਮੈਂ ਇਹਨੂੰ ਮੁਕਾ ਦੂੰਗਾ 40 ਦਿਨਾਂ 'ਚ ਮੁਕਾ ਦੂੰਗਾ 15 ਦਿਨ 'ਚ ਮੁਕਾ ਦੂੰਗਾ ਉਹ ਮੌਕਾ ਆਪਾਂ ਨਾ ਦਈਏ ਉਹ ਮੌਕਾ ਬਿਲਕੁਲ ਨਹੀਂ ਦੇਣਾ ਚਾਹੀਦਾ। ਉਹ ਕਿਸੇ ਸਰਕਾਰ ਨੇ ਨਹੀਂ ਆਪਾਂ ਨੂੰ ਆ ਕੇ ਸਮਝਾਉਣਾ ਕਿਸੇ ਨੇ ਆਪਣੀ ਹੈਲਪ ਨਹੀਂ ਕਰਨੀ ਉਹ ਹੈਲਪ ਆਪਾਂ ਆਪਣੀ ਆਪ ਕਰਨੀ ਹੈ ਜਿਵੇਂ ਮਿੰਟੂ ਬਾਈ ਨੇ ਕੀਤੀ ਆਪਣੀ ਹੈਲਪ ਮੰਗੇ ਬਾਈ ਨੇ ਕੀਤੀ ਹੈ ਹੋਰ ਸਾਡੇ ਕਈ ਵੀਰ ਜਿਹੜੇ ਅੱਜ ਪੜਦੇ ਤੇ ਨਹੀਂ ਹੈਗੇ ਜਾਂ ਆਪਾਂ ਨੂੰ ਉਹਨਾਂ ਬਾਰੇ ਨਹੀਂ ਪਤਾ ਪਰ ਉਹਨਾਂ ਨੇ ਹੈਲਪ ਆਪਣੀ ਆਪ ਕੀਤੀ ਹੈ। ਇਸ ਕਰਕੇ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਇੰਟਰਨੈਟ ਨੂੰ ਇੱਕ ਮੈਸੇਜ ਦੇ ਸਕਦਾ ਤੁਹਾਨੂੰ ਉਸ ਮੈਸੇਜ ਨੂੰ ਤੁਸੀਂ ਕਿਵੇਂ ਆਪਣੇ ਆਪ 'ਤੇ ਲਾਗੂ ਕਰਨਾ ਉਹ ਤੁਸੀਂ ਦੇਖੋ। ਤੁਸੀਂ ਕਿਸੇ ਤੋਂ ਕਿਉਂ ਘੁਮਾ ਰਹੇ ਹੋ ਕਿਸੇ ਦੀ ਨਿਛੋੜੀ ਹੈ ਕਿਉਂ ਕੋਈ ਸਰਕਾਰ ਤੁਹਾਡੀ ਹੈਲਪ ਕਰੇ ਤੁਸੀਂ ਛੱਡੋ। ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ 72 ਘੰਟੇ ਦੇ ਅੰਦਰ ਬੰਦਾ ਜੇ ਧਾਰ ਲਵੇ 72 ਘੰਟੇ ਦੇ ਅੰਦਰ ਬੰਦਾ ਨਸ਼ਾ ਛੱਡ ਸਕਦਾ ਕੋਈ ਵੱਡਾ ਇਸ਼ੂ ਨਹੀਂ ਹੈ ਨਸ਼ਾ ਛੱਡਣ ਦਾ। ਪਰ ਇਹ ਤੁਹਾਨੂੰ ਆਪ ਨੂੰ ਕਰਨੀ ਪੈਣੀ ਮਿਹਨਤ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ ਕਿਸੇ ਨੇ ਵੀ ਨਹੀਂ ਕਰਨੀ ਤੁਹਾਡੀ ਮਦਦ ਸਰਕਾਰ ਉਸ ਤੋਂ ਬਾਅਦ ਕਰ ਸਕਦੀ ਹੈ। ਹਾਂ ਵੀ ਦੇਖੋ ਤੁਸੀਂ ਨਸ਼ਾ ਛੱਡਿਆ ਅਸੀਂ ਤੁਹਾਡੀ ਆਹ ਕਰਦੇ ਹਾਂ ਜਿਵੇਂ ਭਗਵੰਤ ਮਾਨ ਜੀ ਕਹਿ ਰਹੇ ਹਾਂ ਅਸੀਂ ਤੁਹਾਨੂੰ ਜੋਬ ਦਿੰਦੇ ਹਾਂ ਅਸੀਂ ਤੁਹਾਨੂੰ ਕੋਈ ਰੋਜ਼ਗਾਰ ਦਿੰਦੇ ਹਾਂ ਉਹ ਹੈਲਪ ਹੋ ਸਕਦੀ ਹੈ ਪਰ ਨਸ਼ਾ ਛੱਡਣ ਲੱਗਿਆ ਤੁਹਾਨੂੰ ਆਪ ਨੂੰ ਮਿਹਨਤ ਕਰਨੀ ਪੈਣੀ ਜੀ। ਓਕੇ ਸੋ ਮਾਈ ਲਾਸਟ ਕੁਐਸਚਨ ਟੂ ਦਾ ਲੀਡ ਐਕਟਰ ਆਫ ਦਾ ਫਿਲਮ ਦੇਵ ਕਰੋੜ ਜੀ। ਅੱਛਾ ਮੈਂ ਇਸ ਦੇ ਨਾਲ ਇੱਕ ਛੋਟਾ ਜਿਹਾ ਕਿੱਸਾ ਸ਼ੇਅਰ ਕਰਨਾ ਚਾਹੁੰਦੀ। ਜਦੋਂ ਮੈਂ ਕਾਲਜ 'ਚ ਸੀ ਉਦੋਂ ਤੁਹਾਡੀ ਫਸਟ ਫਿਲਮ ਰਿਲੀਜ਼ ਹੋਈ ਸੀ ਅਤੇ ਪਲਾਨ ਕਰ ਰਹੇ ਸੀ ਫਿਲਮ ਦੇਖਣ ਦਾ
ਮੁੰਡੇ ਸਾਰੇ ਕਹਿੰਦੇ ਫਿਲਮ ਦੇਖਣ ਜਾਣਗੇ ਡਾਕੂਆਂ ਦਾ ਮੁੰਡਾ, ਕੁੜੀਆਂ ਸਾਰੀਆਂ ਕਹਿੰਦੀਆਂ ਕਿੱਦਾਂ ਦਾ ਰਾਈਟਰ ਹੈ ਡਾਕੂਆਂ ਦਾ ਮੁੰਡਾ, ਮਤਲਬ ਇਹ ਜਾਣ ਪੁੱਛ ਕੇ ਪ੍ਰਮੋਟ ਕਰ ਰਹੀ ਇੱਕ ਡਾਕੂਆਂ ਦੇ ਮੁੰਡੇ ਨੂੰ। ਸੋ ਕੁੜੀਆਂ ਨੇ ਸਾਰੀਆਂ ਨੇ ਪਲਾਨ ਗਿਵਅਪ ਕਰਤਾ, ਮੁੰਡੇ ਸਾਰੇ ਦੇਖਣ ਚਲੇ ਗਏ। ਸੋ ਇੱਕ ਐਕਟਰ ਦੇ ਨਾ ਠੱਪਾ ਲੱਗ ਜਾਂਦਾ ਕਿਸੇ ਇੱਕ ਫਿਲਮ ਦਾ, ਕਿਸੇ ਕੈਰੇਕਟਰ ਦਾ, ਕਿ ਇਸਨੇ ਇਸ ਤਰ੍ਹਾਂ ਦਾ ਕੈਰੇਕਟਰ ਪਲੇ ਕੀਤਾ ਜਾਂ ਇਸਨੇ ਇਸ ਤਰ੍ਹਾਂ ਦਾ ਕੈਰੇਕਟਰ ਨਿਭਾਇਆ। ਲੇਕਿਨ ਉਹ ਜਦੋਂ ਐਟ ਦੈਟ ਫਿਲਮ ਜਦੋਂ ਕੋਈ ਮੈਸੇਜ ਲੈ ਕੇ ਆਉਂਦੇ ਤੇ ਜਦੋਂ ਉਹਦੇ 'ਚ ਕੋਈ ਚੰਗਾ ਆਉਟਪੁੱਟ ਦਿੰਦਾ ਨਾ, ਫਿਰ ਬੰਦੇ ਜਾ ਕੇ ਉਸੇ ਐਕਟਰ ਦਾ ਸ਼ੁਕਰੀਆ ਅਦਾ ਵੀ ਕਰਦੇ ਆ ਕਿ ਥੈਂਕ ਗੋਡ ਕਿ ਤੁਹਾਡੇ ਕਰਕੇ ਅਸੀਂ ਇਸ ਤਰ੍ਹਾਂ ਇਸ ਨੂੰ ਕੰਟੀਨਿਊ। ਹੁਣ ਡਾਕੂ ਦਾ ਮੁੰਡਾ 2 ਰਿਲੀਜ਼ ਹੋ ਰਹੀ ਹੈ। ਅਸੀਂ ਆਲਰੇਡੀ ਬਾਰ ਬਾਰ ਦੱਸ ਰਹੇ ਹਾਂ ਕਿ ਇਹ ਫਿਲਮ ਨਸ਼ਿਆਂ ਨੂੰ ਪ੍ਰਮੋਟ ਨਹੀਂ ਕਰਦੀ ਹੈ, ਇਹ ਉਹਨਾਂ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਚਾਹੁੰਦੀ ਜੋ ਨਸ਼ੇ ਛੱਡਣਾ ਚਾਹੁੰਦੇ। ਸੋ ਆਈ ਗੈਸ ਕਿ ਇਹ ਗੱਲ ਅਗਰ ਖੁਦ ਫਿਲਮ ਦੇ ਲੀਡ ਐਕਟਰੀ ਪਰ ਆਪਣੀ ਆਡੀਅੰਸ ਤੱਕ ਮੈਸੇਜ ਪਹੁੰਚਾ ਦੇਣਗੇ ਤਾਂ ਜ਼ਿਆਦਾ ਬੈਟਰ, ਉਹਨਾਂ ਨੂੰ ਇਹ ਅੱਛਾ ਲੱਗੇਗਾ ਔਰ ਜ਼ਿਆਦਾ ਬੈਟਰ ਇਹ ਫਿਲਮ ਦਾ ਜਿਹੜਾ ਮੈਸੇਜ ਆਪਾਂ ਦੱਸ ਪਾਵਾਂਗੇ। ਮੇਰੇ ਖਿਆਲ ਦੇ ਵਿੱਚ ਨਾ ਜੋ ਮੇਰੀ ਸੋਚ ਹੈ, ਮੈਨੂੰ ਲੱਗਦਾ ਕਿ ਮਿੰਟੋ ਬੈਂਕੀ ਦੀ ਕਿਤਾਬ ਡਾਕੂਆਂ ਦਾ ਮੁੰਡਾ ਅਤੇ ਸ਼ਰਾਬ ਕੀਤਾ, ਜਿੰਨੀਆਂ ਵੀ ਯੂਨੀਵਰਸਿਟੀਜ਼ ਹੈਗੀਆਂ ਨੇ, ਜਿੰਨੇ ਵੀ ਕਾਲਜਸ ਨੇ, ਲਾਇਬ੍ਰੇਰੀਜ਼ ਹੈਗੀਆਂ ਨੇ ਜਾਂ ਸਕੂਲਾਂ ਨੇ, ਉਹਨਾਂ ਦੇ ਵਿੱਚ ਰੱਖ ਦੇਣੀ ਚਾਹੀਦੀ ਹੈ। ਸਾਡੀ ਮੈਨੂੰ ਲੱਗਦਾ ਇਹੋ ਜਿਹੀਆਂ ਚੀਜ਼ਾਂ ਨਾ ਸਾਡੀ ਜਿਹੜੀ ਬੇਸਿਕ ਸਟੱਡੀ ਹੈ ਉਹਦੇ ਵਿੱਚ ਸਾਨੂੰ ਇਹ ਸ਼ਾਮਿਲ ਕਰ ਦੇਣੀਆਂ ਚਾਹੀਦੀਆਂ ਨੇ, ਤਾਂ ਕਿ ਇਹਨਾਂ ਨੂੰ ਪੜ੍ਹ ਕੇ ਬੱਚੇ ਪਹਿਲਾਂ ਹੀ ਇਸ ਚੀਜ਼ ਤੋਂ ਅਵੇਅਰ ਹੋ ਜਾਣ ਕਿ ਜੇ ਅਸੀਂ ਨਸ਼ੇ ਦੀ ਦਲਦਲ 'ਚ ਫਸਾਂਗੇ ਤਾਂ ਉਹਦੇ ਅੰਜਾਮ ਕੀ ਨਿਕਲਣਗੇ। ਜੇ ਕੋਈ ਫਸਿਆ ਹੋਇਆ ਜਾਂ ਉਸ ਦੁਨੀਆਂ ਜਾ ਚੁੱਕਾ ਤਾਂ ਇਹ ਕਿਤਾਬਾਂ ਘੱਟੋ ਘੱਟ ਮੋਟੀਵੇਟ ਕਰਨੀਆਂ ਉਸ ਇਨਸਾਨ ਨੂੰ ਵਾਪਸ ਆਉਣ ਲਈ। ਮੈਨੂੰ ਲੱਗਦਾ ਕਿ ਸਾਡਾ ਜੇ ਅਸੀਂ ਗੱਲ ਕਰੀਏ ਤਾਂ ਮੈਂ ਡੇਲੀ ਟਰੈਵਲ ਕਰਦਾ, ਮੈਂ ਖੁਦ ਡਰਾਈਵ ਕਰਦਾ, ਤਾਂ ਮੈਨੂੰ ਲੱਗਦਾ ਕਿ ਸਾਡੇ ਨਾਲ ਲੋਕਾਂ ਨੂੰ ਅਵੇਅਰਨੈਸ ਦੀ ਬਹੁਤ ਕਮੀ ਹੈ। ਜਾਂ ਟ੍ਰੈਫਿਕ ਰੂਲਸ ਦੀ ਗੱਲ ਕਰ ਲੈਂਦਾ, ਕਿੰਨੇ ਲੋਕ ਮਰਦੇ ਆ, ਤੁਹਾਨੂੰ ਪਤਾ ਉਹਨੇ ਬਿਮਾਰੀਆਂ ਨਾਲ ਨਹੀਂ ਮਰਦੇ, ਔਰ ਜਵਾਨ ਕਮਾਊ ਬੰਦੇ ਜਿਹੜੇ ਕਮਾਉਣ ਲਈ ਘਰੋਂ ਬਾਹਰ ਨਿਕਲਦੇ ਆ ਉਹ ਮਰਦੇ ਆ, ਬੱਚੇ ਮਰਦੇ ਆ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਆ ਰੋਡ ਦੇ ਉੱਤੇ। ਉਹ ਵੀ ਮੈਨੂੰ ਲੱਗਦਾ ਕਿ ਸਾਨੂੰ ਕਿਤੇ ਨਾ ਕਿਤੇ ਬੇਸਿਕ ਸਾਡੀ ਸਟੱਡੀ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਕਰ ਦੇਣੀਆਂ ਚਾਹੀਦੀਆਂ ਨੇ, ਟ੍ਰੈਫਿਕ ਰੂਲਸ ਵੀ। ਸੋ ਇੱਦਾਂ ਹੀ ਇਹ ਕਿਤਾਬਾਂ, ਅਤੇ ਮੈਂ ਇਸ ਕਰਕੇ ਕਹੂੰਗਾ ਕਿ ਜਿਹੜੇ ਬੰਦੇ ਅੱਜ ਨਸ਼ੇ ਦੀ ਦੁਨੀਆਂ ਦੇ ਵਿੱਚ ਗਰਕ ਹੋ ਚੁੱਕੇ ਨੇ, ਜਾਂ ਮੈਂ ਆਪਣੀ ਗੱਲ ਕਰਾਂ ਐਜ਼ ਐਨ ਐਕਟਰ, ਜੇ ਮੈਂ ਸਾਹਮਣੇ ਮੈਨੂੰ ਕੁਝ ਸਮਝਾਉਂਦਾ ਸੀਗਾ ਕਿ ਯਾਰ ਤੂੰ ਡਾਇਲੋਗ ਸਹੀ ਨਹੀਂ ਬੋਲ ਰਿਹਾ ਜਾਂ ਤੇਰੀ ਵਾਕ ਸਹੀ ਨਹੀਂ ਹੈਗੀ, ਤਾਂ ਜਿੰਨਾ ਤੋਂ ਮੈਂ ਥੀਏਟਰ ਸਿੱਖਿਆ ਜਦੋਂ ਮੈਨੂੰ ਸਾਹਮਣੇ ਕਰਕੇ ਦਿਖਾਉਂਦੇ ਸੀ ਤਾਂ ਮੈਂ ਬਹੁਤ ਜਲਦੀ ਉਹ ਚੀਜ਼ ਨੂੰ ਫੜ ਲੈਂਦਾ ਸੀ। ਸੋ ਇਸੇ ਤਰ੍ਹਾਂ ਜਿਹੜੇ ਅਸੀਂ ਕਿਰਦਾਰ ਪਲੇ ਕੀਤੇ ਨੇ ਸਾਰਿਆਂ ਨੇ ਜਦੋਂ ਜ਼ਿੰਦਗੀਆਂ ਚੱਲਦੀਆਂ ਹੋਈਆਂ ਸਾਹਮਣੇ ਪਰਦੇ 'ਤੇ ਦਿਖਾਈ ਦੇਣਗੀਆਂ, ਮੈਨੂੰ ਲੱਗਦਾ ਕਿ ਜਿਹੜਾ ਕੋਈ ਨਸ਼ੇੜੀ ਬੰਦਾ ਉਸ ਦੁਨੀਆਂ ਦੇ ਵਿੱਚ ਅੱਜ ਵਿਚਰ ਰਿਹਾ ਜਾਂ ਉਹ ਨਸ਼ੇ ਦੀ ਦਲਦਲ 'ਚ ਫਸਾ, ਉਹਨੂੰ ਲੱਗੂਗਾ ਕਿ ਯਾਰ ਇਹ ਮੇਰੀ ਲਾਈਫ ਹੈ, ਮੈਂ ਅੱਜ ਸੇਮ ਇਸੇ ਦਲਦਲ 'ਚ ਫਸਿਆ, ਮੇਰੇ ਕਰਕੇ ਮੇਰੀ ਫੈਮਿਲੀ ਸਫ਼ਰ ਕਰ ਰਹੀ ਹੈ, ਮੇਰਾ ਬੱਚਾ ਸਫ਼ਰ ਕਰ ਰਿਹਾ, ਪੂਰਾ ਪਰਿਵਾਰ ਮੈਂ ਨਰਕ ਦੀ ਜ਼ਿੰਦਗੀ ਜੀ ਰਿਹਾ, ਮੈਂ ਨਾਲ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾਤਾ। ਸੋ ਮੈਨੂੰ ਲੱਗਦਾ ਇੱਕ ਵਾਰ ਸੋਚੂਗਾ ਜ਼ਰੂਰ ਨਸ਼ਾ ਕੁਇਟ ਕਰਨ ਬਾਰੇ, ਅਤੇ ਆਪਣੇ ਬੱਚਿਆਂ ਨੂੰ ਇਸ ਕਰਕੇ ਦਿਖਾਉਣੀ ਚਾਹੀਦੀ ਹੈ ਸਾਰਿਆਂ ਨੂੰ ਕਿ ਨਸ਼ੇ ਦੀ ਦੁਨੀਆਂ ਵਿੱਚ ਜਾਣ ਤੋਂ ਪਹਿਲਾਂ ਤੌਬਾ ਕਰ ਲੈਣ ਕਿ ਇੱਕ ਨਸ਼ੇੜੀ ਦਾ ਕੀ ਨਸ਼ਾ ਹੁੰਦਾ, ਇਹਦੇ ਅੰਜਾਮ ਕੀ ਨਿਕਲਦੇ ਨੇ। ਸੋ ਇਸ ਕਰਕੇ ਮੈਂ ਕਹਿੰਦਾ ਕਿ ਸਾਰਿਆਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ। ਔਰ ਦੂਜੀ ਗੱਲ ਇਹ ਹੈ ਕਿ ਅਸੀਂ ਕੋਈ ਬੋਝਲ ਫਿਲਮ ਨਹੀਂ ਬਣਾਉਂਦੀ ਕਿ ਬਹੁਤ ਹੈਵੀ ਕਰਤੀ ਹੋਵੇ ਫਿਲਮ ਵੀ ਲੋਕਾਂ ਨੂੰ ਲੱਗਿਆ ਰਹੇ ਨਸ਼ੇ ਨਸ਼ੇ ਦੀ, ਪੂਰੀ ਇੰਟਰਟੇਨਮੈਂਟ ਫਿਲਮ ਹੈ, ਕਿਉਂਕਿ ਸਿਨੇਮੇ ਦਾ ਪਹਿਲਾ ਜਿਹੜਾ ਇੱਕ ਮੋਟਿਵ ਹੈਗਾ ਉਹ ਹੈਗਾ ਇੰਟਰਟੇਨਮੈਂਟ, ਉਹ ਚੀਜ਼ ਅਸੀਂ ਕਦੇ ਕਿਸੇ ਫਿਲਮ 'ਚ ਨਹੀਂ ਛੱਡੀ। ਬੇਸ਼ੱਕ ਮੈਂ ਆਟੋਬਾਇਓਗ੍ਰਾਫੀਜ਼ ਕੀਤੀਆਂ ਤਿੰਨ ਚਾਰ ਲਗਾਤਾਰ, ਇਹ ਹੁੰਦਾ ਕਿ ਯਾਰ ਇਹ ਫਿਲਮ ਹਸਾਉਂਦੀ ਹੈ ਲੋਕਾਂ ਨੂੰ, ਹਸਾਉਣਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ, ਰਿਵਾਰਡ ਦੇ ਨਾਲ ਨਾਲ ਲੋਕਾਂ ਦੇ ਇੰਟਰਟੇਨਮੈਂਟ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਬਹੁਤ ਸਾਰੇ ਮੇਕਰ ਕੀ ਕਰਦੇ ਆ, ਸਿਨੇਮਾ ਬਹੁਤ ਵਧੀਆ ਚੱਕਦੇ ਆ ਬਟ ਉਹ ਇੰਨਾ ਹੈਵੀ ਕਰ ਦਿੰਦੇ ਆ, ਕਿਉਂਕਿ ਲੋਕਾਂ 'ਚ ਪਹਿਲਾਂ ਹੀ ਸਟ੍ਰੈਸ ਬਹੁਤ ਹੈ, ਉਹ ਇੰਨਾ ਹੈਵੀ ਕਰ ਦਿੰਦੇ, ਬੰਦਾ ਫਿਰ ਕਹਿੰਦਾ ਯਾਰ ਤੁਹਾਡੀ ਫਿਲਮ ਚੰਗੀ ਸੀ ਬਟ ਯਾਰ ਭਾਰੀ ਕਰਤਾ ਮੇਰਾ ਦਿਮਾਗ। ਰਾਜਕੁਮਾਰ ਖੁਰਾਨਾ ਦਾ ਸਿਨੇਮਾ ਦੇਖ ਦਿਓ, ਮੈਂ ਉਹ ਤੋਂ ਬਹੁਤ ਇੰਸਪਾਇਰਡ ਹਾਂ। ਆਮਿਰ ਖਾਨ ਦਾ ਸਿਨੇਮਾ ਤੁਸੀਂ ਦੇਖੋ, ਅਸੀਂ 3 ਇਡੀਅਟਸ ਦੀ ਗੱਲ ਕਰੀਏ, ਹੱਸਦੇ ਹੱਸਦੇ ਮੈਸੇਜ ਲੈ ਕੇ ਜਾਂਦੇ ਹਾਂ, ਪੀ ਕਿਉਂ ਦੀ ਗੱਲ ਕਰੀਏ ਜਾਂ ਮੁੰਡਾ ਬਾਈ ਦੀ ਗੱਲ ਕਰੀਏ, ਸਾਨੂੰ ਇੱਕ ਮੈਸੇਜ ਵੀ ਮਿਲਦਾ ਔਰ ਇੰਟਰਟੇਨਮੈਂਟ ਵੀ ਮਿਲਦਾ। ਸੋ ਇੱਦਾਂ ਦੇ ਸਿਨੇਮੇ ਦੀ ਅਸੀਂ ਸ਼ੁਰੂਆਤ ਕੀਤੀ ਹੈ। ਸੋ ਫਿਊਚਰ ਦੇ ਵਿੱਚ ਵੀ ਅਸੀਂ ਇੱਦਾਂ ਦੀਆਂ ਫਿਲਮਾਂ ਜ਼ਰੂਰ ਲੈ ਕੇ ਆਉਂਦੇ ਰਹਾਂਗੇ, ਕਿਉਂਕਿ ਮੈਂ ਖੁਦ ਥੀਏਟਰ ਤੋਂ ਹਾਂ ਔਰ ਥੀਏਟਰ ਦੇ ਵਿੱਚ ਅਸੀਂ ਜਿੰਨੇ ਵੀ ਪਲੇ ਕਰਦੇ ਸੀ ਬਾਈ ਵੀ ਥੀਏਟਰ ਤੋਂ, ਉਹਦੇ ਵਿੱਚ ਸਾਡਾ ਇੱਕ ਮੋਟਿਵ ਹੁੰਦਾ ਸੀ ਕਿ ਯਾਰ ਜੇ ਅਸੀਂ ਲੋਕਾਂ ਦਾ ਥੀਏਟਰ ਦੇ ਜ਼ਰੀਏ ਇੰਟਰਟੇਨਮੈਂਟ ਕਰ ਰਹੇ ਤਾਂ ਉਹਦੇ ਜ਼ਰੀਏ ਇੱਕ ਮੈਸੇਜ ਵੀ ਹੋਣਾ ਚਾਹੀਦਾ ਹੈ ਨਾ ਵਿੱਚ, ਤਾਂ ਉਹ ਚੀਜ਼ ਜਿਹੜੀ ਉਹ ਸਾਡੇ ਸੁਭਾਅ 'ਚ ਸ਼ੁਮਾਰ ਹੋ ਚੁੱਕੀ ਹੈ। ਸੋ ਮੈਨੂੰ ਤਾਂ ਇਹ ਲੱਗਦਾ ਕਿ ਮੇਰੀ ਹਰ ਫਿਲਮ ਦੇ ਵਿੱਚ ਇੰਟਰਟੇਨਮੈਂਟ ਦੇ ਯਾਰ ਤੂੰ ਵੀ ਮੈਸੇਜ ਹੈਗਾ, ਮੈਸੇਜ ਜ਼ਰੂਰ ਪਾਓ ਯਾਰ ਤੁਹਾਨੂੰ ਤੋਂ, ਮੈਂ ਖੁਦ ਕਹਿਣਾ। ਸੋ ਸਾਰੀਆਂ ਫਿਲਮਾਂ ਭਾਵੇਂ DSP ਦੇਵ ਦੇਖ ਲਓ, ਬਲੈਕੀਆ ਦੇਖ ਲਓ, ਗਾਂਧੀ ਦੇਖ ਲਓ, ਡਾਕੂ ਦਾ ਮੁੰਡਾ ਦੇਖ ਲਓ, ਸਾਰੀਆਂ ਕੋਈ ਨਾ ਕੋਈ ਮੈਸੇਜ ਅਸੀਂ ਜ਼ਰੂਰ ਦਿੱਤਾ ਬਟ ਦਿੱਤਾ ਇੰਟਰਟੇਨਮੈਂਟ ਦੇ ਜ਼ਰੀਏ। ਥੈਂਕ ਯੂ। ਦੈਟਸ ਗ੍ਰੇਟ। ਸੋ ਫਿਲਮ
ਦਿਮਾਗ ਹਿੱਲ ਲਿਆ ਦੁਨੀਆ ਹਿਲਾਉਣੀ ਹੈ ਤੇ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਜੀ ਇਹ ਬੰਦੇ ਦਾ ਖੁਦ ਦਾ ਦਿਮਾਗ ਹਿੱਲ ਗਿਆ ਦੁਨੀਆ ਨਾਲ ਚੱਲਿਆ ਸੀਗਾ ਇਹ ਬਟ ਇਹਦੀ ਦੁਨੀਆ ਹਿੱਲ ਗਈ ਸੋ ਇਹਨੇ ਇਹਨੇ ਖੁਦ ਦਿਮਾਗ ਹਿੱਲਣ ਕਰਕੇ ਸੋ ਜਿਹੜੇ ਰਾਹ ਤੇ ਉਹ ਚੱਲ ਰਿਹਾ ਉਹ ਦਿਮਾਗ ਹਿੱਲਿਆ ਬੰਦਾ ਨਹੀਂ ਚੱਲ ਸਕਦਾ ਠੀਕ ਹੈ ਹੱਥ ਚ ਗਾਣਾ ਅੱਖਾਂ ਚੜੀਆਂ ਨੇ ਨਸ਼ਾ ਲੱਗ ਰਿਹਾ ਤੁਹਾਨੂੰ ਹਾਲਤ ਬੱਤੋ ਬੱਤਰ ਹੋਈ ਪਈ ਹੈ ਦੂਸਰ ਚ ਸੋ ਇਹਦਾ ਮੋਟਿਵ ਇਹ ਹੈ ਕਿ ਦਿਮਾਗ ਹਿੱਲਿਆ ਦੁਨੀਆ ਨਾਲ ਨਹੀਂ ਬਾਕੀ ਬਟ ਜਿਹੜਾ ਬੰਦਾ ਗਲਤ ਰਾਹ ਤੇ ਚੱਲਦਾ ਹੈ ਤਾਂ ਉਹਦੀ ਆਪਣੀ ਜ਼ਿੰਦਗੀ ਹਿੱਲ ਜਾਂਦੀ ਹੈ ਇਹ ਓਕੇ ਸੋ ਦੈਟਸ ਇਟ ਆਈ ਗੈਸ ਵੀ ਸ਼ੁਡ ਗੋ ਫॉर द ਵਨ ਆਨ ਵਨ ਰਾਉਂਡ ਓਕੇ ਥੈਂਕ ਯੂ ਸੋ ਮੱਚ ਐਵਰੀਬਾਡੀ ਐਂਡ ਫਿਲਮਸ ਟਾਈਮ ਲਾਈਨ ਰਿਲੀਜ਼ ਹੋ ਰਹੀ ਹੈ ਜ਼ਰੂਰ ਦੇਖੋ ਜਾਇਓ ਤੇ हाँ जी सत श्री अकाल जी मैं मनदीप दास तुसी देख रहे हो चस्का टीवी आपां पहुँच चुके हैं 3v2 मोहाली दे विच ते मूवी आ रही है देव खरौड़ जी की डाकुआ का मुंडा 2 अज होया ट्रेलर रिलीज़ तो देखते हैं लोगों के की आ रिव्यू मूविया रिलीज़ हो रही वा ट्रेलर आ गए डाकुआ का मुंडा 2 तुसी देख ले ट्रेलर जी हाँ जी भाई मैं डाकुआ का मुंडा जो फिल्म मूवी 2 आ रही है उस ट्रेलर वेख्या बड़ा वधिया भाई वो वैसे भी जेडे देव खरौड़ वीर जी होनी अपने बाई जी होनी उन्होंने वैसे मूविया बड़िया टॉप दी होंदियां बहुत वधिया मूवियां होंदियां उन्हां दियां मजा आउंदा देखण दा उन्हां दी हर गुस्सा बड़ा घैंट वीर दा हां बई दा गुस्सा बड़ा एंड गुस्सा बई उन्हां दा मतलब जिहड़ा उन्हां दा एक्सप्रेशन हुंदे जिहड़े उन्हां दे गुस्से वाले उहदे बाले घैंट ना बड़े वधिया फिल्म जिन्ना जिहड़ी वी मूवी उन्हां दी हुंदी आ अज तक मैं नहीं मानदा उन्हां दी मूवी कोई फ्लॉप होई होगी हिट ही होई होगी हुण मैनूं वेट आ भी डाकुआं दे मुंडा मूवी रिलीज़ होगी जल जल्दी आऊगी मैं देखने जाऊंगा बड़ी वधिया बई दिल करदा भी जल्दी जल्दी आवे वेट करदे आ बई नशे नू प्रमोट कर रहे आ जां वायलेंस नू प्रमोट कर रहे आ थोड़ा इत्थे की कहना वा नहीं नहीं बई जी इदा मूवी हुण उहने बई जी ने चलो जिहड़ा कीता सी नशे नू प्रमोट बारे गल कर रहे जी मतलब उन्हें आखिर अपना यह भी दिखाया वा ठीक है उन्हें यह भी दिखाया भी नशा उन्हें छड के अपनी फिर तरक्की दरा फिर किदा तुरिया जेडे बई चलो इनू कहन दिया कि नशे तो प्रमोट कर दिया जेडे वीर मेरे भरा करते भी है ना उन्हें बेच चंगी सिख्या दिती भी वह नशे नू छड के तरक्की दरा फिर तुरिया आखिर च जो बदलाव भी आंदा वह भी नहीं ना लोग वेखते नशा ही देखते गुंडागर्दी देखे आखिर बहुत वधिया ट्रेलर आ गए यार पर कुछ चीज़ें जिन्हें नशे मैंने बताया कि वो बच्चे की दुकान पर बाद जो जिन्हें कह रहे हैं कि जिन्हें एक वधिया मैसेज दे रहे यूथ को कि इतने नशे हाँ जी जिमें कि तुसी जानते हो कि आप मोहाली 3v2 आए हुए थे डाकुआ का मुंडा 2 का ट्रेलर रिलीज़ होया अज ते उहदा रिव्यू लैन आए थे तो सब ने देखा ट्रेलर सब नूं बहुत पसंद आ रहा वा बिच जिमें कहना लोगों का कि इस मूवी दे विच नशा जां बदमाशी नूं प्रमोट किया जा रहा तो इदां दी कोई गल नहीं हैगी अजकल सारे ही अवेयर आ लोग उन्होंने पता भी यदा थीम की आ जां मैसेज की आ उम्मीद है कि मूवी बहुत सुपर डुपर हिट जाने वाली आ